ਹਰਵਿੰਦਰ ਪੰਡਾਲ ਦਾ ਨੋਵਲ ਹੈ ਮੈਲੀ ਮਿੱਟੀ ਦੂਸਰਾ ਭਾਗ ਚੌਥਾ ਅੰਗ ਕਹਿੰਦੇ 25000 ਵਰੇ ਪਹਿਲਾਂ ਇਸ ਧਰਤੀ ਉੱਤੇ ਕੁੰਬੇ ਦੇ ਅੰਦਰ ਇੱਕ ਦੂਜੇ ਦਾ ਨਾਸ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਉਸ ਤੋਂ ਪਹਿਲਾਂ ਲੋਕ ਆਪਣੇ ਕੁੰਬੇ ਨੂੰ ਨਹੀਂ ਸੀ ਮਾਰਦੇ ਕੁੰਬੇ ਤੋਂ ਬਾਅਦ ਕਤਲੋਗਾਰ ਦਾ ਰੋਜ਼ ਮਰਦਾ ਦਾ ਹਿੱਸਾ ਸੀ ਉਸ ਵੱਡੀ ਜੰਗ ਤੋਂ ਪਹਿਲਾਂ ਵੀ ਸਭ ਤੋਂ ਵੱਡੇ ਯੋਧੇ ਨੇ ਆਪਣੀ ਖੰਡੀ ਵਖ ਰੱਖ ਦਿੱਤੀ ਸੀ ਜਿਨ੍ਹਾਂ ਨੂੰ ਉਹਨੇ ਯੁੱਧ 'ਚ ਕਤਲ ਕਰਨਾ ਸੀ ਉਹਦੇ ਆਪਣੇ ਸਕੇ ਸਬੰਧੀ ਸਨ ਉਹਨਾਂ ਨੂੰ ਮਾਰਨ ਲਈ ਹਥਿਆਰ ਕਿਵੇਂ ਚੁੱਕ ਸਕਦਾ ਸੀ ਉਸ ਵੇਲੇ ਅਵਤਾਰਪੁਰਸ਼ ਨੇ ਯੋਧੇ ਨੂੰ ਸਮਝਾਇਆ ਕਿ ਅਸਲ ਸੱਚ ਮਰਨ ਜਾਂ ਮਾਰਨ ਵਾਲਾ ਸਰੀਰ ਨਹੀਂ ਆਤਮਾ ਹੈ ਤੇ ਆਤਮਾ ਅਮਰ ਅਜਨਮ ਤੇ ਸਾਸ਼ਵਤ ਹੈ ਆਤਮਾ ਨਾ ਮਾਰਦੀ ਐ ਨਾ ਮਰੀ ਜਾਂਦੀ ਐ ਇਸ ਲਈ ਯੁੱਧ 'ਚ ਮਾਰਨ ਜਾਂ ਮਰਨ ਵਾਲੇ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਅਵਤਾਰਪੁਰਸ਼ ਦੀ ਖੋਰ ਗੱਲ ਜੋ ਯੋਧੇ ਦੇ ਮਨ ਨੂੰ ਲੱਗੀ ਹੋਏਗੀ ਯੁੱਧ ਕਰਨਾ ਤੇਰੇ ਲਈ ਸਭ ਪ੍ਰਕਾਰ ਤੋਂ ਅੱਛਾ ਹੈ ਕਿਉਂਕਿ ਜੇ ਤੂੰ ਮਰ ਗਿਆ ਤਾਂ ਸਵਰਗ ਪ੍ਰਾਪਤ ਕਰੇਗਾ ਜਾਂ ਫਿਰ ਯੁੱਧ ਚ ਜਿੱਤ ਕੇ ਧਰਤੀ ਨੂੰ ਭੋਗੇਗਾ ਭਾਵ ਦੋਹਾਂ ਹੱਥਾਂ ਚ ਲੱਡੂ ਸੁਣ ਕੇ ਯੋਧੇ ਨੇ ਖੰਢੀ ਫਿਰ ਤੋਂ ਚੁੱਕ ਲਈ ਸੀ ਉਹੀ ਦਿਨੀ ਬਕਸੀਆਂ ਚ ਇਹਦੇ ਸਾਰੇ ਲੰਬਾ ਲੜੀਵਾਰ ਚੱਲ ਰਿਹਾ ਸੀ ਜਦੋਂ ਇਹਨਾਂ ਉਪਦੇਸ਼ਾਂ ਵਾਲੇ ਐਪੀਸੋਡ ਆਏ ਤਾਂ ਬਹੁਤੇ ਲੋਕ ਅੱਖ ਕੇ ਬਕਸੀਆਂ ਉੱਗੇ ਉੱਠ ਗਏ ਚਿਕਣੀ ਮਿੱਟੀ ਵਾਲੇ ਪਿੰਡ ਵਿੱਚ ਜਿਸ ਉਤੇ ਪੀਰ ਸ਼ਾਹ ਇਨਾਇਤ ਦੀ ਮਿਰਸੀ ਜਦੋਂ ਗਾਮੇ ਦਾ ਕਤਲ ਹੋਇਆ ਸੀ ਤਾਂ ਲੜਾਈ ਤੋਂ ਪਹਿਲਾਂ ਕਿਸੇ ਅਵਤਾਰ ਪੁਰਸ਼ ਨੇ ਕੋਈ ਉਪਦੇਸ਼ ਨਹੀਂ ਸੀ ਦਿੱਤਾ ਨਾ ਮਾਰਨ ਵਾਲੇ ਦੇ ਦਿਮਾਗ 'ਚ ਕਿਤੇ ਆਤਮਾ ਵਰਗਾ ਸ਼ਬਦ ਸੀ ਨਾ ਮਰਨ ਵਾਲੇ ਨੂੰ ਆਪਣੀ ਆਤਮਾ ਦਾ ਕੋਈ ਚਿੱਤ ਚੇਤਾ ਸੀ ਸਾਰਾ ਕੁਝ ਢਾਈ ਮਰਲੇ ਦੀ ਉਸ ਥਾਂ ਬਦਲੇ ਹੋਇਆ ਸੀ ਜੋ ਕਦੇ ਛੱਪੜ ਦਾ ਹਿੱਸਾ ਹੁੰਦੀ ਸੀ ਇਸ ਲੜਾਈ ਤੇ ਗਾਮੇ ਦੇ ਕਤਲ ਪਿੱਛੇ ਦੂਰ ਦੂਰ ਤੱਕ ਵੀ ਕਿਸੇ ਕੁੜੀ ਦਾ ਮਾਮਲਾ ਨਹੀਂ ਸੀ ਉਸ ਟਾਈਮਰ ਲਈ ਜਗਾ ਦਾ ਵੀ ਗਾਮੇ ਨਾਲ ਕੋਈ ਸਬੰਧ ਨਹੀਂ ਸੀ ਨਾ ਉਹ ਪਹਿਲਾਂ ਉਹਦਾ ਮਾਲਕ ਸੀ ਨਾ ਬਾਅਦ ਚ ਉਹਨੂੰ ਮਾਲਕੀ ਮਿਲਨੀ ਸੀ ਉਹਦਾ ਆਪਣਾ ਗਾਰੇ ਦੀ ਚਣਾਈ ਵਾਲਾ ਘਰ ਇਸ ਟਾਈਮਰ ਲਈ ਜਗਾ ਨਾਲ ਜੁੜੇ ਛੱਪੜ ਦੇ ਪਰਲੇ ਪਾਸਿਓਂ ਸ਼ੁਰੂ ਹੁੰਦੇ ਵੇੜੇ ਵਿੱਚ ਸੀ ਉਹ ਹਰਪਾਲ ਹੋਰਾਂ ਦਾ ਕੰਮੀ ਸੀ ਤੇ ਕੁਦਰਤੀ ਲੜਾਈ ਵੇਲੇ ਘਰ ਸੀ ਬਸ ਇਸ ਲਈ ਉਹਨੂੰ ਵੀ ਲੜਾਈ 'ਚ ਸ਼ਾਮਲ ਹੋਣਾ ਪਿਆ ਸੀ ਗੋਲੀ ਵੀ ਖਾਸ ਉਹਨੂੰ ਮਾਰਨ ਲਈ ਨਹੀਂ ਸੀ ਚੱਲੀ ਕਿਉਂਕਿ ਉਹ ਚੱਲੀ ਗੋਲੀ ਦੀ ਸੇਧ 'ਚ ਖੜਾ ਸੀ ਇਸ ਲਈ ਮਾਰਿਆ ਗਿਆ ਹਰਪਾਲ ਹੋਰੀ ਹੋਰਾਂ ਲਈ ਇਹ ਕਤਲ ਵੱਡੀ ਹੱਦ ਤੱਕ ਸੀ ਕਿਉਂਕਿ ਉਹਨਾਂ ਦੇ ਕੰਮੀ ਨੂੰ ਗੋਲੀ ਐਨ ਉਹਨਾਂ ਦੇ ਗੇਟ ਮੂਹਰੇ ਵੱਜੀ ਸੀ ਪਿੰਡ 'ਚ ਹਰਪਾਲ ਦਾ ਘਰ ਤਾਰੇ ਕੀ ਪੱਤੀ 'ਚ ਪੈਂਦੇ ਛੱਪੜ ਦੇਨ ਸਾਹਮਣੇ ਸੀ ਪਿਛਲੇ ਵਰੇ ਉਹਨਾਂ ਆਪਣਾ ਪਹਿਲਾ ਛੋਟਾ ਗੇਟ ਪਟਵਾ ਕੇ ਨਵਾਂ ਵੱਡਾ ਲਗਵਾਇਆ ਸੀ ਇਸ ਨਵੇਂ ਗੇਟ ਵਿੱਚ ਉਹਨਾਂ ਦਾ ਵਿਆਹੀ-ਬੀਜੀ ਵਾਲਾ ਨਵਾਂ ਟਰੈਕਟਰ ਟਰਾਲੀ ਸਮੇਤ ਸੌਖਾ ਅੰਦਰ ਲੰਘ ਜਾਂਦਾ ਸੀ। ਬੰਦ ਗੇਟ ਦੇ ਅੰਦਰ ਘਰ ਸੁਰੱਖਿਅਤ ਕਿਲਾ ਬਣ ਜਾਂਦਾ ਸੀ। ਪਿੰਡ ਆਪਣੇ ਆਪ ਤੇ ਪਹਿਲਾਂ ਵਰਗਾ ਕਿਲਾ ਨਹੀਂ ਸੀ ਰਿਹਾ ਅੱਜ ਆਪਦਾ ਕਿਉਂਕਿ ਕਿੰਨੇ ਅਣਪਛਾਤ ਅਣਇੱਛਤ ਬੇਪਛਾਣੇ ਅੰਸਰ ਹੁਣ ਇਹਨਾਂ ਗਲੀਆਂ 'ਚੋਂ ਲੰਘਣ ਲੱਗੇ ਸਨ। ਇਹਨਾਂ ਅਣਇੱਛਤ ਬੇਪਛਾਣੇ ਅੰਸਾਂ ਦੇ ਕਾਰਨ ਪਿੰਡ ਅੰਦਰ ਤਾਕਤ ਦਾ ਤوازن ਵੀ ਤਿਲਕਵਾਜਿਆ ਹੋ ਗਿਆ ਸੀ। ਪਿੰਡ ਦੀ ਚੀਕਣੀ ਮਿੱਟੀ ਵਰਗਾਈ ਵਰਗਾ ਹੀ ਤਿਲਕਵੇਂ ਹੋ ਗਏ ਇਸੇ ਤਵਜ਼ਨ ਕਰਨੀ ਗਾਮੇ ਦਾ ਕਤਲ ਅਨਕਿਆਸੀ ਘਟਨਾ ਸੀ ਲੋਕਾਂ ਨੂੰ ਹੈਰਾਨੀ ਇਸੇ ਗੱਲ ਦੀ ਸੀ ਕਿ ਪਹਿਲਾਂ ਛੋਟਾ ਗੇਟ ਪਟਵਾ ਕੇ ਨਵਾਂ ਵੱਡਾ ਗੇਟ ਲਗਵਾਉਣ ਦੇ ਬਾਵਜੂਦ ਉਹਨਾਂ ਦੇ ਕੰਮੀ ਗਾਮੇ ਦਾ ਕਤਲ ਹੋ ਗਿਆ ਸੀ ਤੇ ਹੋਇਆ ਵੀ ਨਵੇਂ ਵੱਡੇ ਗੇਟ ਦੇ ਸਾਹਮਣੇ ਪ੍ਰੀਤੂ ਹੋਰਾਂ ਨਾਲ ਉਹਨਾਂ ਦਾ ਕੋਈ ਬਹੁਤਾ ਪੁਰਾਣਾ ਝਗੜਾ ਨਹੀਂ ਸੀ ਸਗੋਂ ਉਹਨਾਂ ਦਾ ਇੱਕ ਦੂਜੇ ਕਰ ਔਨਜਾਂਸੀ ਪ੍ਰੀਤੂ ਕਾਕਾ ਉਹਨਾਂ ਦੇ ਘਰ ਅੱਗੇੋਂ ਲੰਘ ਕੇ ਅੰਦਰ ਪਿੰਡ ਵੱਲ ਨੂੰ ਜਾਂਦੀ ਗਲੀ 'ਚ ਸੀ ਪਿਛਲੇ ਕੁਝ ਸਮੇਂ ਤੋਂ ਇਸ ਛੱਪੜ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਨੇ ਨਵੀਂ ਗੱਲ ਸ਼ੁਰੂ ਕਰ ਦਿੱਤੀ ਸੀ ਉਹਨਾਂ ਗੱਡਿਆਂ ਜਾਂ ਟਰਾਲੀਆਂ 'ਤੇ ਬਾਹਰੋਂ ਮਿੱਟੀ ਲਿਆ ਕੇ ਛੱਪੜ ਵਿੱਚ ਸੁੱਟਣੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਛੱਪੜ ਦੀ ਥੋੜੀ-ਥੋੜੀ ਜਗ੍ਹਾ ਪੂਰ ਕੇ ਉਹਨਾਂ ਆਪਣੇ ਪਸ਼ੂ ਬੰਨਣ ਲਈ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਹਰਪਾਲ ਹੋਰਾਂ ਨੇ ਵੀ ਆਪਣੇ ਕੁਝ ਡੰਗਰਾਂ ਨੂੰ ਬਾਹਰ ਬੰਨਣਾ ਸ਼ੁਰੂ ਕਰ ਦਿੱਤਾ ਸੀ ਹਰਪਾਲ ਹੋਰਾਂ ਨੂੰ ਤਕਲੀਫ ਉਦੋਂ ਹੋਈ ਜਦ ਪ੍ਰੀਤੂ ਨੇ ਆਪਣੇ ਗਾਂ ਤੇ ਮੱਝ ਉਹਨਾਂ ਵੱਲੋਂ ਪੂਰੀ ਜਗ੍ਹਾ ਦੇ ਆਹ ਨੇੜੇ ਬੰਨਣ ਲਈ ਕਿੱਲੇ ਘੱਟ ਲਏ। ਪ੍ਰੀਤੂ ਦਾ ਕਰਪਿੰਡ ਦੇ ਅੰਦਰ ਹੀ ਅੰਦਰ ਗਲੀ 'ਚ ਸੀ ਇਸੇ ਲਈ ਹਰਪਾਲ ਹੋਰਾਂ ਨੂੰ ਇਹ ਪ੍ਰੀਤੂ ਦੀ ਧੱਕੇਸ਼ਾਈ ਜਾਪੀ। ਚਾਚਾ ਇੱਥੇ ਨਾ ਡੰਗਰ ਬੰਨਿਆ ਕਰ। ਇੱਕ ਦਿਨ ਹਰਪਾਲ ਦੇ ਵੱਡੇ ਗੁਰਪਾਲ ਨੇ ਕਹੀ ਦਿੱਤਾ। ਕਿਉਂ? ਪ੍ਰੀਤੂ ਆਖੜ ਪਿਆ ਤੁਸੀਂ ਵੀ ਤਾਂ ਬੰਨਦੇ ਹੀ ਹੋ। ਅਸੀਂ ਆਪਣੇ ਘਰ ਮੂਰੇ ਬੰਨਦੇ ਆਂ। ਹਲਾ ਪਤੀ ਜਿਆ ਪੰਜ ਤਾਂ ਮੈਂ ਵੀ ਰਿਆਂ ਪਿੰਡ ਦਾ ਇਹ ਛੱਪੜ ਦੀ ਜਗਾ ਕਿਸੇ ਦੇ ਪਿਓ ਦੀ ਨਹੀਂ ਨਾ ਤਾਂ ਪ੍ਰੀਤੂ ਨੇ ਉੱਥੇ ਡੰਗਰ ਬੰਨਣੇ ਛੱਡੇ ਤੇ ਨਾ ਹਰਪਾਲ ਹੋਰਾ ਉਹਦੇ ਨਾਲ ਪੰਗੇ ਲੈਣੇ ਉਹ ਰਾਤ ਬਰਾਤੇ ਪ੍ਰੀਤੂ ਦੇ ਡੰਗਰਾਂ ਦਾ ਰੱਸਾ ਖੋਲ ਦਿੰਦੇ ਡੰਗਰ ਛੱਪੜ 'ਚ ਜਾ ਵੜਦੇ ਕਈ ਵਾਰ ਉਹਨਾ ਕਿੱਲੇ ਹੀ ਪੁੱਟ ਕੇ ਸੁੱਟ ਦਿਤੇ ਪਰ ਪ੍ਰੀਤੂ ਵੀ ਜਿੱਦ ਫੜ ਗਿਆ ਉਹ ਫੇਰ ਪਹਿਲਾਂ ਵਾਲੀ ਜਗਾ ਕਿਲਾ ਗੱਡ ਲੈਂਦਾ ਪ੍ਰੀਤੂ ਦੀ ਜਿੱਦ ਪਿੱਛੇ ਉਹਦੇ ਸਾਲਿਆਂ ਤੇ ਗਵੰਢੀ ਪਿੰਡ ਦੇ ਉਸ ਬਦਮਾਸ਼ ਕੇਰੂ ਦਾ ਹੱਥ ਸੀ ਜੋ ਹਮੇਸ਼ਾ ਚਿੱਟੇ ਚਾਦਰੇ ਨਾਲ ਦੇਸੀ ਖੁਸਾ ਪਾਉਂਦਾ ਸੀ ਉਹਦੇ ਸਾਰਿਆਂ ਕੋਲ ਜ਼ਮੀਨ ਵੀ ਚੰਗੀ ਸੀ ਤੇ ਚੌਧਰ ਵੀ ਸ਼ਾਹ-ਏ-ਨਾਇਦ ਦੀ ਮਹਿਰ ਵਾਲੇ ਇਸ ਪਿੰਡ ਤੋਂ ਦੋ ਪਿੰਡ ਛੱਡ ਕੇ ਕੇਰੂ ਦਾ ਪਿੰਡ ਸੀ ਕੇਰੂ ਹੁਣ ਬਜ਼ੁਰਗੀ 'ਚ ਪੈਰ ਰੱਖਣ ਲੱਗ ਪਿਆ ਸੀ ਪਰ ਬਦਮਾਸ਼ੀ ਕਰਨੀ ਵੀ ਉਹਨੇ ਨਹੀਂ ਸੀ ਛੱਡੀ ਬੱਸੇ ਚੜ੍ਹ ਕੇ ਸ਼ਹਿਰ ਜਾਂਦਾ ਤਾਂ ਦੁਨਾਲੀ ਉਹਦੇ ਮੋਢਿਆਂ 'ਤੇ ਹੁੰਦੀ ਜਵਾਨੀ 'ਚ ਖਾਦੇ ਫੱਟਾਂ ਕਾਰਨ ਕੁਝ ਲੰਗੜਾ ਕੇ ਤੁਰਦਾ ਸੀ ਉਹਦੇ ਬਦਮਾਸ਼ੀ ਦੇ ਦਿਨਾਂ ਬਾਰੇ ਜਿਨ੍ਹਾਂ ਨੂੰ ਪਤਾ ਸੀ ਉਹ ਸਾਰੇ ਉਹਦੇ ਸਾਹਮਣੇ ਨਿਵਕੇ ਰਹਿੰਦੇ ਇਸ ਉਮਰੇ ਵੀ ਉਹ ਜਦੋਂ ਚਾਹੁੰਦਾ 10-12 ਬਦਮਾਸ਼ ਇਕੱਠੇ ਕਰ ਲੈਂਦਾ ਸੀ ਇਸੇ ਚਿੱਟੇ ਚਾਦਰੇ ਤੇ ਦੇਸੀ ਖੁੱਸੇ ਵਾਲੇ ਕੇਰੂ ਬਦਮਾਸ਼ ਦੀ ਪ੍ਰੀਤੂ ਦੇ ਸਾਲਿਆਂ ਨਾਲ ਵੀ ਆੜੀ ਸੀ ਗੁਰਪਾਲ ਨਾਲ ਹੋਏ ਬੋਲ ਬੁਲਾਰੇ ਪਿੱਛੋਂ ਉਹਨਾਂ ਦੋ ਤਿੰਨ ਵਾਰ ਆਪਣੇ ਸਾਲਿਆਂ ਤੇ ਕੇਰੂ ਨੂੰ ਘਰੇ ਬੁਲਾ ਕੇ ਸ਼ਰਾਬ ਪੀ ਆਈ ਸੀ ਤੇ ਆਪਣੇ ਝਗੜੇ ਬਾਰੇ ਦੱਸਿਆ ਸੀ ਉਹਨਾਂ ਤੋਂ ਮਿਲੇ ਥਾਪੜੇ ਕਾਰਨ ਪ੍ਰੀਤੂ ਹੌਸਲੇ 'ਚ ਹੋ ਗਿਆ ਸੀ ਇਸੇ ਹੌਸਲੇ ਕਾਰਨ ਜਦੋਂ ਇਸ ਵਾਰ ਉਹਦੇ ਡੰਗਰਾਂ ਦੇ ਰਸੇ ਖੁੱਲੇ ਤਾਂ ਅਗਲੇ ਦਿਨ ਹਰਪਾਲ ਕੀ گاؤں ਵਿੱਚ گاਾਂ ਵੀ ਛੱਪੜ ਚ ਸੀ ਉਸ ਦਿਨ ਸ਼ਾਮ ਨੂੰ ਗੁਰਪਾਲ ਤੇ ਪ੍ਰੀਤੂ ਨੂੰ ਹੱਥੋਂ ਪਾਈ ਹੁੰਦੇ ਆ ਗਲੀ ਚੋਂ ਲੰਘਦੇ ਕੁਝ ਬੰਦਿਆਂ ਨੇ ਬਚਾਇਆ ਪਰ ਜਿਸ ਦਿਨ ਗਾਮੇ ਦਾ ਕਤਲ ਹੋਇਆ ਕੋਈ ਉਹਨੂੰ ਬਚਾਉਣ ਦੀ ਹਿੰਮਤ ਨਾ ਕਰ ਸਕਿਆ ਜੇ ਗੋਲੀ ਉਹਦੇ ਨਾਂ ਵੀ ਲੱਗਦੀ ਇਹ ਵੀ ਕਿਸੇ ਦੀ ਹਿੰਮਤ ਕਾਰਨ ਨਹੀਂ ਸ਼ੁੱਧ ਇਤਫਾਕ ਹੀ ਹੋਣਾ ਸੀ ਲੋਕ ਤਾਂ ਬਦਮਾਸ਼ਾਂ ਦੇ ਪਹਿਲੇ ਫਾਇਰ ਨਾਲ ਹੀ ਆਪੋ ਆਪਣੇ ਘਰਾਂ ਅੰਦਰ ਦੁਪਕ ਗਏ ਸੀ ਕੁਝ ਦੂਰ ਦੇ ਘਰਾਂ ਤੋਂ ਜਵਾਕਾਂ ਨੇ ਆਪਣੀਆਂ ਛੱਤਾਂ ਜਾਂ ਚੁਬਾਰਿਆਂ ਤੇ ਚੜ ਕੇ ਹੁੰਦੀ ਲੜਾਈ ਜ਼ਰੂਰ ਵੇਖੀ ਸੀ। ਢਾਈ ਫੱਟ ਦੀ ਲੜਾਈ ਆਖਣ ਅਨੁਸਾਰੀ ਲੜਾਈ ਵੀ ਤਿੰਨ ਚਾਰ ਫਾਇਰਾਂ ਦੀ ਸੀ। ਕਈ ਮਿੰਟਾਂ ਘੰਟਿਆਂ ਦੇ ਨਾ ਜਾਂ ਹਫ਼ਤਿਆਂ ਦੀ ਨਹੀਂ। ਲੜਾਈ 'ਚ ਫਾਇਰ ਪ੍ਰੀਤੂ ਦੇ ਘਰੋਂ داری दारू ਪੀ ਕੇ ਨਿਕਲੇ ਬਦਮਾਸ਼ਾਂ ਨੇ ਕੀਤੇ ਸੀ। ਹਰਪਾਲ ਹੋਰਾਂ ਨੂੰ ਵੀ ਕਿਤੇ ਉਪ੍ਰੀਤੂ ਦੇ ਘਰ ਬੰਦੇ ਇਕੱਠੇ ਹੋਣ ਦੀ ਸੂਹ ਮਿਲ ਗਈ ਸੀ। ਇਸ ਲਈ ਹਰਪਾਲ ਨੇ ਵੀ ਆਪਣੇ ਔਨੇ ਕੂ ਮਿੱਤਰਾਂ ਨੂੰ ਘਰ ਬੁਲਾਇਆ ਸੀ। ਜਿੰਨੇ ਉਹ ਥੋੜੇ ਜੇ ਅਰਸੇ ਚ ਸੁਨੇਹੇ ਤੇ ਬੁਲਾ ਸਕਦਾ ਸੀ ਬਾਰੋਂ ਲਲਕਾਰਾ ਵਜਿਆ ਤਾਂ ਉਹ ਵੀ ਬਾਹਰ ਨਿਕਲ ਆਇਆ ਬਾਰ ਬਧੇਰੇ ਬੰਦੇ ਉਹਨਾਂ ਲਈ ਅਣਪਛਾਤੇ ਸੀ ਫਾਇਰ ਹੋਏ ਤਾਂ ਸ਼ਰੇ ਹਰਪਾਲ ਤੇ ਜੀਤੇ ਦੀਆਂ ਬਾਹਾਂ ਚ ਲੱਗੇ ਇੱਕ ਗੋਲੀ ਉਧਰ ਨੂੰ ਚੱਲ ਗਈ ਜਿੱਥੇ ਗੇਟ ਚ ਹਰਪਾਲ ਦਾ ਕੰਮ ਗਮ ਗਮ ਹਰਪਾਲ ਦਾ ਕੰਮੀ ਗਾਮਾ ਖੜਾ ਸੀ ਗਾਮਾ ਥਾਂ ਤੇ ਡਿੱਗ ਪਿਆ ਕੋਈ ਮਾਰਤਾ ਹੀ ਬੰਦਾ ਆਵਾਜ਼ ਆਈ ਤੇ ਲੜਾਈ ਮੁੱਕ ਗਈ ਅਣਪਛਾਤੇ ਬੰਦੇ ਪਲਾਂ ਚ ਹੀ ਛਿਪਣ ਹੋ ਗਏ ਗਲੀ ਚ ਲਹੂ ਨਾਲ ਲਿਬੜੀ ਉਸ ਬੰਦੇ ਦੀ ਲੋਥ ਪਈ ਸੀ ਜੋ ਨਾ ਛੱਪੜ ਵਾਲੀ ਢਾਈ ਮਰਲੇ ਜਗਾ ਦਾ ਮਾਲਕ ਸੀ ਤੇ ਨਾਨ ਜੀ ਨੂੰ ਮਾਲਕੀ ਮਿਲਨੀ ਸੀ ਪੁਲਿਸ ਹਸਪਤਾਲ ਥਾਣਾ ਗਵਾਇਆਂ ਮੁਠੀਆਂ ਗਰਮ ਗ੍ਰਿਫਤਾਰੀਆਂ ਮੁਠੀਆਂ ਗਰਮ ਰਿਹਾਈਆਂ ਮੁਠੀਆਂ ਗਰਮ ਗ੍ਰਿਫਤਾਰੀਆਂ ਅਦਾਲਤਾਂ ਸਭ ਕੁਝ ਉਸੇ ਤਰ੍ਹਾਂ ਵਾਪਰਿਆ ਜਿਵੇਂ ਵਾਪਰਦਾ ਹੁੰਦਾ ਰੇਤਲੀ ਮਿੱਟੀ ਵਾਲੇ ਇਲਾਕੇ ਦੇ ਇੱਕ ਪਿੰਡ ਦੇ ਬਦਮਾਸ਼ ਨੇ ਉਹ ਗੁਲੀ ਚਲਾਈ ਸੀ ਜੋ ਇਤਫਾਕ ਨਾਲ ਗਾਮੇ ਦੇ ਜਲ ਲੱਗੀ ਸੀ ਆਉਂਦੇ ਦਿਨੀ ਉਹਨੂੰ ਲੰਬੀ ਕੈਦ ਹੋਣੀ ਸੀ ਪ੍ਰੀਤੂ ਦੇ ਇੱਕ ਸਾਲੇ ਤੇ ਬੰਦੂਕਾਂ ਵਾਲੇ ਦੋ ਹੋਰਾਂ ਨੂੰ ਵੀ ਮੁਕਾਬਲਤਨ ਲੰਬੀਆਂ ਕੈਦਾਂ ਦੀ ਸਜ਼ਾ ਮਿਲਨੀ ਸੀ ਪ੍ਰੀਤੂ ਤੇ ਚਿੱਟੇ ਚਾਦਰੇ ਤੇ ਦੇਸੀ ਖੁੱਸੇ ਵਾਲੇ ਕੇਰੂ ਨੇ ਇੱਕ ਬਾਰੇ ਬਾਅਦ ਜ਼ਮਾਨਤ ਉਤੇ ਰਿਹਾ ਹੋਣਾ ਸੀ ਪਰ ਉਹਨਾਂ ਦੀ ਜ਼ਮਾਨਤ ਤੋਂ ਤੋਂ ਪਹਿਲਾਂ ਤੇ ਬਾਅਦ ਵਿੱਚ ਉਹ ਕੁਝ ਵੀ ਵਾਪਰਿਆ ਜੋ ਅਸਲ ਜ਼ਿੰਦਗੀ ਚ ਅਕਸਰ ਨਹੀਂ ਵਾਪਰਦਾ ਪਰ ਇਸ ਧਰਤੀ ਤੇ ਹੁਣ ਕੁਝ ਵੀ ਵਾਪਰ ਸਕਦਾ ਸੀ ਪਿੰਡ ਚ ਦੁਪਹਿਰ ਵੇਲੇ ਆਉਂਦੀਆਂ ਅਖਬਾਰ ਦੀਆਂ ਸੁਰਖੀਆਂ ਰੋਜ਼ ਇਹੀ ਸੁਨੇਹਾ ਲੈ ਕੇ ਪਿੰਡ ਦੇ ਥੋੜੇ ਜੇ ਪੜ੍ਹੇ ਲਿਖੇ ਤੇ ਬਹੁਤੇ ਅਨਪੜ੍ਹ ਲੋਕਾਂ ਕੋਲ ਆਉਂਦੀਆਂ ਸਨ ਖੁਸ਼ਵੰਤ ਵੀ ਫਾਇਰ ਦੀ ਆਵਾਜ਼ ਸੁਣ ਕੇ ਗਿਆਨੀ ਚਾਚੇ ਦੇ ਚੁਬਾਰੇ ਉੱਤੇ ਚੜ ਗਿਆ ਸੀ ਉੱਥੇ ਹੀ ਉਹਨੇ ਛੱਪੜ ਤੋਂ ਪਰਾਂ ਬੰਦਿਆਂ ਨੂੰ ਮੋਟਰਸਾਈਕਲਾਂ ਤੇ ਦੌੜਦੇਆਂ ਦੇਖਿਆ ਸੀ ਹੋਈ ਬੀਤੀ ਦੀ ਖਬਰ ਕੁਝ ਪਲਾਂ ਚ ਹੀ ਸਾਰੇ ਪਿੰਡ ਚ ਧਮਗ ਗਈ ਹਰਪਾਲ ਨੇ ਖੁਸ਼ਵੰਤ ਨੂੰ ਲੜਾਈ ਲਈ ਕੋਈ ਸੁਨੇਹਾ ਨਹੀਂ ਸੀ ਭੇਜਿਆ ਖੁਸ਼ਵੰਤ ਨੂੰ ਇਹਦੀ ਹੈਰਾਨੀ ਸੀ ਪਤਾ ਨਹੀਂ ਉਹ ਜਾਂਦਾ ਵੀ ਕਿ ਨਾ ਪਰ ਸ਼ਹਿਰ 'ਚ ਤਾਂ ਉਹ ਹਰ ਗੱਲ 'ਚ ਉਹਨੂੰ ਨਾਲ ਰੱਖਦਾ ਸੀ ਜੇ ਹਰਪਾਲ ਉਹਨੂੰ ਸੁਨੇਹਾ ਭੇਜ ਦਿੰਦਾ ਤੇ ਉਹ ਚਲਾ ਵੀ ਜਾਂਦਾ ਫਿਰ ਕੀ ਹੋਣਾ ਸੀ ਬਹੁਤ ਘੱਟ ਸੰਭਾਵਨਾ ਸੀ ਕਿ ਉਹਦੇ ਵੀ ਗਾਮੇਵਾਂ ਗੋਲੀ ਲੱਗਦੀ ਹੁਣ ਜੋ ਵੀ ਗਾਮੇਵਾਂ ਗੀ ਨਾ ਛੱਪੜ ਵਾਲੀ ਢਾਈ ਮਰਲੇ ਜਗ੍ਹਾ ਦਾ ਮਾਲਕ ਸੀ ਤੇ ਨਾ ਉਹਨੂੰ ਵੀ ਮਾਲਕੀ ਮਿਲਣੀ ਸੀ ਹਾਂ ਪਤਾ ਲੱਗਣ ਤੇ ਭਾਪੇ ਨੇ ਆਪਣੀਆਂ ਗਾਲਾਂ ਨਾਲ ਉਹਨੂੰ ਢਾ ਲੈਣਾ ਸੀ ਖੁਸ਼ਵੰਤ ਉਹਨਾਂ ਗਲਾਂ ਦੀ ਵੀ ਕਲਪਨਾ ਕਰ ਸਕਦਾ ਸੀ ਜੋ ਭਾਪੇ ਦੇ ਮੁਖਾਰਬਿੰਦ ਚੋਂ ਨਿਕਲਣੀਆਂ ਸਨ ਇਹ ਸੱਬਰ ਨੇ ਮੇਰਾ ਲਹੂ ਪੀਣਾ ਲਿਆ ਇਹਨਾਂ ਸ਼ਬਦਾਂ ਨਾਲ ਭਾਪੇ ਦੀ ਰੌਲ ਮੁੱਕਣੀ ਸੀ ਉਹ ਦਿਨ ਸਵੇਰदाई ਭਾਪੇ ਦਾ ਮੂਡ ਵਿਗੜਿਆ ਸੀ ਹੋਇਆ ਇਹ ਕਿ ਸਵੇਰੇ-ਸਵੇਰੇ ਬੀਬੀ ਬਾਹਰ ਬਹਿਣ ਗਈ ਉਹਨਾਂ ਦੇ ਘਰ ਤੋਂ ਅੱਗੇ ਪੈਂਦੇ ਚੌਂਕ 'ਚੋਂ ਮੋੜ ਆਈ ਚੌਂਕ 'ਚ ਖਿਲਰੇ ਚੌਲਾਂ ਦੇ ਦਾਣੇ ਸੰਧੂਰ ਹਲਦੀ ਤੇ ਹੋਰ ਨਿੱਕ-ਸੁੱਕ ਕਿਸੇ ਟੂਣੇ ਦੇ ਨਿਸ਼ਾਨ ਸੀ ਤੇ ਥਾਂ ਵੀ ਪਾਣੀ ਨਾਲ ਗਿੱਲਾ ਸੀ ਬੀਬੀ ਦਾ ਮੱਥਾ ਠਣਕ ਗਿਆ ਤੇ ਉਹ ਗਾਲਾਂ ਕੱਢਣ ਲੱਗ ਪਈ ਸੀ ਕੋਈ ਕੁੱਤੀ ਹਰਾਮ ਦੀ ਨਾ ਆ ਕੇ ਗਈ ਆ ਸਾਡੇ ਘਰ ਕੋਲ ਕੱਖ ਨਾ ਰਹਿ ਉਹਦਾ ਔਤ ਦਾ ਕਿਉਂ ਗਲੀ 'ਚ ਖੜ ਕੇ ਭੌਂਕਣ ਢਈ ਆ ਅੰਦਰ ਬੈਠ ਜਾ ਕੇ ਗਲੀ ਤੇਰੀ ਕੱਲੀ ਦੀ ਆ ਭਾਪੇ ਨੂੰ ਉਹਦਾ ਇਸ ਤਰ੍ਹਾਂ ਬੋਲਣਾ ਚੰਗਾ ਨਹੀਂ ਸੀ ਲੱਗਾ ਉਹਦੀ ਆਵਾਜ਼ ਸੁਣ ਕੇ ਗਿਆਨੀ ਮਾਸਟਰ ਚਾਚਾ ਵੀ ਬਾਹਰ ਨਿਕਲ ਆਇਆ ਸੀ ਚੱਲ ਕੋਈ ਨਹੀਂ ਭਾਬੀ ਜੇ ਹਾਇਦਾਂ ਕਰਕੇ ਹੀ ਕਿਸੇ ਨੂੰ ਔਲਾਦ ਮਿਲਦੀ ਆ ਤਾਂ ਆਪਣਾ ਕੀ ਜਾਂਦਾ ਪਰ ਬੀਬੀ ਫੇਰ ਵੀ ਉੱਚੀ ਉੱਚੀ ਗਾਲਾਂ ਕੱਢਦੀ ਰਹੀ। ਸ਼ਾਇਦ ਉਹਨੂੰ ਲੱਗਦਾ ਸੀ ਕਿ ਉਹਦੀ ਉੱਚੀ ਆਵਾਜ਼ ਉਹਦੇ ਤੱਕ ਵੀ ਪਹੁੰਚ ਰਹੀ ਹੋਵੇਗੀ ਜਿਹੜੀ ਰਾਤ ਨੂੰ ਗਲੀ 'ਚ ਟੂਣਾ ਕਰਕੇ ਗਈ ਐ। ਪਾਪੇ ਨੂੰ ਸਾਰਾ ਦਿਨ ਘੁੰਮਦੀ ਮਸ਼ੀਨ ਦੀ ਆਵਾਜ਼ ਵਿੱਚੋਂ ਬੀਬੀ ਦੀਆਂ ਕੱਡੀਆਂ ਗਾਲਾਂ ਸੁਣਦੀਆਂ ਰਹੀਆਂ ਤੇ ਉਹ ਸਾਰਾ ਦਿਨ ਖਿਜਿਆ ਖਿਜਿਆ ਬੁੱਲਦਾ ਰਿਹਾ। ਆਪਣੀ ਖਿਜ ਵੱਲੋਂ ਦਾ ਧਿਆਨ ਸ਼ਾਮ ਨੂੰ ਫਾਇਰਿੰਗ ਦੀ ਆਵਾਜ਼ ਸੁਣ ਕੇ ਹੀ ਪਰੇ ਹੋਇਆ ਸੀ। ਬੀਬੀ ਫੇਰ ਬੋਲਣ ਲੱਗ ਪਈ ਸੀ। ਦੇਖਿਆ ਮੈਂ ਨਹੀਂ ਸੀ ਕਹਿੰਦੀ ਸਵੇਰ ਦੀ ਅੱਜ ਕੋਈ ਹਬੀ ਨਬੀ ਹੋਣੀ ਸੀ ਪਿੰਡ 'ਚ। ਗਾਮੇ ਦੇ ਕਤਲ ਦਾ ਪਤਾ ਲੱਗਣ ਤੇ ਵੀ ਉਹ ਪਾਪੇ ਨੂੰ ਘੱਟ ਤੇ ਆਪਣੇ ਆਪ ਨੂੰ ਸੁਣਾ ਕੇ ਵੱਧ ਬੋਲੀ ਸੀ ਹੁਣ ਤੱਕ ਘਰ ਕੋਰ ਕਲਯੁਗ ਹੀ ਆ ਗਿਆ ਸਾਡੀ ਮਾਂ ਦੱਸਦੀ ਹੁੰਦੀ ਸੀ ਵੀ ਜੇ ਵੀ ਕੋ ਦੂਰ ਵੀ ਕਿਸੇ ਦਾ ਕਤਲ ਹੋ ਜਾਣਾ ਤਾਂ ਸ਼ਾਮ ਨੂੰ ਲਾਲ ਨੇਰੀ ਸਮਾਣੇ ਚੜਨੀ ਹੁਣ ਤੇ ਫਰਕ ਹੀ ਨਹੀਂ ਪੈਂਦਾ ਕਿਸੇ ਨੂੰ ਗਾਮੇ ਦੀ ਮੌਤ ਦਾ ਵੀ ਹਰਪਾਲ ਹੋਰਾਂ ਨੂੰ ਇੱਕ ਹੱਤਕ ਜਿਹਾ ਮਹਿਸੂਸ ਹੋਣ ਤੋਂ ਵੱਧ ਫਰਕ ਨਹੀਂ ਸੀ ਪਿਆ ਲੱਗਦਾ ਖੁਸ਼ਵੰਤ ਸਤਪਾਲ ਨੂੰ ਨਾਲ ਲੈ ਕੇ ਹਸਪਤਾਲ ਹਰਪਾਲ ਤੇ ਜੀਤੇ ਦਾ ਪਤਾ ਲੈਣ ਜ਼ਰੂਰ ਗਿਆ ਸਤਪਾਲ ਦੀ ਹਰਪਾਲ ਨਾਲ ਹੀ ਆਖਰੀ ਆਖਰੀ ਮੁਲਾਕਾਤ ਸੀ ਕੁਝ ਦਿਨਾਂ ਬਾਅਦ ਉਹ ਆਪਣੇ ਮਾਮੇ ਕੋਲ ਦੂਰ ਦੇ ਵੱਡੇ ਸ਼ਹਿਰ ਚਲਾ ਗਿਆ ਵਾਰਡ ਵਿੱਚ ਦੋਵਾਂ ਦੀਆਂ ਬਾਹਾਂ ਉੱਤੇ ਪੱਟੀਆਂ ਸਨ ਡਾਕਟਰਾਂ ਨੇ ਆਪਰੇਸ਼ਨ ਕਰਕੇ ਛੱਰੀ ਕੱਢ ਦਿੱਤੇ ਸਨ ਦੋਵੇਂ ਹਮੇਸ਼ਾ ਵਾਂਗ ਚੜ੍ਹਦੀ ਕਲਾ 'ਚ ਲੱਗ ਰਹੇ ਸਨ ਸ਼ਾਇਦ ਆਪਣੇ ਵੱਟੇ ਗਾਮੇ ਦੀ ਕੁਰਬਾਨੀ ਦੇਣੀ ਉਹਨਾਂ ਨੂੰ ਬਹੁਤ ਮਹਿੰਗੀ ਨਹੀਂ ਸੀ ਲੱਗੀ ਖੁਸ਼ਵੰਤ ਨੇ ਇਸ ਤੋਂ ਵੱਧ ਇਸ ਝਗੜੇ ਵਿੱਚ ਦਿਲਚਸਪੀ ਨਹੀਂ ਸੀ ਲੱਗੀ ਲਈ ਕੁਝ ਹੋਰ ਲੋਕਾਂ ਨੇ ਵੱਧ ਲਈ ਹੋਏਗੀ ਖਾਸ ਕਰ ਜੋ ਪਹਿਲਾਂ ਹੀ ਪਿੰਡ ਝਰਪਾਲ ਕੇ ਟਬਰ ਨਾਲ ਖਰਖੰਦੇ ਸੀ ਆਉਣ ਵਾਲੀਆਂ ਪੰਚਾਇਤੀ ਚੋਣਾਂ ਝਰਪਾਲ ਦੇ ਖੜੇ ਹੁੰਦੀਆਂ ਵਾਈਆਂ ਸਨ ਹੁਣ ਤੱਕ ਸਰਪੰਚ ਪਿੰਡ ਦੀ ਵੱਡੀ ਪੱਤੀ ਵਿੱਚ ਹੀ ਬਣਦਾ ਰਿਹਾ ਸੀ ਇਸ ਲਈ ਪੁਰਾਣੇ ਸਰਪੰਚਾਂ ਦੇ ਪਰਿਵਾਰ ਵੀ ਹਰਪਾਲ ਦੀ ਖੈਰ ਚਾਉਣ ਵਾਲਿਆਂ ਚ ਨਹੀਂ ਸਰਨ ਰਏ ਪਰ ਇਹਨਾਂ ਹੀ ਪੁਰਾਣੇ ਸਰਪੰਚਾਂ ਦੇ ਪਰਿਵਾਰਾਂ ਦੇ ਵਿਰੋਧੀ ਹਰਪਾਲ ਨਾਲ ਹਮਦਰਦੀ ਵੀ ਰੱਖਦੇ ਸੀ ਇਸ ਚਿਕਣੀ ਮਿੱਟੀ ਵਾਲੇ ਪਿੰਡ 'ਚ ਲੋਕ ਆਪਣੀਆਂ ਹਮਦਰਦੀਆਂ ਈਰਖਾਵਾਂ ਇੰਜ ਹੀ ਤੈਅ ਕਰਦੇ ਸਨ। ਕਈ ਮਹੀਨੇ ਬੀਤ ਗਏ ਹੋਣਗੇ ਇਸ ਗੱਲ ਨੂੰ ਜਦੋਂ ਇੱਕ ਦਿਨ ਹਰਪਾਲ ਨੇ ਖੁਸ਼ਵੰਤ ਨੂੰ ਹੈਰਾਨ ਕਰਤਾ ਸੀ। ਆ ਪੜ ਚਿੱਠੀਏ ਕੁੜੀ ਦੀ। ਇਹਦਾ ਜਵਾਬ ਲਿਖਣਾ ਕੈਂਟ ਜਿਹਾ। ਹਰਪਾਲ ਨੇ ਉਹਨੂੰ ਉਹਨਾਂ ਦਿਨਾਂ ਦੀ ਆਮ ਗੱਲ ਕਾਗਜ਼ ਦਾ ਟੁਕੜਾ ਫੜਾਉਂਦੇ ਆ ਕਿਹਾ। ਚਿੱਠੀ 'ਚ ਜੋ ਲਿਖਿਆ ਸੀ ਉਹਨੇ ਖੁਸ਼ਵੰਤ ਨੂੰ ਹੈਰਾਨ ਨਹੀਂ ਸੀ ਕੀਤਾ। ਉਨਾ ਦਿਨਾਂ ਚ ਗੱਲਾਂ ਕੁੜੀਆਂ ਦੀਆਂ ਚਿੱਠੀਆਂ ਚਾਂਮ ਹੀ ਲਿਖੀਆਂ ਹੁੰਦੀਆਂ ਸੀ ਖੁਸ਼ਵੰਤ ਨੂੰ ਸ਼ਬਦ ਜੋੜਨੇ ਚੰਗੇ ਆਉਂਦੇ ਸੀ ਤੇ ਕੁਝ ਇਸ਼ਕੀਅਤ ਸ਼ੇਅਰ ਵੀ ਉਹਨੂੰ ਯਾਦ ਸੀ ਇਸ ਲਈ ਉਹਦੇ ਕਾਲਜ ਦੇ ਬਹੁਤ ਤੇ ਦੋਸਤ ਆਪਣੀਆਂ ਮਾਸ਼ ਮਾਸ਼ੂ ਕਾਵਾਂ ਦੇ ਖਾਤ ਉਸ ਕੋਲ ਲੈ ਕੇ ਆਉਂਦੇ ਸਨ ਤੇ ਉਹਨਾਂ ਨੂੰ ਜਵਾਬ ਲਿਖ ਕੇ ਦਿਆ ਕਰਦਾ ਸੀ ਖੁਸ਼ਵੰਤ ਹੈਰਾਨ ਲਿਖਣ ਵਾਲੀ ਦਾ ਨਾਮ ਪੜ੍ਹ ਕੇ ਹੋਇਆ ਸੀ ਪੀਰ ਸ਼ਾਹ ਇਨਾਇਦ ਦੀ ਮਹਿਰ ਵਾਲੇ ਇਸ ਪਿੰਡ ਵਿੱਚ ਏ ਵਰੇ ਕਦੇ ਵੀ ਸੁਣ ਪੈਣ ਵਾਲੀ ਫਾਇਰਿੰਗ ਦੇ ਸਨ ਖਾਸ ਕਰ ਪਿੰਡ ਆਉਣ ਵਾਲੀ ਅਖਬਾਰ ਵਿੱਚੋਂ ਰੋਜ਼ ਫਾਇਰਿੰਗ ਦੀ ਆਵਾਜ਼ ਆਉਂਦੀ ਸੀ ਲੋਕਾਂ ਨੂੰ ਹੁਣ ਇਹ ਆਵਾਜ਼ ਹੈਰਾਨੀ ਸੀ ਕਰਦੀ ਡਰਾਉਂਦੀ ਜ਼ਰੂਰ ਸੀ ਤੇ ਜਾਣਨ ਦੀ ਉਤਸੁਕਤਾ ਵਧਾਉਂਦੀ ਸੀ ਕਿ ਅੱਜ ਇਸ ਚਿੱਲੀ ਗੋਲੀ ਦੀ ਸੇਧ ਵਿੱਚ ਕੌਣ ਖੜਾ ਸੀ ਪਰ ਇਸ ਤੋਂ ਬਿਨਾਂ ਵੀ ਬਹੁਤ ਕੁਝ ਬਦਲ ਰਿਹਾ ਸੀ ਜਿਸ ਮੁਲਕ ਵਿੱਚ ਇਹ ਧਰਤੀ ਆਉਂਦੀ ਹੈ ਜਿਸ ਉੱਤੇ ਕਈ ਸਦੀਆਂ ਤੋਂ ਚੀਕਣੀ ਮਿੱਟੀ ਵਾਲਾ ਇਹ ਪਿੰਡ ਵਸਿਆ ਹੋਇਆ ਹੁਣ ਤੋਂ ਇੱਕ ਦੋ ਬਰੇ ਬਾਅਦ ਉੱਥੇ ਮੁਲਕ ਦੀ ਰਾਜਧਾਨੀ ਅੰਦਰ ਇਸ ਧਰਤੀ ਦੇ ਲੋਕਾਂ ਵਰਗੇ ਪਗ ਬਨੇਕ ਮੰਤਰੀ ਨੇ ਆਉਣਾ ਸੀ ਤੇ ਮੁਲਕ ਦੇ ਚੱਲਣ ਦੀ ਦਿਸ਼ਾ ਬਦਲ ਦੇਣੀ ਸੀ। ਇਹ ਚਿੱਕੜੀ ਮਿੱਟੀ ਵਾਲਾ ਪਿੰਡ ਤਾਂ ਥਪ-ਥਪਾਈਆਂ ਜਾ ਰਹੀਆਂ ਬੈਂਚਾਂ ਦੇ ਦਰਮਿਆਨ ਹੋ ਰਏ। ਬਦਲਾਅ ਦੇ ਐਲਾਨ ਤੋਂ ਪਹਿਲਾਂ ਹੀ ਉਸ ਦਿਸ਼ਾ ਵੱਲ ਮੁੜ ਚੁੱਕਾ ਸੀ। ਪਿੰਡ ਦੀ ਇੱਕ ਨਵੀਂ ਆਈ ਪੜ੍ਹੀ ਲਿਖੀ ਨੂ ਨੇ ਆਪਣਾ ਸਕੂਲ ਖੋਲ੍ਹਿਆ ਸੀ ਤੇ ਪੈਸੇ ਵਾਲਿਆਂ ਨੇ ਦੇ ਨਿਆਣੇ ਸਰਕਾਰੀ ਸਕੂਲਾਂ ਤੋਂ ਹਟਣੇ ਸ਼ੁਰੂ ਹੋ ਗਏ ਸੀ। ਸ਼ਹਿਰੀ ਕਾਲਜਾਂ 'ਚ ਲੱਗਦੇ ਧਾਰਮਿਕ ਜੈਕਾਰੇ ਪਿਛਲੇ ਦਿਨੀ ਪਿੰਡ ਦੇ ਸਕੂਲ ਵਿੱਚ ਵੀ ਲੱਗੇ ਸਨ ਤੇ ਮਾਸਟਰਾਂ ਨੇ ਡਰ ਦੇ ਮਾਰੇ ਪੜਾਉਣਾ ਬੰਦ ਕਰ ਦਿੱਤਾ ਸੀ ਸਿਰਫ ਆਪਣੀ ਤਨਖਾਹ ਨੂੰ ਲੁੱਟੇ ਜਾਣ ਤੋਂ ਬਚਾ ਕੇ ਸਹੀ ਸਲਾਮਤ ਆਪਣੇ ਘਰਾਂ ਤੱਕ ਪਹੁੰਚਣਾ ਹੀ ਉਹਨਾਂ ਦਾ ਫਿਕਰ ਰਹਿ ਗਿਆ ਸੀ ਇੱਕ ਹੋਰ ਨਵੀਂ ਚੀਜ਼ ਜੋ ਚਿੱਕੜੀ ਮਿੱਟੀ ਵਾਲੇ ਇਸ ਪਿੰਡ ਚ ਆਈ ਉਹ ਸੀ ਸੋਨਾ ਨਯੰਤਰਾ ਦੀ ਐਕਸਚੇਂਜ ਪਹਿਲਾਂ ਲੋਕ ਬੇਗਾਨੀਆਂ ਧਰਤੀਆਂ ਤੇ ਬੈਠੇ ਆਪਣੇ ਪੁੱਤਰਾਂ ਧੀਆਂ ਤੇ ਰਿਸ਼ਤੇਦਾਰਾਂ ਦੀ ਖੈਰੀਅਤ ਪੁੱਛਣ ਲਈ ਸ਼ਹਿਰ ਦੇ ਸਰਕਾਰੀ ਡਾਕਖਾਨੇ ਜਾਇਆ ਕਰਦੇ ਸੀ ਕੰਟਿਆਮਬਦ ਦੀ ਉਡੀਕ ਕਰਨ ਵਿੱਚ ਉਹਨਾਂ ਦੀ ਗੱਲਬਾਤ ਦੀ ਵਾਰੀ ਆਉਂਦੀ ਸੁਣੀ ਆਵਾਜ਼ ਨੂੰ ਉਹ ਸਾਵਧਾਨੀ ਨਾਲ ਆਪਣੇ ਘਰਾਂ ਤੱਕ ਲੈ ਆਉਂਦੇ ਤੇ ਸਭ ਨੂੰ ਸੁਣਾਉਂਦੇ ਉਸ ਆਵਾਜ਼ ਪਿੱਛੇ ਪੌਂਡਾਂ ਡਲਰਾਂ ਦੀ ਮਹਿਕ ਹੁੰਦੀ ਇਹ ਮਹਿਕ ਸਭ ਨੂੰ ਸਰਸ਼ਾਰ ਕਰ ਦਿੰਦੀ ਪਿੰਡ ਦੇ ਸਰਦੇ ਪੁੱਜ ਦੇ ਘਰਾਂ ਨੇ ਸੁਣਨ ਯੰਤਰ ਲਵਾ ਲਏ ਕਾਲੇ ਲਾਲ ਹਰੇ ਰੰਗ ਦੇ ਮੋٹے ਬੇਟੇ ਬਿਜੇ ਇਹ ਯੰਤਰ ਘਰ ਦੀ ਬੈਠਕ ਤੇ ਸ਼ਿਸ਼ੋਭਤ ਹੋ ਗਏ ਹਰ ਕਿਸੇ ਨੂੰ ਆਪਣਾ ਨੰਬਰ ਮਿਲ ਗਿਆ ਯੰਤਰ ਯੰਤਰ ਉੱਤੇ ਨੰਬਰ ਵਾਲੀਆਂ ਮੋਰੀਆਂ ਚ ਉਂਗਲਾ ਫਸਾ ਕੇ ਹੀਠਾ ਤੱਕ ਘੁਮਾਉਂਦੇ ਉਹ ਨੰਬਰ ਬਣਾਉਂਦੇ ਜਿੱਥੇ ਉਹਨਾਂ ਗੱਲ ਕਰਨੀ ਹੁੰਦੀ ਇੱਕ ਨਵਾਂ ਸ਼ਬਦ ਉਹਨਾਂ ਪਹਿਲੀ ਵਾਰੀ ਸੁਣਿਆ ਤੇ ਬੋਲਣਾ ਸਿੱਖਿਆ ਹੈਲੋ ਯੰਤਰ ਦੀ ਘੰਟੀ ਵੱਜਦੀ ਤਾਂ ਘਰ ਦੇ ਪੁਰਾਣੇ ਬੰਦੇ ਬੁੜੀਆਂ ਡਰ ਜਾਂਦੇ ਕੋ ਛੇਤੀ ਨਾਲ ਇਹ ਯੰਤਰ ਫੜ ਕਿਸੇ ਨਾਲ ਗੱਲ ਕਰਨ ਨੂੰ ਤਿਆਰ ਨਾ ਹੁੰਦੇ ਜੇ ਗੱਲ ਕਰਦੇ ਵੀ ਤਾਂ ਇੰਨੀ ਉੱਚੀ ਯੰਤਰ 'ਚ ਬੋਲਦੇ ਕਿ ਗਵਾਂਡੀਆਂ ਨੂੰ ਵੀ ਪੂਰੀ ਗੱਲ ਸੁਣ ਜਾਂਦੀ ਪਰ ਵਿਦੇਸ਼ੀ ਪੌਂਡਾਂ ਡਾਲਰਾਂ ਦੀ ਮਹਿਕ ਉਹ ਗਵਾਂਡੀਆਂ ਤੱਕ ਨਾ ਪਹੁੰਚਣ ਦਿੰਦੇ ਨਵੇਂ ਮੁੰਡੇ ਕੁੜੀਆਂ ਲਈ ਨਵੀਂ ਖੇਡ ਸੀ ਜੋ ਪੂਰੀ ਮੁਹਾਰਤ ਨਾਲ ਖੇਡਣ ਲੱਗੇ ਸਨ ਖਾਸ ਤੌਰ ਤੇ ਕੁੜੀਆਂ ਲਈ ਇਹ ਯੰਤਰ ਬਾਹਰ ਲਈ ਦੁਨੀਆ ਵੱਲ ਖੁੱਲਦੀ ਖਿੜਕੀ ਬਣ ਗਈ ਸੀ ਇੱਕ ਵਾਰ ਸਕੂਲਾਂ ਜਾਂ ਕਲਜੋਂ ਘਰ ਆ ਉਹਨਾਂ ਦਾ ਕਿਸੇ ਵਾਜਬ ਤੇ ਨੈਤਿਕ ਸਮਝੇ ਜਾਣ ਵਾਲੇ ਕੰਮ ਤੋਂ ਬਿਨਾਂ ਬਾਹਰ ਨਿਕਲਣਾ ਵਰਜਿਤ ਸੀ ਹੁਣ ਉਹਨਾਂ ਦੀ ਆਵਾਜ਼ ਘਰੋਂ ਬਾਹਰ ਨਿਕਲ ਸਕਦੀ ਸੀ ਇਹ ਆਵਾਜ਼ ਉਹ ਗੱਲਾਂ ਕਰ ਸਕਦੀ ਸੀ ਜਿਨ੍ਹਾਂ ਨੂੰ ਉੰਜ ਕਰਨਾ ਔਖਾ ਸੀ ਇਸੇ ਲੈ ਕੇ ਅੰਜ ਬੰਦ ਕੁੜੀਆਂ ਨੂੰ ਨਵਾਂ ਸੁਗਲ ਮਿਲ ਗਿਆ ਸੀ ਉਹ ਕੋਈ ਵੀ ਨੰਬਰ ਘਮਾਉਂਦੀਆਂ ਜੇ ਅੱਗੇ ਕੋਈ ਔਰਤ ਜਾਂ ਬਜ਼ੁਰਗ ਜਾਪ ਦੇ ਮਰਦ ਦੀ ਆਵਾਜ਼ ਆਉਂਦੀ ਤਾਂ ਉਹ ਯੰਤਰ ਰੱਖ ਦਿੰਦੀਆਂ ਜੇ ਕੋਈ ਜਵਾਨ ਮਰਦਾਂਵੀਂ ਆਵਾਜ਼ ਆਉਂਦੀ ਤਾਂ ਉਸ ਨਾਲ ਬਿਨਾਂ ਆਪਣੀ ਪਛਾਣ ਦੱਸਿਆ ਗੱਲਾਂ ਕਰਨ ਲੱਗਦੀਆਂ ਉਹ ਗੱਲਾਂ-ਗੱਲਾਂ ਵਿੱਚ ਸ਼ਰਾਰਤਾਂ ਕਰਦੀਆਂ ਮੁੰਡਿਆਂ ਨੂੰ ਤੜਪਾਉਂਦੀਆਂ ਅੰਦਰੋਂ ਕਿਤੇ ਉਹ ਸੰਤੁਸ਼ਟੀ ਮਹਿਸੂਸ ਕਰਦੀਆਂ ਉਸ ਵੇਲੇ ਯੰਤਰ ਉੱਤੇ ਮੁੰਡਿਆਂ ਨਾਲ ਪੂਰੀ ਬੇਬਾਕੀ ਨਾਲ ਗੱਲਾਂ ਕਰਦੇ ਆਂ ਆਪਣੇ ਆਪ ਨੂੰ ਉਹਨਾਂ ਨੂੰ ਦੇਨ ਬਰਾਬਰ ਸਮਝਦੀ ਆ ਉਹਨਾਂ ਦੀ ਸਾਰੀ ਹੀਣ ਭਾਵਨਾ ਮੁੱਕ ਜਾਂਦੀ ਇਸੇ ਤਰ੍ਹਾਂ ਇੱਕ ਆਵਾਜ਼ ਹਰਪਾਲ ਨਾਲ ਕਾਫੀ ਦਿਨ ਖੇਡਦੀ ਰਹੀ ਸੀ ਤੇ ਯੰਤਰ ਦੀ ਘੰਟੀ ਉਦੋਂ ਵੱਜਦੀ ਜਦੋਂ ਉਹ ਘਰ ਹੁੰਦਾ ਜੇ ਕੋਈ ਹੋਰ ਯੰਤਰ ਚੁੱਕ ਲੈਂਦਾ ਤਾਂ ਆਗੋਂ ਕੋਈ ਆਵਾਜ਼ ਨਾ ਆਉਂਦੀ ਥੋੜੀ ਦੇਰ ਬਾਅਦ ਘੰਟੀ ਫੇਰ ਵੱਜ ਉੱਠਦੀ ਉਹ ਚੁੱਕਦਾ ਤਾਂ ਇੱਕ ਮਿੱਠੀ ਸ਼ਰਾਰਤੀ ਆਵਾਜ਼ ਉਹਦੇ ਨਾਲ ਗੱਲਾਂ ਜੁਟ ਜਾਂਦੀ ਹੈਲੋ ਹੈਲੋ ਕੌਣ ਬੋਲਦਾ ਬੁੱਝ ਲਓ ਮੈਂ ਕਿਹੜਾ ਜੋਤਸ਼ੀ ਹਾਂ ਜੋਤਸ਼ੀ ਕੀ ਤੁਹਾਡੇ ਸਾਹਮਣੇ ਮੇਰੇ ਕੋਲ ਟਾਈਮ ਨਹੀਂ ਹੈ ਨਾ ਮੇਰੇ ਕੋਲ ਤਾਂ ਹੈਗਾ ਮੈਂ ਤਾਂ ਭਾਵੇਂ ਸਾਰਾ ਦਿਨ ਗੱਲਾਂ ਕਰਦੀ ਇਰਾਹਾਂ ਤੁਹਾਡੇ ਨਾਲ ਅੱਛਾ ਇੰਨੀ ਵਹਿਲੀ ਆ ਤੁਹਾਡੇ ਲਈ ਵਹਿਲੀ ਵਹਿਲਾ ਤੂੰ ਬੋਲਦੀ ਕੌਣ ਭਲਾ ਬੁੱਝੂ ਖਾਂ ਅੱਛਾ ਬੁੱਜਣਾ ਪਊ ਤੂੰ ਤਾਂ ਮੈਨੂੰ ਸ੍ਰੀ ਦੇਵੀ ਲੱਗਦੀ ਆ ਹਾਈ ਇੰਨੀ ਬੁੱਢੀ ਨਹੀਂ ਮੈਂ ਫੇਰ ਪ੍ਰੀਤੀ ਸਪਰੂ ਹੋਏਗੇ ਮੈਂ ਫਿਲਮਾਂ ਚ ਨਹੀਂ ਬਾਹਰ ਦੀ ਦੁਨੀਆ ਚ ਰਹਿਣੀ ਆ ਇੱਕ ਗੱਲ ਦੱਸਾਂ ਤੁਸੀਂ ਅੱਜ ਬੜੇ ਸੋਹਣੇ ਲੱਗਦੇ ਹੋ ਸ਼ਰਦਾਈ ਕੁੜਤੇ ਪਜਾਮੇ ਚ ਹਰਪਾਲ ਨੇ ਸੱਤੀ ਉਸੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਇਹਦਾ ਮਤਲਬ ਇਹ ਕੁੜੀ ਐਸੇ ਪਿੰਡ ਦੀ ਸੀ ਉਹ ਅੱਜ ਪਿੰਡੋਂ ਬਾਹਰ ਕਿਤੇ ਗਿਆ ਹੀ ਨਹੀਂ ਸੀ। ਇਸੇ ਤਰ੍ਹਾਂ ਕਈ ਵਾਰ ਉਹਦੀਆਂ ਗੱਲਾਂ ਤੋਂ ਅੰਦਾਜ਼ਾ ਲੱਗਦਾ ਕਿ ਉਹ ਆਵਾਜ਼ ਹਰਪਾਲ ਹੋਰਾਂ ਦੇ ਨੇੜੇ ਕਿਤੇ ਰਹਿੰਦੀ ਹੈ। ਰੋਜ਼ ਉਹਨੂੰ ਗੋਹ ਨਾਲ ਵਾਚਦੀ ਉਹਦੀ ਹਰ ਹਰਕਤ ਨੂੰ ਜਾਣਦੀ। ਕਈ ਵਾਰ ਕੋਠੇ ਤੇ ਚੜ੍ਹ ਆਲੇ ਦੁਆਲੇ ਦੇਖਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦਾ ਕਿ ਕਿਸ ਕਿਸ ਦੇ ਘਰ ਸੁਣਨ ਯੰਤਰ ਲੱਗਾ ਹੋਇਆ ਹੈ। ਕਿਸ ਘਰ 'ਚੋਂ ਉਹਨੂੰ ਤੱਕਿਆ ਜਾ ਸਕਦਾ ਹੈ। ਕਈ ਵਾਰ ਜਦੋਂ ਉਹਦੇ ਕੋਲ ਕੋਈ ਨਾ ਹੁੰਦਾ ਉਹ ਜਾਣਬੁੱਝ ਕੇ ਅਸ਼ਲੀਲ ਗੱਲਾਂ ਕਰਨ ਲੱਗਦਾ ਸ਼ਾਇਦ ਇਸ ਕੁੜੀ ਨੂੰ ਇਸ ਤਰ੍ਹਾਂ ਸ਼ਰਮ ਆ ਜਾਏ ਪਰ ਉਹ ਦੀਆਂ ਗੱਲਾਂ ਉਹ ਗੱਲਾਂ ਵੀ ਸੁਣਦੀ ਰਹਿੰਦੀ ਆਖਰ ਚ ਇਹ ਕਹਿ ਕੇ ਉਹਨੂੰ ਹੋਰ ਖਿਜਾ ਦਿੰਦੀ ਪਤਾ ਹੈ ਮੈਨੂੰ ਤੁਹਾਡੀਆਂ ਆ ਗੱਲਾਂ ਵੀ ਬੜੀਆਂ ਚੰਗੀਆਂ ਲੱਗਦੀਆਂ ਇਹ ਆਵਾਜ਼ ਹਰਪਾਲ ਦੇ ਮਰਦਾਂਵੇਂ ਪਣ ਲਈ ਵੰਗਾਰ ਬਣ ਗਈ ਸੀ ਇੱਕ ਮਲੂਕ ਜੀ ਆਵਾਜ਼ ਨੇ ਉਹਨੂੰ ਉਲਝਾ ਦਿੱਤਾ ਸੀ ਅੱਜ ਤੱਕ ਆਪਣੇ ਉੱਤੇ ਇੰਨਾ ਬੋਝ ਨਹੀਂ ਸੀ ਹੌਣ ਦਿੱਤਾ ਉਹਨੇ ਕਿਸੇ ਨੂੰ ਬਹੁਤ ਵਾਰ ਖੇਤਾਂ ਚ ਪੱਠਾ ਦਿੱਤਾ ਵੱਡਣਾਈਆਂ ਕੁੜੀਆਂ ਵੀ ਉਹਨੂੰ ਕਿਸੇ ਗੱਲੋਂ ਛੇੜ ਜਾਂਦੀਆਂ ਸੀ ਗੋਰੇ ਰੰਗ ਲੰਮੇ ਕੱਦ ਤੇ ਫਿਲਮੀ ਹੀਰੋਆਂ ਵਰਗਾ ਉਹ ਮੜੰਗਾ ਵੇਖਣ ਨੂੰ ਹਰ ਕਿਸੇ ਨੂੰ ਸੋਹਣਾ ਲੱਗਦਾ ਸੀ ਉਹਦੀ ਦੂਜੀ ਖੇਚ ਪਾੜਾ ਹੋਣ ਕਰਕੇ ਸੀ ਪਰ ਜਿਸ ਵੀ ਕੁੜੀ ਨੇ ਉਹਦੇ ਨਾਲ ਪੰਗਾ ਲਿਆ ਸੀ ਉਹਦੇ ਨਾਲ 2-3 ਦਿਨਾਂ ਵਿੱਚ ਹੀ ਕਿਸੇ ਖੇਚ ਸੇਜ ਸਜ਼ਾ ਲੈਣ ਦਾ ਆਦੀ ਸੀ ਅਗਰ ਇੱਕ ਦਿਨ ਉਹ ਸ਼ਾਮ ਢਲੇ ਐਕਸਚੇਂਜ ਪਹੁੰਚ ਗਿਆ ਉਹਦੀ ਡੱਬ 'ਚ ਘਰੇ ਕੱਢੀ दारू ਦੀ ਬੋਤਲ ਸੀ ਐਕਸਚੇਂਜ 'ਚ ਕੰਮ ਕਰਦੇ ਬਾਹੂ ਨਾਲ ਉਸ ਦਿਨ ਉਹਨੇ ਪਹਿਲੀ ਵਾਰ ਪੀਤੀ ਤੇ ਤਿੱਖੀ दारू ਦੇ ਤੀਸਰੇ ਪੈਗ ਤੋਂ ਬਾਅਦ ਬਾਹੂ ਦਾ ਜਨਮ ਜਨਮ ਦਾ ਮਿੱਤਰ ਬਣ ਗਿਆ ਉਹ ਮਿੱਤਰ ਜੋ ਦੀ ਇੱਕ ਆਵਾਜ਼ ਤੇ ਜਾਨ ਵੀ ਵਾਰ ਸਕਦਾ ਸੀ ਭਾਵੂ ਦੇ ਲਈ ਕੁਝ ਵੀ ਕਰ ਸਕਦਾ ਸੀ ਦੋ ਦਿਨਾਂ ਬਾਅਦ ਉਹਨੇ ਆਪਣੇ ਬੋਲ ਪਗੌਂਦਿਆਂ ਹਰਪਾਲ ਨੂੰ ਦੱਸਿਆ ਕਿ ਉਹਦੇ ਘਰ ਅਕਸਰ ਆਉਣ ਵਾਲੀ ਆਵਾਜ਼ ਪ੍ਰੀਤਮ ਸਿੰਘ ਵਲਦ ਦਸੌਂਦਾ ਸਿੰਘ ਦੇ ਘਰੋਂ ਨਿਕਲਦੀ ਹੈ ਹਰਪਾਲ ਨੂੰ ਛੇਤੀ ਇਤਬਾਰ ਨਾ ਆਇਆ ਪ੍ਰੀਤਮ ਸਿੰਘ ਤਾਂ ਪ੍ਰੀਤੂ ਹੀ ਸੀ ਜੋ ਇਸ ਵੇਲੇ ਉਹਨਾਂ ਦੇ ਕੰਮੇ ਗਾਮੇ ਦੇ ਕਤਲਚੰਦਰ ਸੀ ਤੇ ਪ੍ਰੀਤੂ ਦੇ ਘਰੋਂ ਇਸ ਤਰ੍ਹਾਂ ਦੀ ਮਲੂਕ ਜਈ ਪਿਆਰ ਨਾਲ ਭਰੀ ਆਵਾਜ਼ ਕਿਵੇਂ ਆ ਸਕਦੀ ਸੀ ਉਹ ਆਵਾਜ਼ ਜੋ ਉਸ ਬਾਰੇ ਸਭ ਕੁਝ ਜਾਣਦੀ ਹੋਵੇ ਪਾਸ਼ੀ ਹਾਂ ਪਾਸ਼ੀ ਸੀ ਗੱਲ ਉਹਦੇ ਦਿਮਾਗ 'ਚ ਸਾਫ਼ ਹੋਣ ਲੱਗੀ ਇਹ ਆਵਾਜ਼ ਪਾਸ਼ੀ ਦੀ ਸੀ ਪ੍ਰੀਤੂ ਦੀ ਕੁੜੀ ਦੀ ਹੁਣ ਆਵਾਜ਼ ਵਿੱਚੋਂ ਪਾਸ਼ੀ ਦਾ ਲਹਿਜਾ ਸਭ ਪਛਾਣ ਸਕਦਾ ਸੀ ਉਹ ਪਾਸ਼ੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਨਿੱਕੇ ਹੁੰਦਿਆਂ ਤੇ ਉਹਨਾਂ ਦੇ ਵਿੜੇ 'ਚ ਖੇਡਣ ਆਉਂਦੀ ਰਹੀ ਹੈ। ਸੰਗ ਆਉਣ ਦੀ ਉਮਰੋਂ ਪਹਿਲਾਂ ਨਿੱਕੇ ਹੁੰਦੇ ਆ ਉਹਦੇ ਨਾਲ ਗੱਲਾਂ ਵੀ ਕਰ ਲੈਂਦੇ ਸੀ। ਪਰ ਉਹਨੇ ਪਾਸ਼ੀ ਨੂੰ ਹਮੇਸ਼ਾ ਨਿੱਕੀ ਦੇਖਿਆ ਤੇ ਸਮਝਿਆ ਇਸ ਲਈ ਉਹਨੂੰ ਇਸ ਨਜ਼ਰ ਤੋਂ ਕਦੇ ਨਹੀਂ ਸੀ ਦੇਖਿਆ। ਪਰ ਪਾਸ਼ੀ ਉਸ ਨਾਲ ਇਹ ਇਹ ਗੱਲਾਂ ਕਿਉਂ ਕਰ ਰਹੀ ਸੀ? ਉਹ ਵੀ ਉਦੋਂ ਜਦੋਂ ਉਹਨੂੰ ਪਤਾ ਸੀ ਕਿ ਉਹਦਾ ਪਿਓ ਸਾਡੇ ਨਾਲ ਝਗੜੇ 'ਚ ਜੇਲ੍ਹ 'ਚ ਬੈਠਾ ਹੈ। ਕਿਤੇ ਕੋਈ ਜਾਲ ਤਾਂ ਨਹੀਂ ਸੀ ਜਿਵੇਂ ਕਹਿੰਦੇ ਪੁਰਾਣੇ ਵੇਲਿਆਂ 'ਚ ਰਾਜੇ ਆਪਣੀਆਂ ਵੈਰੀਆਂ ਨੂੰ ਫਸਾਉਣ ਲਈ ਇੱਕ ਵਿਸ਼ ਕਈ ਵਿਸ਼ ਕਨੇਵਾ ਭੇਜਿਆ ਕਰਦੇ ਸੀ ਹਰਪਾਲ ਦੇ ਮਨ 'ਚ ਸਾਰੇ ਸਵਾਲ ਜਾਗੇ ਵੀ ਤੇ ਸੌ ਵੀ ਗਏ ਕਿਸੇ ਅਣਜਾਣੀ ਆਵਾਜ਼ ਨਾਲ ਕੀਤੀਆਂ ਸਾਰੀਆਂ ਸ਼ਲੀਲ ਅਸ਼ਲੀਲ ਗੱਲਾਂ ਦੇ ਅਰਥ ਹੁਣ ਉਸ ਲਈ ਹੋਰ ਹੋ ਗਏ ਤੇ ਉਹਨਾਂ ਗੱਲਾਂ ਵਿੱਚ ਆਉਣ ਵਾਲਾ ਸਵਾਦ ਵੀ ਬਦਲ ਗਿਆ ਉਨੇ ਪਾਸ਼ੀ ਵਿਵੰਗਾਰ ਸਵੀਕਾਰ ਕਰ ਲਈ ਦੋ ਤਿੰਨ ਦਿਨਾਂ ਬਾਅਦ ਹੀ ਰਾਤ ਦੇ ਹਨੇਰੇ 'ਚ ਪਾਸ਼ੀ ਆਪਣੇ ਘਰ ਦੇ ਬਾਹਰ ਗਲੀ ਚਰਪਾਲ ਦੀਆਂ ਬਾਹਾਂ 'ਚ ਸੀ ਫਿਰ ਉਹ ਰਾਤ ਬਰਾਤੀ ਉਹਦੇ ਘਰ ਉਹਦੇ ਕਮਰੇ ਵਿੱਚ ਵੀ ਆਉਣ ਲੱਗ ਪਈ ਪਹਿਲੀ ਰਾਤ ਉਹਦੇ ਨਾਲ ਲੇਟਦੀ ਐ ਉਹ ਹਰਪਾਲ ਦੀਆਂ ਅੱਖਾਂ ਚੱਖਾਂ ਪਾਪ ਬਿਨਾਂ ਕਿਸੇ ਝਿਜਕ ਦੇ ਬੋਲੇ ਸੀ ਹਰਪਾਲ ਉਹ ਬਾਹ ਕੋਦੇ ਮੂਹਲ ਵੇਖਦਾ ਰਿਹਾ ਇਹ ਸ਼ਬਦ ਉਹਨੇ ਕਿੱਥੋਂ ਸੁਨੇ ਸੀ ਹਰਪਾਲ ਦੇ ਜ਼ਹਿਨ 'ਚ ਬਲਿਊ ਫਿਲਮਾਂ 'ਚੇ ਡਾਇਲੌਗ ਬੋਲਦੇ ਬੰਦੇ ਤੇ ਮੇਮਾ ਉੱਬਰ ਆਈਆਂ ਪਰ ਪਾਸ਼ੀ ਨੇ ਕਦੀ ਇਸ ਤਰ੍ਹਾਂ ਦੀ ਫਿਲਮ ਨਹੀਂ ਸੀ ਦੇਖੀ ਬਾਅਦ ਹਰਪਾਲ ਦੇ ਪੁੱਛਣ ਤੇ ਉਹਨੇ ਦੱਸਿਆ ਸੀ ਕਿ ਇੱਕ ਵਾਰੇ ਉਹਦੇ ਅਮਰੀਕਾ ਤੋਂ ਆਏ ਮਾਸੀ ਦੇ ਮੁੰਡੇ ਨੇ ਇਦਾਂ ਕਿਹਾ ਸੀ ਕਹਿਣ ਪੁੱਛੋਂ ਨੇ ਜੋ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਪਾਸ਼ੀ ਨੂੰ ਉਹਦਾ ਅਰਥ ਵੀ ਪਤਾ ਲੱਗਿਆ ਸੀ ਪਾਸ਼ੀ ਉਹਨੂੰ ਕੁਝ ਵੀ ਕਹਿ ਕਹਿ ਲੰਦੀ ਸੀ ਮਿਲਣ ਤੋਂ ਪਹਿਲਾਂ ਕੀਤੀਆਂ ਗੱਲਾਂ ਨੇ ਉਹਦੀ ਝਿਜਕ ਮਿਟਾ ਦਿੱਤੀ ਹਰਪਾਲ ਉਹਦੇ ਲਈ ਉਹਦੀ ਆਜ਼ਾਦੀ ਸੀ ਇਹ ਲਔਣੇਰ ਪਾਲ ਨੂੰ ਸਿਰਫ ਆਵਾਜ਼ ਨਾਲ ਛੁਏਆ ਸੀ ਹੁਣ ਉਹਦੇ ਮਰਦਾਂਵੇਂ ਜਿਸਮ ਨੂੰ ਕਿਤੇ ਵੀ ਛੂਹ ਸਕਦੇ ਸੀ ਪਿਓ ਦੀ ਗੈਰ ਹਾਜ਼ਰੀ ਚ ਵੈਸੇ ਵੀ ਆਜ਼ਾਦੀ ਦੁੱਗਣੀ ਹੋ ਜਾਂਦੀ ਹੈ ਚਿੱਕੜੀ ਮਿੱਟੀ ਵਾਲੇ ਇਸ ਪਿੰਡ ਚ ਆਜ਼ਾਦੀ ਮੁਸਲਮਾਨਾਂ ਨਾਲ ਪਾਕਿਸਤਾਨ ਨਹੀਂ ਸੀ ਗਈ ਪਰ ਪਿੰਡ ਚ ਮੁੰਡੇ ਕੁੜੀਆਂ ਲਈ ਰਾਤ ਬਰਾਤੇ ਗਲੀਆਂ ਦੀ ਸੁੰਨ ਸਾਂਝੀ ਨਿਕਲ ਸਕਦੀ ਸੀ ਪਰ ਚਿੱਠੀ ਖੁਸ਼ਵੰਤ ਨੂੰ ਗੱਲ ਦੀ ਸਮਝ ਨਹੀਂ ਸੀ ਲੱਗੀ ਉਹਨਾਂ ਕੋਲ ਗੱਲਾਂ ਨੂੰ ਸੁਣਨ ਯੰਤਰ ਸਨ ਉਹ ਵੈਸੇ ਵੀ ਇੱਕ ਦੂਜੇ ਨੂੰ ਮਿਲਦੇ ਸਨ ਫਿਰ ਚਿੱਠੀ ਪੱਤਰ ਦੀ ਕੀ ਲੋੜ ਸੀ ਹਾਲਾਂਕਿ ਉਹਨਾਂ ਦਿਨਾਂ ਦੀ ਆਮ ਗੱਲ ਸੀ ਯਾਰ ਇਹ ਪਾਸ਼ੀ ਤਾਂ ਨਾ ਕੁਝ ਗੱਲਾਂ 'ਚ ਯਵੀਆਂ ਮਾਰਨ ਡੈ ਡੈ ਪੈਂਦੀ ਆ ਓਕੇ ਮੈਂ ਚਿੱਠੀ ਲਿਖੀ ਆ ਹੁਣ ਮੈਨੂੰ ਜਵਾਬ ਵੀ ਚਾਹੀਦਾ ਮੈਂ ਤੇ ਕਦੇ ਲਿਖਿਆ ਨਹੀਂ ਹੁਣ ਤੂੰ ਹੀ ਬਣਾ ਕੇ ਦੇ ਦੇ ਮੈਨੂੰ ਜਵਾਬ ਨਹੀਂ ਤਾਂ ਰਾਤ ਲੜੀ ਜਾਣਾ ਉਹਨੇ ਮੇਰੇ ਨਾਲ ਖੁਸ਼ਵੰਤ ਨੇ ਜਵਾਬ ਲਿਖ ਦਿੱਤਾ ਜਿਸ ਤਰ੍ਹਾਂ ਦਾ ਉਹ ਅਕਸਰ ਲਿਖਦਾ ਹੁੰਦਾ ਸੀ ਪਾਸ਼ੀ ਦੀ ਚਿੱਠੀ ਵੀ ਤਾਂ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਉਹਨਾਂ ਦਿਨਾਂ 'ਚ ਕੁੜੀਆਂ ਲਿਖਿਆ ਕਰਦੀਆਂ ਸਨ। ਲਿਖੇ ਸ਼ਬਦਾਂ ਦਾ ਕੋਈ ਭਵਿੱਖ ਨਹੀਂ ਸੀ ਹੁੰਦਾ ਪਰ ਫਿਰ ਵੀ ਕੋਈ ਕੁੜੀ ਲਿਖਣਾ ਨਹੀਂ ਸੀ ਟੱਲਦੀ। ਖੋਖਲੇ ਸ਼ਬਦਾਂ ਵਾਲੇ ਮੁੰਡਿਆਂ ਦੇ ਜਵਾਬ ਸਿਰਫ ਅਗਲੀ ਹੋਣ ਵਾਲੀ ਮੁਲਾਕਾਤ ਨੂੰ ਸਾਂਭਣ ਵਾਲੇ ਹੀ ਹੁੰਦੇ ਸੀ। ਐਨ ਉਸੇ ਤਰ੍ਹਾਂ ਦੇ ਜਿਵੇਂ ਖੁਸ਼ਵੰਤ ਮਿੱਤਰਾਂ ਲਈ ਲਿਖਿਆ ਕਰਦਾ ਸੀ। ਉਹਨੇ ਆਪ ਲਾਲੀ ਦੇ ਕਿਸੇ ਖੱਦਾ ਕਦੀ ਜਵਾਬ ਨਹੀਂ ਸੀ ਲਿਖਿਆ। ਲਾਲੀ ਨੇ ਕਦੇ ਜਵਾਬ ਮੰਗਿਆ ਵੀ ਨਹੀਂ ਸੀ। ਹਰਪਾਲ ਬੋਲਦਾ ਗਿਆ ਯਾਰ ਇਹ ਕੁੜੀ ਤਾਂ ਹੱਡਾਂ 'ਚ ਰੋਂਗੀ ਮੇਰੇ। ਖੁਸ਼ਵੰਤ ਸਮਝ ਗਿਆ ਕਿ ਉਹਦੇ ਜ਼ਿਹਨ 'ਚ ਮਸ਼ਹੂਰ ਗਾਣੇ ਦੇ ਬੋਲ ਘੁੰਮ ਰਹੇ ਨੇ ਜੱਟ ਰੋਂ ਗਿਆ ਹੱਡਾਂ 'ਚ ਮੇਰੇ ਸੁੰਘਿਆ ਸੀ ਫੁੱਲ ਕਰਕੇ ਏਦਾਂ ਦੀ ਕੁੜੀ ਤਾਂ ਪਹਿਲਾਂ ਮਿਲੀ ਨਹੀਂ ਸੀ ਕਦੇ ਰੂਹ ਨਸ਼ਿਆ ਦਿੰਦੀ ਆ ਯਾਰ ਇਨੀ ਕੁੜੀ ਦਿਲ ਵੀ ਉਹਦਾ ਉਨਾ ਹੀ ਕੁਲਾ ਲੱਗਦਾ ਹੀ ਨਹੀਂ ਵੀ ਪ੍ਰੀਤੂ ਦੀ ਕੁੜੀ ਹੈ ਖੁਸ਼ਵੰਤ ਉਹਦੇ ਸ਼ਬਦਾਂ 'ਚੋ ਕੁਝ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ ਕਿਤੇ ਉਹ ਪ੍ਰੀਤੀ ਪ੍ਰੀਤੂ ਦੀ ਕੁੜੀ ਨੂੰ ਏਦਾਂ ਵਰਤ ਕੇ ਗਾਮੇ ਦੇ ਕਤਲ ਦਾ ਬਦਲਾ ਤਾਂ ਨਹੀਂ ਲੈ ਰਿਆ ਪਰ ਉਹਨੂੰ ਹਰਪਾਲ ਦੇ ਬੋਲਾਂ ਤੇ ਭਾਵਾਂ ਵਿੱਚੋਂ ਇਸ ਤਰ੍ਹਾਂ ਦਾ ਕੋਈ ਝੋਲਾ ਨਾ ਪਿਆ। ਪ੍ਰੀਤੂ ਦੇ ਜ਼ਮਾਨਤ ਤੇ ਛੁੱਟਣ ਤੋਂ ਪਹਿਲਾਂ ਹੀ ਪਾਸ਼ੀ ਸ਼ਹਿਰ ਵਿੱਚਲੇ ਕੁੜੀਆਂ ਦੇ ਕਾਲਜ ਦਾਖਲ ਹੋ ਚੁੱਕੀ ਸੀ। ਉਹਦੇ ਛੋਟੇ ਮਾਮੇ ਨੇ ਆਪ ਜਾ ਕੇ ਉਹਦੀ ਫੀਸ ਭਰੀ ਸੀ। ਮੁੰਡੇ ਕੁੜੀਆਂ ਦੇ ਸਾਂਝੇ ਸਰਕਾਰੀ ਕਾਲਜ 'ਚ ਤਾਂ ਉਹਨਾਂ ਦੀਆਂ ਕੁੜੀਆਂ ਹੀ ਦਾਖਲ ਹੁੰਦੀਆਂ ਸੀ ਜੋ ਇਸ ਕਾਲਜ ਦਾ ਦਾਨ ਕਰਦੇ ਸੀ ਪਰਸਨ تھے۔ ਪਾਸ਼ੀ ਦੇ ਮਾਮੇ ਨੇ ਸਰਕਾਰੀ ਸਕੂਲ 'ਚ ਪੜਦੇ ਬਦਮਾਸ਼ ਮੁੰਡਿਆਂ ਬਾਰੇ ਸੁਣਿਆ ਸੀ। ਜਿਨਾ ਕਰਕੇ ਉਸ ਕਾਲਜ ਦੀ ਕੋਈ ਵੀ ਕੁੜੀ ਸੁਰੱਖਿਅਤ ਨਹੀਂ ਸੀ ਹੁੰਦੀ ਉਹ ਬਦਮਾਸ਼ ਸਿਰਫ ਕੁੜੀਆਂ ਛੇੜਨ ਹੀ ਕਾਲਜ ਜਾਂਦੇ ਸਨ ਤੇ ਕੁੜੀਆਂ ਛੇੜਨ ਦਾ ਆਪਣਾ ਕੋਟਾ ਪੂਰਾ ਕਰਕੇ ਕੋਈ ਇੱਕ ਡਾਇਰੀ ਨਵਾ ਕਾਪੀ ਕੱਚੇ ਚ ਦੇ ਕੇ ਘਰ ਮੁੜ ਆਉਂਦੇ ਸਨ ਉਸ ਕਾਲਜ ਚ ਮੁੰਡੇ ਕੁੜੀਆਂ ਪੜਾਈ ਨਹੀਂ ਸੀ ਕਰਦੇ ਸਿਰਫ ਇਸ਼ਕਬਾਜੀ ਕਰਦੇ ਸੀ ਇਸ ਕਰਕੇ ਮੁੰਡੇ ਘਰਦਿਆਂ ਦੇ ਵਿਸ਼ਵਾਸ ਤੇ ਕੁੜੀਆਂ ਪਿਓ ਦਾਦੇ ਦੀ ਪੱਗ ਨੂੰ ਮਿੱਟੀ ਚ ਰੋਲ ਦੀਆਂ ਸਨ ਇਸ ਸੋਲਟ ਕੁੜੀਆਂ ਦੇ ਇਸ ਕਾਲਜ ਵਿੱਚ ਮੁੰਡਿਆਂ ਦਾ ਦਾਖਲਾ ਕੀ ਹੋਣਾ ਸੀ ਉਹਨਾਂ ਦੇ ਜ਼ਿਕਰ ਨੂੰ ਵੀ ਗੇਟ ਉੱਤੇ ਖੜਾ ਪਹਿਰੇਦਾਰ ਰੋਕ ਲੈਂਦਾ ਸੀ ਉੰਜ ਕੋਈ ਕਲਾਕਾਰਾ ਮੁੰਡਾ ਇਸ ਕਾਲਜ ਅੰਦਰ ਬੜਨ ਦੀ ਹਿੰਮਤ ਵੀ ਨਹੀਂ ਸੀ ਕਰਦਾ ਪਤਾ ਨਹੀਂ ਉਹਨਾਂ ਦਿਨਾਂ ਦੀਆਂ ਕੁੜੀਆਂ ਨੂੰ ਇਹ ਪਤਾ ਸੀ ਕਿ ਨਹੀਂ ਕਿ ਕਲਾਕਾਰਾ ਮੁੰਡਾ ਵੀ ਕੁੜੀਆਂ ਤੋਂ ਓਨਾ ਹੀ ਡਰਦਾ ਸੀ ਜਿੰਨੀ ਕੱਲੀਕਾਰੀ ਕੁੜੀ ਮੁੰਡਿਆਂ 'ਚ ਘیرے ਜਾਣ ਤੋਂ ਡਰਦੀ ਹੁੰਦੀ ਹੈ ਉੱਚੀ ਦਰ ਚਾਰ ਦੀਵਾਰੀ ਨਾਲ ਘਿਰਿਆ ਇਹ ਕਾਲਜ ਉਸੇ ਤਰ੍ਹਾਂ ਦੀ ਜੇਲ੍ਹ ਦਾ ਝੌਲਾ ਪਾਉਂਦਾ ਸੀ ਜਿਸ ਚ ਕਈ ਵਾਰੇ ਪਹਿਲਾਂ ਦਿਆਲਾ ਕਾਮਰੇਡ ਰਿਆ ਸੀ ਤੇ ਹੁਣ ਪਾਸ਼ੀ ਦਾ ਪਿਓ ਤੇ ਮਾਮਾ ਬੰਦ ਸਨ ਕੁੜੀਆਂ ਨੂੰ ਇਸ ਜੇਲ੍ਹ ਨੂੰ ਕਾਲਜ ਦੇ ਅੰਦਰ ਜਾਣ ਦੀ ਆਗਿਆ ਸੀ ਪਰ ਇੱਕ ਵਾਰ ਅੰਦਰ ਵੜਨ ਪਿੱਛੋਂ ਉੱਟਾਈ ਉਹ ਜੇ ਤੋਂ ਪਹਿਲਾਂ ਬਾਹਰ ਨਹੀਂ ਸੀ ਨਿਕਲ ਸਕਦੀਆਂ ਇਦਾਂ ਤਾਂ ਪਿੰਡਾਂ ਦੇ ਸਕੂਲਾਂ ਵਿੱਚ ਵੀ ਨਹੀਂ ਸੀ ਹੁੰਦਾ ਪਰ ਪਿੰਡਾਂ ਦੇ ਸਕੂਲਾਂ 'ਚ ਮੁੰਡਿਆਂ ਨਾਲ ਇੱਕੋ ਜਮਾਤ ਦੇ ਕਮਰੇ 'ਚ ਬੈਠਣ ਵੇਲੇ ਕੁੜੀਆਂ ਜੇ ਜਵਾਨ ਨਹੀਂ ਹੋਈਆਂ ਹੁੰਦੀਆਂ ਇਸ ਲਈ ਉਹਨਾਂ ਉੱਤੇ ਮਰਦਾਨਾ ਮਨਾਈ ਵਾਲਾ ਜਨਾਨਾ ਇਕਾਂਤ ਵਾਸ ਠੋਸਣ ਦੀ ਲੋੜ ਨਹੀਂ ਹੁੰਦੀ ਪਾਸ਼ੀ ਨੇ ਵੀ ਸਰਬਸਾਂਜੀ ਬੱਸ ਸਟਾਪ ਸ਼ਹਿਰ ਜਾਣਾ ਸ਼ੁਰੂ ਕਰ ਦਿੱਤਾ ਤੇ ਉਸੇ ਸਰਬਸਾਂਜੀ ਬੱਸ ਸਟਾਪ ਵਾਪਸ ਆਉਣਾ ਵੀ ਉਹ ਬਹੁਤੀਆਂ ਕੁੜੀਆਂ ਨਾਲ ਕੁਲਦੀ ਮਿਲਦੀ ਨਹੀਂ ਸੀ ਸਿਰਫ ਗਵਾਂਢੀ ਪਿੰਡ ਦੀ ਇੱਕ ਕੁੜੀ ਉਹਦੀ ਸਹੇਲੀ ਸੀ ਪੀਰ ਸ਼ਾਇਨ ਆਇਦ ਦੀ ਮੇਰ ਵਾਲੇ ਪਿੰਡ ਤੱਕ ਜਾਣ ਵਾਲੀ ਬੱਸ 2:30 ਵਜੇ ਅੱਡੇ ਤੋਂ ਤੁਰਦੀ ਸੀ ਬੱਸ ਤੇ ਕੁੜੀਆਂ ਦੇ ਕਾਲਜ ਮੂਹਰੇ ਪਹੁੰਚਣ ਤੱਕ ਕੁੜੀਆਂ ਜੇਲ੍ਹ ਤੋਂ ਛੁੱਟ ਕੇ ਬਾਹਰ ਸੜਕ ਤੱਕ ਆ ਜਾਂਦੀਆਂ ਉਹਨਾਂ ਵੱਡੀਆਂ ਕੁੜੀਆਂ ਵਿੱਚ ਹੀ ਇੱਕ ਪਾਸ਼ੀ ਆਪਣੀ ਕੋਈ ਕਿਸੇਲੀ ਨਾਲ ਖੜੀ ਹੁੰਦੀ ਪਰ ਪਾਸ਼ੀ ਸ਼ਹਿਰ ਦੇ ਕਾਲਜ ਦਾ ਭੇਦ ਪਾਉਣ ਚ ਬਹੁਤੀਆਂ ਕੁੜੀਆਂ ਨਾਲ ਉਤੀਜ ਨਿਕਲੀ। ਉਹਨੇ ਛੇਤੀ ਸਿੱਖ ਲਿਆ ਕਿ ਕਾਲਜ ਦੀ ਅੱਖ ਬਚਾ ਕੇ ਸ਼ਹਿਰ ਚ ਕਿਵੇਂ ਗੁੰਮ ਹੋਣਾ। ਉਹਨੇ ਸ਼ਹਿਰ ਦੇ ਉਹ ਮੋੜ ਤੇ ਗਲੀਆਂ ਲੱਭਣੀਆਂ ਸਿੱਖ ਲਈਆਂ। ਜਿੱਥੇ ਹਰਪਾਲ ਆਪਣਾ ਇਨਫੀਲਡ ਲੈ ਕੇ ਖੜਾ ਹੁੰਦਾ ਸੀ। ਦੂਰੀ ਸਵਾਰੀ ਉੱਤੇ ਪਾਬੰਦੀ ਕਾਰਨ ਕੋਈ ਮੁੰਡਾ ਉਹਦੇ ਮੋਟਰਸਾਈਕਲ ਪਿੱਛੇ ਨਹੀਂ ਸੀ ਬੈਠ ਸਕਦਾ। ਪਰ ਕੁੜੀ ਦੇ ਬੈਠਣ ਉੱਤੇ ਕੋਈ ਪਾਬੰਦੀ ਨਹੀਂ ਸੀ। ਇਸ ਲਈ ਪਾਸ਼ੀ ਉਸ ਪਿੱਛੇ ਬਿਨਾਂ ਕਿਸੇ ਚਲਾਣ ਦੇ ਡਰ ਤੋਂ ਬੈਠ ਸਕਦੀ ਸੀ। ਪਾਸੀ ਮੋਟਰਸਾਈਕਲ ਪਿੱਛੇ ਇੱਕ ਪਾਸੇ ਲੱਤਾਂ ਕਰਕੇ ਬੈਠਦੀ ਸੀ ਜਿਵੇਂ ਉਹਨਾਂ ਵੇਲੇਆਂ ਦੀਆਂ ਸਹੌਰਤਾਂ ਬੈਠਦੀਆਂ ਸਨ ਪਿੰਕੀ ਵਰਗੀ ਤਾਂ ਕੋਈ ਵਿਰਲੇਟ ਆਵੀ ਹੁੰਦੀ ਹੈ ਬਹੁਤੀ ਵਾਰ ਹਰਪਾਲ ਉਹਨੂੰ ਲੈ ਨੇੜੇ ਦੇ ਵੱਡੇ ਸ਼ਹਿਰ ਚਲਾ ਜਾਂਦਾ ਉਸ ਸ਼ਹਿਰ ਚ ਕਿਸੇ ਵੱਲੋਂ ਪਛਾਣ ਲੈਣ ਦਾ ਸਾਰਾ ਡਰ ਖਤਮ ਹੋ ਜਾਂਦਾ ਵੱਡਾ ਸ਼ਹਿਰ ਵੀ ਹਰਪਾਲ ਨੂੰ ਆਪਣਾ ਮੋਟਰ ਵਰਗਾ ਆਪਣੀ ਮੋਟਰ ਵਰਗਾ ਸੁਰੱਖਿਅਤ ਲੱਗਦਾ ਹਰਪਾਲ ਪਾਸ਼ੀ ਨੂੰ ਲੈ ਕੇ ਕਿਸੇ ਸਿਨੇਮੇ ਘਰ ਚ ਵੱਡਦਾ ਜਾਂ ਹੋਟਲ ਰੈਸਟੋਰੈਂਟ ਪਾਸ਼ੀ ਨੂੰ ਬਹੁਤਾ ਫਰਕ ਨਹੀਂ ਸੀ ਪੈਂਦਾ ਉਹਨੂੰ ਹਰ ਥਾਂ ਪਿੰਡ ਨਾਲੋਂ ਮਹਿਫੂਜ਼ ਲੱਗਦੀ ਪਿੰਡ ਹਰਪਾਲ ਤੇ ਉਹਨਾਂ ਦੇ ਘਰ ਵਿੱਚਲੀ ਗਲੀ ਵਿੱਚੋਂ ਹਰ ਵੇਲੇ ਦੁਸ਼ਮਣੀ ਦੀ ਭੈੜੀ ਜੀ ਗੰਧ ਆਉਂਦੀ ਰਹਿੰਦੀ ਸੀ ਜਿਵੇਂ ਗਾਮੇ ਦੀ ਬਦਬੂ ਮਾਰਦੀ ਲੋਥਾਲੇ ਵੀ ਉਸੇ ਧਰਮ ਥਾਂ ਪਈ ਹੋਵੇ ਇਸ ਬਦਬੂ ਤੋਂ ਦੂਰ ਕਿਤੇ ਉਹ ਹਰਪਾਲ ਦੇ ਨੇੜੇ ਰਹਿਣਾ ਚਾਹੁੰਦੀ ਸੀ ਹਰਪਾਲ ਦੇ ਗੱਠਵੇਂ ਸਰੀਰ ਨਾਲ ਲੱਗ ਕੇ ਉਹਨੂੰ ਉਸੇ ਤਰ੍ਹਾਂ ਦੇ ਨਿੱggeਪਣ ਦਾ ਅਹਿਸਾਸ ਹੁੰਦਾ ਜਿਵੇਂ ਨਿੱਕੇ ਹੁੰਦੇ ਆ ਆਪਣੇ ਪਿਓ ਦੀ ਗੋਦੀ 'ਚ ਬੈਠ ਕੇ ਲੱਗਦਾ ਸੀ ਉਹਨੂੰ ਉਹ ਦਿਨ ਚੰਗੇ ਲੱਗਦੇ ਇਸ ਲਈ ਵੀ ਕਿਉਂਕਿ ਉਹ ਉਦੋਂ ਆਪਣੀਆਂ ਸਹੇਲੀਆਂ ਨਾਲ ਬਿਨਾਂ ਕਿਸੇ ਝਿਜਕ ਦੇ ਹਰਪਾਲ ਦੇ ਘਰ ਜਾਂਦੀ ਸੀ ਤੇ ਉਹਨਾਂ ਦੇ ਵਿਹੜੇ 'ਚ ਗੀਟੇ ਖੇਡਣ ਲਈ ਹਰਪਾਲ ਦੇ ਵਿਹੜੇ 'ਚ ਵੀ ਸ਼ਾਨਦਾਰ ਡੇਕ ਸੀ ਇਸ ਲਈ ਉੱਤੇ ਗਰਮੀਆਂ 'ਚ ਵੀ ਖੇਡਿਆ ਜਾਂਦਾ ਸੀ ਹਰਪਾਲ ਨੂੰ ਉਦੋਂ ਤੋਂ ਹੀ ਚੰਗਾ ਲੱਗਣਾ ਸ਼ੁਰੂ ਹੋ ਗਿਆ ਸੀ ਜਦੋਂ ਕਿਸੇ ਮੁੰਡੇ ਦੀ ਪਹਿਲੀ ਵਾਰ ਚੰਗੇ ਲੱਗਣ ਦੀ ਉਮਰ ਹੁੰਦੀ ਹੈ। ਉਹਦੀ ਸ਼ਕਲ ਸੂਰਤ ਹੀ ਇਦਾਂ ਦੀ ਹੈ ਕਿ ਕਿਸੇ ਵੀ ਕੁੜੀ ਨੂੰ ਚੰਗਾ ਹੀ ਲੱਗੇਗਾ। ਉਦੋਂ ਅਜੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਕਿਸੇ ਦਿਨ ਉਹਨਾਂ ਦੀ ਗਲੀ ਵਿੱਚੋਂ ਗਾਵੇਂ ਦੀ ਲੋਥ ਦੀ ਬਦਬੂ ਆਉਣ ਲੱਗੇਗੀ। ਇਹ ਸ਼ਾਇਦ ਮੂਹ ਜ਼ੋਰ ਉਮਰ ਦਾ ਹੀ ਕਸੂਰ ਸੀ ਕਿ ਪਿਓ ਦੇ ਜੇਲ੍ਹ ਜਾਣ ਬਾਅਦ ਵੀ ਹਰਪਾਲ ਨੂੰ ਚੰਗਾ ਲੱਗਣਾ ਨਹੀਂ ਸੀ ਹਟਿਆ। ਹਰਪਾਲ ਨੂੰ ਵੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਈ ਜ਼ਖਮੀ ਬੋਟੋ ਦੀ ਗੋਦੀ ਚੜ ਡਿੱ ਗਿਆ ਹੋਵੇ ਤੇ ਜਿਹਦੀ ਸੰਭਾਲ ਦੀ ਜ਼ਿੰਮੇਵਾਰੀ ਕੁਦਰਤ ਨੇ ਉਹਨੂੰ ਸੌਂਪ ਦਿੱਤੀ ਹੋਵੇ। ਉਹਦੇ ਹੱਥੇ ਇਸੇ ਤਰ੍ਹਾਂ ਪਾਸ਼ੀ ਦੇ ਜਿਸਮ ਤੇ ਰਹਿੰਦੇ। ਇੰਨਾ ਖਿਆਲ ਤਾਂ ਉਹਨੇ ਅਜੇ ਤੱਕ ਕਿਸੇ ਕੁੜੀ ਦਾ ਨਹੀਂ ਸੀ ਰੱਖਿਆ। ਪਰ ਪਾਸ਼ੀ ਦਾ ਖਿਆਲ ਰੱਖਣ ਵਾਲੇ ਹਰਪਾਲ ਤੋਂ ਬਿਨਾਂ ਵੀ ਹੋਰ ਬਹੁਤ ਸਾਰੇ ਲੋਕ ਸੀ। ਆਖਰੂ ਕਿਸੇ ਦੀ ਧੀ ਭੈਣ ਸੀ। ਇਸ ਧਰਤੀ ਤੇ ਸਿਰਫ ਚਿਕਣੀ ਮਿੱਟੀ ਵਾਲੇ ਪਿੰਡ 'ਚ ਹੀ ਨਹੀਂ ਸਗੋਂ ਸਾਰਿਆਂ ਪਿੰਡਾਂ 'ਚ ਲੋਕ ਦੂਜਿਆਂ ਦੀਆਂ ਧੀਆਂ ਭੈਣਾਂ ਦਾ ਬਹੁਤ ਖਿਆਲ ਰੱਖਦੇ ਆ। ਉਹ ਦੇਖਦੇ ਆ ਕਿ ਬਹੁਤ ਵਾਰ ਢਾਈ ਵਾਲੀ ਬੱਸ ਤੇ ਪ੍ਰੀਤੂ ਦੀ ਧੀ ਨਹੀਂ ਚੜਦੀ ਉਹਨਾਂ ਦਾ ਮੱਥਾ ਠਣਕਦਾ ਸੀ ਜਦੋਂ ਬੱਸ ਤੇ ਦੋ ਵਾਲੀਆਂ ਸੀਟਾਂ ਉਤੇ ਹਰਪਾਲ ਨਾਲ ਬੈਠਾ ਮੁੰਡਾ ਉੱਠ ਕੇ ਪਾਸ਼ੀ ਨੂੰ ਸੀਟ ਦੇ ਦਿੰਦਾ ਸੀ ਹਰਪਾਲ ਦੇ ਮੋਟਰਸਾਈਕਲ ਦੇ ਪਿੱਛੇ ਬੈਠੀ ਨੂੰ ਦੇਖ ਕੇ ਤਾਂ ਉਹਨਾਂ ਦਾ ਸ਼ੱਕ ਯਕੀਨ ਚ ਬਦਲ ਬਦਲ ਜਾਂਦਾ ਸੀ ਭਾਵੇਂ ਕਿ ਪਾਸ਼ੀ ਇੱਕ ਪਾਸੇ ਲੱਤਾਂ ਕਰਕੇ ਬੈਠੀ ਹੁੰਦੀ ਸੀ ਇਸੇ ਲਈ ਪ੍ਰੀਤੂ ਦੇ ਜ਼ਮਾਨਤ ਤੇ ਰਿਹਾ ਹੋ ਕੇ ਪਿੰਡੋਂ ਆਉਣ ਦੇ ਨਾਲ ਨਾਲ ਹੀ ਪਾਸ਼ੀ ਤੇ ਹਰਪਾਲ ਨਾਲ ਫਿਰਨ ਦੀ ਗੱਲ ਵੀ ਪਿੰਡ ਚਾਵੜੀ ਪਿੰਡੋਂ ਇਸ ਗੱਲ ਨੂੰ ਬੜੇ ਆਰਾਮ ਨਾਲ ਪੀਤੂ ਦੇ ਘਰ ਦਾ ਪਤਾ ਮਿਲ ਗਿਆ ਨਤੀਜੇ ਵਜੋਂ ਪਾਸ਼ੀ ਨੂੰ ਲੱਗਿਆ ਕਿ ਉਹਦਾ ਪਿਓ ਜੇਲ੍ਹ ਚੋਂ ਆਪਣੀ ਧੀ ਨੂੰ ਕੁੱਟਣ ਦੀ ਵਿਸ਼ੇਸ਼ ਸਿਖਲਾਈ ਲੈ ਕੇ ਆਇਆ ਉਹਨੂੰ ਕੁੱਟਿਆ ਤਾਂ ਗਿਆ ਪਰ ਕੱਲ ਜੋ ਨਾ ਹਟਾਇਆ ਗਿਆ ਪੱਕੇ ਪੇਪਰ ਸਿਰ ਤੇ ਸੀ ਇਸ ਲਈ ਉਹਨਾਂ ਉਹਨੂੰ ਪਿਓ ਜਾਂ ਮਾਮਿਆਂ ਦੇ ਪੈਰੇ ਹੇਠ ਪੇਪਰ ਦੇਣ ਦਿੱਤੇ ਗਏ ਭਰਾ ਉਹਦੇ ਤਾਂ ਹਲੇ ਛੋਟੇ ਸੀ ਵੱਡੀ ਭੈਣ ਦੀ ਪਹਿਰੇਦਾਰੀ ਕਰਨ ਜੋਗੇ ਅਜੇ ਨਹੀਂ ਸੀ ਹਰਪਾਲ ਨੂੰ ਕੁਝ ਕਹਿਣ ਜੋਗਾ ਪ੍ਰੀਤੂ ਉੰਜ ਹੀ ਨਹੀਂ ਸੀ ਉਹਦੇ ਨਾਲ ਗੱਲ ਕਰਕੇ ਵੀ ਆਪਣੀ ਹੋਣੀ ਸੀ ਇਸ ਲਈ ਸਾਲਿਆਂ ਨਾਲ ਸਲਾਹ ਕਰਕੇ ਪ੍ਰੀਤੂ ਨੇ ਚੁੱਪ ਵੱਟ ਲਈ ਨਤੀਜਾ ਆਇਆ ਤਾਂ ਪਾਸ਼ੀ ਪਾਸ ਸੀ ਉਹ ਵੀ ਉਹਨਾਂ ਕੁੜੀਆਂ ਵਰਗੀ ਨਿਕਲੀ ਜੋ ਇਸ਼ਕ ਵੀ ਕਰਦੀਆਂ ਤੇ ਫੇਪਰਾਂ 'ਚ ਪਾਸ ਵੀ ਹੁੰਦੀਆਂ ਰਹਿੰਦੀਆਂ ਪਾਸ਼ੀ ਦੇ ਤਾਂ ਇੰਨੇ ਨੰਬਰ ਆਏ ਸੀ ਕਿ ਉਹਨਾਂ ਨਾਲ ਹਰਪਾਲ ਵਰਗੇ ਤਿੰਨ ਮੁੰਡੇ ਪਾਸ ਹੋ ਸਕਦੇ ਸੀ ਸ਼ਾਇਦ ਉਹਦੇ ਨੰਬਰ ਦੇਖ ਕੇ ਇੱਕ ਦਿਨ ਪ੍ਰੀਤੂ ਚੁਪਾ ਕਰਕੇ ਉਹਨੂੰ ਵੱਡੇ ਸ਼ਹਿਰ ਵਿੱਚਲੇ ਕੁੜੀਆਂ ਦੇ ਵੱਡੇ ਕਾਲਜ ਦਾਖਲ ਕਰਾਏ। ਇਸ ਵੱਡੇ ਸ਼ਹਿਰ 'ਚ ਸਭ ਕੁਝ ਉਹਨਾਂ ਦੇ ਸ਼ਹਿਰ ਨਾਲੋਂ ਵੱਡਾ ਸੀ। ਕਾਲਜ ਵੀ, ਜੇਲਾਂ ਵੀ, ਕੁੜੀਆਂ ਦੇ ਇਸ ਕਾਲਜ ਅੰਦਰ ਕੈਂਪਸ ਵਿੱਚ ਹੀ ਕੁੜੀਆਂ ਦਾ ਹੌਸਟਲ ਸੀ। ਕੁਝ ਵਰੇ ਪਹਿਲਾਂ ਇਸ ਹੌਸਟਲ ਤੋਂ ਦੋ ਕੁੜੀਆਂ 도ੜ ਗਈਆਂ ਸੀ। ਇਸ ਘਟਨਾ ਪਿੱਛੋਂ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਖੁਸਿਆ ਵਕਾਰ ਬਹਾਲ ਕਰਨ ਤੇ ਕੁੜੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕੇ ਸਨ। ਹੋਸਟਲ ਦੀਆਂ ਕੁੜੀਆਂ ਕਾਲਜ ਦੇ ਹੋਸਟਲ ਤੋਂ ਬਿਨਾਂ ਕਿਸੇ ਵੀ ਸੂਰਤ ਵਿੱਚ ਹੋਰ ਕਿਤੇ ਨਹੀਂ ਸੀ ਜਾ ਸਕਦੀਆਂ ਘਰ ਵਾਲਿਆਂ ਤੋਂ ਤਸਦੀਕ ਕਰਵਾ ਕੇ ਸਿਰਫ ਤਿੰਨ ਵਿਅਕਤੀਆਂ ਦੀਆਂ ਫੋਟੋਆਂ ਲਈਆਂ ਜਾਂਦੀਆਂ ਸਿਰਫ ਉਹੀ ਕੁੜੀ ਨੂੰ ਮਿਲ ਸਕਦੇ ਸੀ ਜਾਂ ਘਰ ਲੈ ਜਾ ਸਕਦੇ ਸੀ ਸਖਤੀ ਇੰਨੀ ਸੀ ਕਿ ਕਿਸੇ ਕੁੜੀ ਨੂੰ ਮਿਲਣ ਆਏ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੁੜੀ ਦੀ ਸਹੇਲੀ ਨਾਲ ਵੀ ਮਿਲਣ ਦੀ ਆਗਿਆ ਨਹੀਂ ਸੀ ਪਤਾ ਨਹੀਂ ਉਹ ਕਿਹੜਾ ਵਾਇਰਸ ਸੀ ਜਿਹਦੇ ਹੋਸਟਲ ਦੀਆਂ ਕੁੜੀਆਂ ਤੱਕ ਪਹੁੰਚ ਜਾਣ ਦਾ ਡਰ ਸਭ ਨੂੰ ਚਿੰਬੜਿਆ ਸੀ ਕਾਲਜ ਤੇ ਹੋਸਟਲ ਦੇ ਪ੍ਰਬੰਧਕਾਂ ਨੂੰ ਹਰ ਕੁੜੀ ਵਿੱਚੋਂ ਹੀ ਉਹ ਦੋ ਕੁੜੀਆਂ ਦਿਸਣ ਲੱਗ ਪਈਆਂ ਜੋ ਕੁਝ ਬਰੇ ਪਹਿਲਾਂ ਇਸ ਹੋਸਟਲ ਤੋਂ 도ੜ ਗਈਆਂ ਸੀ ਸੋਪਾਸ਼ੀ ਨੂੰ ਇਸ ਜੇਲ੍ਹ 'ਚ ਪੜਨ ਲਈ ਕੈਦ ਕਰ ਦਿੱਤਾ ਗਿਆ ਇਹ ਉਹ ਜੇਲ੍ਹ ਸੀ ਜਿੱਥੇ ਮਾਪੇ ਆਪਣੀਆਂ ਕੁੜੀਆਂ ਨੂੰ ਰੱਖਦੇ ਐ ਤੇ ਜੇਲ੍ਹ ਦਾ ਸਾਰਾ ਖਰਚ ਵੀ ਦਿੰਦੇ ਐ ਕੁੜੀਆਂ ਜੇਲ੍ਹ ਅੰਦਰ ਬਾਹਰ ਦੀਆਂ ਸਾਰੀਆਂ ਤੱਤੀਆਂ ਹਵਾਵਾਂ ਤੋਂ ਸੁਰੱਖਿਅਤ ਰਹਿੰਦੀਆਂ ਦਿਨੇ ਰਾਤੀ ਇਸ ਸੁਰੱਖਿਅਤ ਮਾਹੌਲ 'ਚ ਕਿਤਾਬਾਂ ਨੂੰ ਘੋਟਾ ਲਾਉਂਦੀਆਂ ਵਿਆਹ ਦੀ ਮੰਡੀ 'ਚ ਪੈਣ ਵਾਲੀ ਆਪਣੀ ਕੀਮਤ 'ਚ ਵਾਧਾ ਕਰਦੀਆਂ ਹਰਪਾਲ ਦੀ ਇਸ ਜੇਲ੍ਹ 'ਚ ਸਨ ਲਾਉਣ ਦੀ ਹਰ ਕੋਸ਼ਿਸ਼ ناکਾਮ ਸਿੱਧ ਹੋਈ ਪਹਿਲਾਂ ਉਹਨੇ ਆਪ ਪਾਸ਼ੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਵਾਰਡਨ ਨੇ ਸਖਤੀ ਨਾਲ ਨਾਂਹ ਸਿਰ ਮਾਰ ਦਿੱਤਾ ਇਸ ਪਿੱਛੋਂ ਨੇ ਅਗਲੇ ਐਤਵਾਰ ਖੁਸ਼ਵੰਤ ਨੂੰ ਭੇਜਿਆ ਤੂੰ ਸ਼ਕਲੋਂ ਸੌਜਿਆ ਲੱਗਦਾ ਹੈ ਕੀ ਪਤਾ ਮੰਨ ਹੀ ਜਾਣ ਉਹਨੇ ਦਲੀਲ ਦਿੱਤੀ ਖਿਸ਼ਵੰਤ ਨੇ ਆਪਣੇ ਆਪ ਨੂੰ ਪਾਸ਼ੀ ਦੀ ਭੂਆ ਦਾ ਪੁੱਤ ਦੱਸਿਆ ਵਾਰਡਨ ਨੇ ਉਹਨਾਂ ਉਹਦਾ ਨਾਮ ਮਿਲਣ ਵਾਲਿਆਂ ਦੀ ਸੂਚੀ 'ਚ ਨਾ ਹੋਣ ਕਾਰਨ ਉਹਨੂੰ ਵੀ ਮਨਾਂ ਕਰਤਾ ਹਰਪਾਲ ਦਾ ਹਾਲ ਹਾਰੇ ਜਵਾਰੀ ਵਰਗਾ ਹੋ ਗਿਆ ਇਹ ਕਾਲਜ ਕੋਈ ਆਮ ਜੇਲ ਨਹੀਂ ਸਗੋ ਬੈਂਕ ਦੇ ਉਸ ਮਜ਼ਬੂਤ ਲਾਕਰ ਵਰਗਾ ਸੀ ਜਿਸ ਅੰਦਰ ਲੋਕਾਂ ਨੇ ਆਪਣੀਆਂ ਬੇਸ਼ਕੀਮਤੀ ਇੱਜ਼ਤਾਂ ਜਮ੍ਹਾਂ ਕਰਵਾਈਆਂ ਸੀ ਉਹ عزتਾਂ ਜਿਨ੍ਹਾਂ ਦੇ ਬੇਹਰਮਤੀ ਤੋਂ ਡਰਦੇ ਆ ਇਸ ਧਰਤੀ ਦੇ ਲੋਕ ਆਪਣੀਆਂ ਜਾਈਆਂ ਤੇ ਬੇਗਾਨਿਆਂ ਦੀਆਂ ਜਾਈਆਂ ਨੂੰ ਵੀ ਕਤਲ ਕਰ ਸਕਦੇ ਆ ਇਸ ਧਰਤੀ ਦੇ ਲੋਕ ਕਿੰਨੀਆਂ ਬਾਤਾਂ ਪਾਉਂਦੇ ਸੀ ਜਿਨ੍ਹਾਂ ਚ ਕਿਸੇ ਬੁੱਢੀ ਜਾਦੂਗਰਨੀ ਨੇ ਆਪਣੀ ਜਾਨ ਪਤਾ ਨਹੀਂ ਕਿਸ ਕਿਸ ਟੀਰ ਚ ਲੁਕੋ ਕੇ ਰੱਖੀ ਹੁੰਦੀ ਸੀ ਇਸ ਤਰ੍ਹਾਂ ਪ੍ਰੀਤੂ ਨੇ ਪਾਸ਼ੀ ਨੂੰ ਲੁਕੋਤਾ ਸੀ ਪਰ ਬਾਤਾਂ ਚ ਰਾਜਕੁਮਾਰ ਆਖਰ ਬੁੱਢੀ ਜਾਦੂਗਰਨੀ ਦਾ ਭੇਤ ਪਾ ਕੇ ਉਹਨੂੰ ਮਾਰ ਹੀ ਦਿੰਦਾ ਸੀ ਹਰਪਾਲ ਨੂੰ ਵੀ ਇਹ ਪਤਾ ਲੱਗਿਆ ਕਿ ਇਸ ਵੱਡੀ ਜੇਲ੍ਹ ਅੰਦਰ ਪਹੁੰਚ ਸਕਣਾ ਮੁਸ਼ਕਲ ਮਮਕਨ ਨਹੀਂ ਪਾਸ਼ੀ ਨੂੰ ਉਹਦੇ ਇਸ ਜੇਲ੍ਹ ਤੋਂ ਬਾਹਰ ਆਉਣ ਤੇ ਹੀ ਮਿਲਿਆ ਜਾ ਸਕਦਾ ਸੀ ਹਰਪਾਲ ਨੂੰ ਪੂਰਾ 1 ਮਹੀਨਾ ਉਡੀਕਣਾ ਪਿਆ ਮਹੀਨੇ ਬਾਅਦ ਸਨੇਚਰਵਾਰ ਦੇ ਦਿਨ ਉਹਨੇ ਪ੍ਰੀਤੂ ਨੂੰ ਵੱਡੇ ਸ਼ਹਿਰ ਵਾਲੀ ਬੱਸ 'ਚ ਬਹਿੰਦਿਆਂ ਦੇਖਿਆ ਉਹ ਜ਼ਰੂਰ ਪਾਸ਼ੀ ਨੂੰ ਲੈਣ ਗਿਆ ਹੋਵੇਗਾ ਇਸ਼ਕ ਦੀ ਬੇਕਰਾਰੀ ਵਿੱਚ ਉਹ ਵੀ ਜੀਤੇ ਤੇ ਖੁਸ਼ਵੰਤ ਨੂੰ ਨਾਲ ਲੈ ਕੇ ਅਗਲੀ ਬੱਸ ਫੜ ਕੇ ਵੱਡੇ ਸ਼ਹਿਰ ਦੇ ਬੱਸ ਅੱਡੇ ਜਾ ਉਤਰਿਆ ਬੱਸ ਅੱਡੇ ਉੱਤੇ ਹੀ ਅਗਲੀ ਘਟਨਾ ਦੇ ਵਾਪਰਨ ਦੀ ਉਡੀਕ ਹੋਣ ਲੱਗੀ ਅਖੀਰ ਪ੍ਰੀਤੂ ਤੇ ਪਾਸ਼ੀ ਆ ਪਹੁੰਚੇ ਪ੍ਰੀਤੂ ਦੇ ਹੱਥ 'ਚ ਪਾਸ਼ੀ ਦਾ ਬੈਗ ਸੀ ਤੇ ਪਾਸ਼ੀ ਨੇ ਉਸੇ ਤਰ੍ਹਾਂ ਨੀਵੀਂ ਪਾਈ ਹੋਈ ਸੀ ਜਿਵੇਂ ਉਹਨਾਂ ਦਿਨਾਂ 'ਚ ਧੀਆਂ ਪਿਓਾਂ ਦੇ ਨਾਲ ਚਲਦੇ ਆਂ ਪਾਇਆ ਕਰਦੀਆਂ ਸੀ। ਤਿੰਨਾਂ ਨੇ ਆਪਣੇ ਆਪ ਨੂੰ ਪ੍ਰੀਤੂ ਦੀਆਂ ਨਜ਼ਰਾਂ ਤੋਂ ਲੁਕੋਇਆ ਹੋਇਆ ਸੀ। ਕੁਦਰਤੀ ਉਸ ਦੇ ਨਾਮ ਨਾਲੋਂ ਬਹੁਤ ਜ਼ਿਆਦਾ ਭੀੜ ਸੀ ਸ਼ਾਇਦ ਸਨੀਚਰਵਾਰ ਕਰਕੇ। ਕਾਫੀ ਦੇਰ ਬਾਅਦ ਬੱਸ ਆਈ ਤਾਂ ਪ੍ਰੀਤੂ ਨੇ ਪਾਸ਼ੀ ਨੂੰ ਬੱਸ ਅੰਦਰ ਚੜਾ ਕੇ ਬਾਰੀ ਥਾਣੀ ਬੈਗ ਫੜਾਤਾ। ਆਪੋ ਕੰਡਕਟਰ ਦੀਆਂ ਹਦਾਇਤਾਂ ਅਨੁਸਾਰ ਹੋਰ ਸਵਾਰੀਆਂ ਨਾਲ ਬੱਸ ਦੀ ਛੱਤ ਤੇ ਚੜ ਗਿਆ। ਕੰਡੈਕਟਰ ਤੇ ਪ੍ਰੀਤੂ ਸਮੇਤ ਬਸ ਦੀਆਂ ਸਾਰੀਆਂ ਸਵਾਰੀਆਂ ਨੂੰ ਪਤਾ ਸੀ ਕਿ ਸਿਰ ਤੇ ਬਾਜੂ ਬਾਹਰ ਨਾ ਕੱਢੋ ਸ਼ਬਦ ਬਸ ਦੇ ਅੰਦਰ ਲਿਖੇ ਹੋਏ ਐ ਛੱਤ ਉੱਤੇ ਨਹੀਂ ਕੰਡੈਕਟਰ ਨੇ ਬੱਸ ਚਲਾਉਣ ਲਈ ਸੀਟੀ ਮਾਰੀ ਤੇ ਨੋਲੇ ਚੋਂ ਨਿਕਲ ਕੇ ਬਸ ਦੀ ਉਸ ਬਾਰੀ ਨਾਲ ਲਟਕ ਗਈ ਜਿੱਥੋਂ ਪਾਸ਼ੀ ਚੜੀ ਸੀ ਪ੍ਰੀਤੂ ਛੱਤ ਉੱਤੇ ਉਸੇ ਪਾਸੇ ਲੱਤਾਂ ਲਮਕਾਈ ਬੈਠਾ ਸੀ ਇਸ ਲਈ ਉਹਨੇ ਵੀ ਤਿੰਨਾਂ ਨੂੰ ਬਸ ਚੜਦਿਆਂ ਵੇਖ ਲਿਆ ਸੀ ਉਹਦੇ ਦਿਮਾਗ ਨੂੰ ਘੇਰ ਜੀ ਚੜਨ ਲੱਗੀ ਪਰ ਹੁਣ ਉਹ ਬੇਬਸੀ ਕਿਉਂਕਿ ਬੱਸ ਚੱਲ ਚੁੱਕੀ ਸੀ ਤੇ ਛੱਤ ਉੱਤੇ ਉਹ ਸਵਾਰੀਆਂ ਵਿੱਚ ਫਸਿਆ ਬੈਠਾ ਸੀ ਉਹਨੇ ਅੱਗੇ ਵੱਲ ਉੱਲਰ ਰੁੱਲਰ ਕੇ ਦੇਖਣਾ ਚਾਹਿਆ ਪਰ ਕੋਲ ਬੈਠੇ ਉਹਦੀ ਉਮਰ ਦੇ ਬੰਦੇ ਨੇ ਉਹਨੂੰ ਵਰਜਤਾ ਧਿਆਨ ਨਾਲ ਭਾ ਛੱਤ ਤੇ ਬੈਠਾ ਆਪਣੇ ਸ਼ਹਿਰ ਪਹੁੰਚਣ ਤੱਕ ਉਹਨੂੰ ਧੁੜਕੂ ਲੱਗਾ ਰਿਹਾ ਕਿ ਥੱਲੇ ਬੱਸ ਤੇ ਖੋਰੇ ਕੀ ਹੋ ਰਿਹਾ ਹੋਵੇਗਾ ਉਹ ਆਪਣੇ ਦਿਲ ਨੂੰ ਇਹੀ ਸੋਚ ਕੇ ਤਸੱਲੀ ਦਿੰਦਾ ਰਿਹਾ ਕਿ ਆਖਰ ਭਰੀ ਤੇ ਚੱਲਦੀ ਬੱਸ ਤੇ ਉਹ ਵੀ ਕੀ ਸਕਦਾ ਸ਼ਹਿਰ ਉਹਦੇ ਛੱਤ ਤੋਂ ਉਤਰਨ ਤੋਂ ਪਹਿਲਾਂ ਹੀ ਤਿੰਨੋਂ ਮੁੰਡੇ ਲੋਪ ਹੋ ਗਏ ਉਪਾਸ਼ੀ ਦੇ ਹੱਬ ਪਾ ਵਿੱਚ ਉਹ ਕੁਝ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਹਦੀਆਂ ਅੱਖਾਂ 'ਚ ਇੱਕ ਖਲਾਅ ਜੇ ਤੋਂ ਬਿਨਾਂ ਉਹਨੂੰ ਕੁਝ ਨਾ ਦਿਸਿਆ ਪਿੰਡ ਵਾਲੀ ਆਖਰੀ ਬੱਸ ਚੜ੍ਹਦਿਆਂ ਉਹ ਛੱਤ ਉੱਤੇ ਨਾ ਬੈਠਿਆ ਤਿੰਨੋਂ ਮੁੰਡੇ ਵੀ ਉਸੇ ਬੱਸ 'ਚ ਸੀ ਪਰ ਉਹ ਪ੍ਰੀਤੂ ਤੋਂ ਦੂਰ ਪਿਛਲੀ ਬਾਰੀ 'ਚ ਲਟਕ ਰਹੇ ਸੀ ਉਸ ਰਾਤ ਖੁਸ਼ਵੰਦ ਨਾਲ ਜੋ ਆਪਰਿਆ ਉਹਨੇ ਉਹਨੂੰ ਭੁਲਾ ਦਿੱਤਾ ਕਿ ਬੱਸ ਚਾਰ ਪਾਲਤੀ ਪਾਸ਼ੀ ਨੇ ਆਪਸ 'ਚ ਕੀ ਗੱਲ ਕੀਤੀ ਜਾਂ ਉਹਨਾਂ ਨੇ ਇੱਕ ਦੂਜੇ ਨਾਲ ਕੀ ਵਟਾਇਆ ਉਨਾ ਹੁਣ ਕਿੱਥੇ ਤੇ ਕਿਵੇਂ ਮਿਲਣਾ ਸੀ ਇਹ ਵੀ ਉਹਦੇ ਲਈ ਬੇਮਾਇਨਾ ਜਿਹਾ ਹੋ ਗਿਆ ਉਸ ਰਾਤ ਅਚਾਨਕ ਉਹ ਹਰਪਾਲ ਜੀਤੇ ਤੇ ਜ਼ਿਮੀਦਾਰਾਂ ਦੇ ਹੋਰ ਮੁੰਡਿਆਂ ਤੋਂ ਜਿਵੇਂ ਨਿੱਕਾ ਤੇ ਨਗੂਣਾ ਹੋ ਗਿਆ ਸੀ ਉਸ ਰਾਤ ਉਹਨੂੰ ਮਹਿਸੂਸ ਹੋਇਆ ਕਿ ਪੀਰ ਸ਼ਾਹ ਇਨਾਜ ਦੀ ਮਹਿਰ ਵਾਲੇ ਇਸ ਪਿੰਡ ਵਿੱਚ ਛਤਰੀਆਂ ਦੇ ਮਹਾਯੁੱਧ ਅੰਦਰ ਹਿੱਸਾ ਲੈਣ ਦੀ ਗੁਸਤਾਖੀ ਕਰਨ ਵਾਲੇ ਛੂਦਰ ਦੀ ਹیثیت ਕੀ ਹੁੰਦੀ ਹੈ ਖੁਸ਼ਵੰਤ ਲਈ ਉਸ ਰਾਤ ਵੀ ਉਹ ਪਿੰਡ ਉਹੀ ਪਿੰਡ ਸੀ ਜਿੱਥੇ ਉਹ ਰੋਜ਼ ਸ਼ਹਿਰੋਂ ਮੁੜ ਪੜ ਕੇ ਮੁੜਦਾ ਸੀ 8 ਵਜੇ ਦਾ ਸਮਾਂ ਸੀ ਉਹ ਘਰ ਬੈਠਾ ਰੋਟੀ ਖਾ ਰਿਆ ਸੀ ਪਾਪਾ ਵੀ ਮਾਹੌਲ ਤੋਂ ਡਰਦੇ ਆ ਇਸ ਵੇਲੇ ਦੁਕਾਨ ਦਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਗਾਹਾਂ ਲਈ ਦੁਕਾਨ ਬੰਦ ਕਰ ਦਿੰਦਾ ਸੀ ਅਗਲੇ 2-3 ਘੰਟੇ ਅੰਦਰੋਂ ਬੰਦ ਦੁਕਾਨ ਚੀ ਸੂਟ ਸਿਉਂਦਾ ਸੀ ਉਸ ਦਿਨ ਅਜੇ ਪਾਪੇ ਨੇ ਦੁਕਾਨ ਅੰਦਰੋਂ ਬੰਦ ਨਹੀਂ ਸੀ ਕੀਤੀ ਜਦੋਂ ਉਹਨੇ ਪਾਪੇ ਦੀ ਦੁਕਾਨ ਤੋਂ ਆਉਂਦੀਆਂ ਆਵਾਜ਼ਾਂ ਸੁਣੀਆਂ ਬਾਹਰ ਕੱਢ ਜ਼ਰਾ ਹਰਮਜ਼ਾ ਦੇ ਨੂੰ ਕਿੱਥੇ ਆ ਤੇਰਾ ਵੱਡਾ ਪੜ ਆਵਾਜ਼ ਵਿੱਚੋਂ ਪੀਤੀ ਦਾਰੂ ਡੁੱਲ ਰਹੀ ਸੀ ਬੁੱਧ ਮਾਛ ਬੜੇ ਆ ਫਿਰਦਾ ਮੈਨੂੰ ਗਾਲਾਂ ਕੱਢੀਆਂ ਹੁਣ ਖੁਸ਼ਵੰਤ ਨੇ ਆਵਾਜ਼ ਪਛਾਣੀ ਇਹ ਤਾਂ ਪ੍ਰੀਤੂ ਸੀ ਅੱਜ ਤਾਂ ਹੋਇਆ ਵਾਪਰਿਆ ਸਭ ਉਹਦੀਆਂ ਅੱਖਾਂ ਉਗੀਆਂ ਲੰਘਿਆ ਇਹਦਾ ਮਤਲਬ ਉਹਨੇ ਖੁਸ਼ਵੰਤ ਨੂੰ ਅੱਜ ਹਰਪਾਲ ਨਾਲ ਬਸ ਤੇ ਚੜਦੇ ਦੇਖ ਲਿਆ ਸੀ ਉਹਦਾ ਦਿਲ ਜ਼ੋਰ ਜ਼ੋਰ ਨਾਲ ਧੜਕਣ ਲੱਗਾ ਉਹਨੂੰ ਲੱਗਿਆ ਅੱਜ ਉਹਦੇ ਨਾਲ ਵੀ ਉਹ ਹੀ ਵਾਪਰ ਸਕਦਾ ਜੋ ਗਾਮੇ ਨਾਲ ਵਾਪਰਿਆ ਸੀ ਭਾਉ ਗੱਲ ਤਾਂ ਦੱਸ ਕੀ ਹੋਇਆ ਪਾਪਾ ਗੱਲ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਅਜੇ ਕਿਸੇ ਗੱਲ ਦਾ ਅੰਦਾਜ਼ਾ ਨਹੀਂ ਸੀ ਹੋਇਆ ਦੱਸਦਾ ਪਹਿਲਾਂ ਮੁੰਡਾ ਘਰ ਸਾਹਮਣੇ ਸੇਕਾਉ ਦੇ ਮੋਰ ਚਾਰੇ ਦੀ ਹੈ ਮੈਨੂੰ ਗਾਲਾਂ ਕੱਢਦਾ ਆਖਦੇ ਆ ਉਹਨੇ ਹੱਥ ਵਿੱਚ ਫੜੀ ਡਾਂਗ ਦੁਕਾਨ ਦੇ ਬੂਹੇ ਤੇ ਜੜ ਦਿੱਤੀ ਭਾਉ ਜੇ ਮੁੰਡੇ ਨੇ ਹਿੰਮਤ ਕੀਤੀ ਆ ਨਾ ਤਾਂ ਤੇਰੇ ਸਾਹਮਣੇ ਨੱਕ ਨਾਲ ਨੱਕ ਨਾਲ ਲਕੀਰਾਂ ਕੱਢੂੰ ਮੁੰਡਾ ਘਰ ਨਹੀਂ ਆ ਬਾਹਰ ਗਿਆ ਹਲਾ ਹੁਣੇ ਆ ਜਾਣਦੇ ਉਹਨੂੰ ਘਰ ਜਾ ਕੇ ਰੋਟੀ ਟੁੱਕ ਖਾ ਲੈ ਪਹਿਲਾਂ ਪਾਪਾ ਜੀ ਘਬਰਾਇਆ ਨਹੀਂ ਸੀ ਉਹ ਵੀ ਤਾਂ ਚਿਕਣੀ ਮਿੱਟੀ ਵਾਲੇ ਇਸੇ ਪਿੰਡ ਦਾ ਜੰਮਿਆ ਚ ਆਇਆ ਸੀ ਪ੍ਰੀਤੂ ਨੇ ਦੁਕਾਨ 'ਚ ਛਾਤੀ ਮਾਰੀ ਦੁਕਾਨ 'ਚ ਜਨਾਨੀਆਂ ਦੀ ਸੀਤਿਆਂ ਸੀ ਤੇ ਸੂਟ ਖਿਲਰੇ ਸੀ ਇਸ ਵਾਰ ਡਾਂਗਲੀ 'ਚ ਲੱਗੀਆਂ ਪੱਕੀਆਂ ਇੱਟਾਂ ਉੱਤੇ ਵੱਜੀ ਚੰਗਾ ਮੈਂ ਆਉਣਾ ਫਿਰ ਅੱਜ ਮੈਂ ਕਿਹੜਾ ਉਹਨੂੰ ਛੱਡਣ ਡਿਆਂ ਭਾਪੇ ਨੂੰ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਹੋ ਗਿਆ ਪ੍ਰੀਤੂ ਤਾਂ ਪਹਿਲਾਂ ਵੀ ਗਾਮੇ ਦੇ ਕਤਲ ਦਾ ਮੁਕੱਦਮਾ ਭੁਗਤ ਰਿਆ ਸੀ ਉਹਨੇ ਆਪ ਜ਼ਿੰਦਗੀ 'ਚ ਕਦੇ ਕੋਰਟ ਕਚਹਿਰੀ ਨਹੀਂ ਸੀ ਦੇਖੀ ਸਿਰਫ ਜਾਤ ਦਾ ਸਰਟੀਫਿਕੇਟ ਬਣਾਉਣ ਦੀ ਇੱਕ ਵਾਰ ਵੀ ਹੀ ਇੱਕ ਵਾਰ ਗਿਆ ਸੀ ਇਸ ਤਰ੍ਹਾਂ ਦੇ ਗੁੱਸੇ 'ਚ ਖੁਸ਼ਵੰਤ ਨੂੰ ਸੱਟ ਮਾਰ ਸਕਦਾ ਸੀ। ਉਹਨੂੰ ਤੁਰੰਤ ਗਿਆਨੀ ਚਾਚੇ ਦੇ ਘਰ ਭੇਜਤਾ ਗਿਆ ਜਾਂ ਕਹੋ ਲੁਕੋਤਾ ਗਿਆ। ਪ੍ਰੀਤੂ ਉਹਦੇ ਵਰਗੇ ਪੜ੍ਹੇ ਲਿਖੇ ਬੰਦੇ ਨਾਲ ਛੇਤੀ ਪੰਗਾ ਨਹੀਂ ਸੀ ਲੈ ਸਕਦਾ। ਗਿਆਨੀ ਚਾਚੇ ਦੇ ਘਰ ਬਕਸੇ ਸਾਹਮਣੇ ਬੈਠੇ ਖੁਸ਼ਵੰਤ ਨੇ ਕੁਝ ਦੇਰ ਬਾਅਦ ਫੇਰ ਬਾਹਰੋਂ ਆਉਂਦੀਆਂ ਗਾਲਾਂ ਦੀ ਆਵਾਜ਼ ਸੁਣੀ। ਉਹਨੂੰ ਇਸ ਗੱਲ ਉੱਤੇ ਤਸੱਲੀ ਮਹਿਸੂਸ ਹੋਈ ਕਿ ਅੱਜ ਲਾਲੀ ਉੱਥੇ ਨਹੀਂ ਸੀ। ਲਾਲੀ ਦੀ ਹਾਜ਼ਰੀ 'ਚ ਇਹਨਾਂ ਗਾਲਾਂ ਦੀ ਤਕਲੀਫ਼ ਦੁੱਗਣੀ ਹੋ ਜਾਣੀ ਸੀ। ਦਰਅਸਲ ਲਾਲੀ ਪਿਛਲੇ ਮਹੀਨੇ ਤੋਂ ਹੀ ਨਹੀਂ ਸੀ ਆ ਰਹੀ। ਦੇ ਭਰਾ ਵੀ ਰੇਨ ਵੀ ਬਕਸਾ ਖਰੀਦਣ ਲਈ ਪੈਸੇ ਭੇਜਦੇ ਸੀ ਤੇ ਪਿੰਡ ਵਿੱਚਲੇ ਬਕਸਿਆਂ ਦੇ ਮਾਲਕ ਘਰਾਂ ਦੀ ਗਿਣਤੀ 'ਚ ਇੱਕ ਹੋਰ ਦਾ ਵਾਧਾ ਹੋ ਗਿਆ ਸੀ। ਲਾਲੀ ਦੇ ਘਰੋਂ ਬਾਹਰ ਨਿਕਲਣ ਦੇ ਬਹਾਨਿਆਂ ਵਿੱਚੋਂ ਇੱਕ ਘਟ ਗਿਆ ਸੀ। ਫਿਰਨੀ ਵੱਲ ਤੇ ਹੋਰ ਗਲੀਆਂ ਵਿੱਚੋਂ ਖੁਸ਼ਵੰਤ ਨੂੰ ਲੱਭ ਕੇ ਪ੍ਰੀਤੂ ਪਰਤ ਆਇਆ ਸੀ। ਹੁਣ ਉਹ ਪਹਿਲਾਂ ਨਾਲੋਂ ਵੀ ਜ਼ੋਰ ਨਾਲ ਡਾਂਗ ਗਲੀ 'ਚ ਖੜਕਾਉਣ ਲੱਗਾ ਸੀ। ਉਹਦੀਆਂ ਗਾਲਾਂ ਦੀ ਆਵਾਜ਼ ਪਹਿਲਾਂ ਨਾਲੋਂ ਉੱਚੀ ਤੇ ਰਫ਼ਤਾਰ ਪਹਿਲਾਂ ਨਾਲੋਂ ਵੱਧ ਗਈ ਸੀ। ਪਾਪੇ ਦੀ ਆਵਾਜ਼ ਤੇ ਤਰਲਾ ਵੀ ਪਹਿਲਾਂ ਨਾਲੋਂ ਵੱਧ ਗਿਆ ਸੀ ਉਹਨਾਂ ਦੇ ਘਰ ਬੀਬੀ ਤੇ ਦੇਸ਼ੀ ਸਸਰੀਵਾਨ ਸੌਂ ਗਈਆਂ ਜਪਦੀਆਂ ਸੀ ਕੀ ਹੋ ਗਿਆ ਇਹਨੂੰ ਪ੍ਰੀਤੂ ਨੂੰ ਆਵਾਜ਼ਾਂ ਤੋਂ ਕੁਝ ਪਰੇਸ਼ਾਨ ਹੋ ਗਏ ਗਿਆਨੀ ਚਾਚੇ ਨੇ ਖੁਸ਼ਵੰਤ ਤੋਂ ਜਾਣਨਾ ਚਾਹਿਆ ਉਹ ਕੁਝ ਜਾਣਕਾਰੀ ਲੈ ਕੇ ਦਖਲਅੰਦਾਜ਼ੀ ਕਰਨਾ ਚਾਹੁੰਦਾ ਸੀ ਕੁਝ ਨਹੀਂ ਐਵੇਂ ਕਹੀ ਐਵੇਂ ਕਹੀ ਜਾਂਦਾ ਮੈਂ ਇਹਨੂੰ ਗਾਲਾਂ ਕੱਢੀਆਂ ਮੈਂ ਤੋ ਕੀ ਲੈਣਾ ਕੋਈ ਨਹੀਂ ਸਫਾਈ ਦੇ ਸਕਿਆ ਖੁਸ਼ਵੰਤ ਦੇ ਗਭ੍ਰੇਟ ਚਿਹਰੇ ਤੋਂ ਗਿਆਨੀ ਚਾਚੇ ਨੂੰ ਵੀ ਅੰਦਾਜ਼ਾ ਹੋ ਗਿਆ ਕਿ ਉਹਦੇ ਕੋਲ ਪ੍ਰੀਤੂ ਨੂੰ ਗਾਲਾਂ ਕੱਢਣ ਦਾ ਕੋਈ ਕਾਰਨ ਨਹੀਂ ਹੋ ਸਕਦਾ ਇਸ ਗੱਲ ਹੀ ਦੋਹਾਂ ਦੀ ਉਮਰ ਦਾ ਪਾੜਾ ਵੀ ਬਹੁਤ ਵੱਡਾ ਸੀ ਖੈਰ ਗਿਆਨੀ ਚਾਚਾ ਬਾਹਰ ਨਿਕਲੇ ਤਾਂ ਅਨਗੁਆਣ ਤੋਂ ਹੋਰ ਬੰਦੇ ਵੀ ਆ ਗਏ ਪ੍ਰੀਤੂ ਦੀ ਪੀਤੀ ਹੋਈ ਅੰਨੀ दारू ਹੀ ਫਿਲਹਾਲ ਖੁਸ਼ਵੰਤ ਦੀ ਬੇਗੁਨਾਹੀ ਦਾ ਸਬੂਤ ਬਣ ਰਹੀ ਸੀ ਉਹਨਾਂ ਸਮਝਾ ਕੇ ਪ੍ਰੀਤੂ ਨੂੰ ਉਹਦੇ ਘਰ ਤੋਰ ਦਿੱਤਾ ਸ਼ਾਇਦ ਪ੍ਰੀਤੂ ਦਾ ਮਕਸਦ ਵੀ ਪੂਰਾ ਹੋ ਗਿਆ ਸੀ ਵੱਡੇ ਸ਼ਹਿਰੋਂ ਆਉਂਦੀ ਬੱਸ ਦੀ ਛੱਤ ਉੱਤੇ ਬੈਠੇ ਨੇ ਉਸ ਜਿਹੜੀ ਹੱਤਕ ਮਹਿਸੂਸ ਕੀਤੀ ਸੀ ਪਾਪੇ ਦੇ ਦੁਕਾਨ ਦੇ ਬੂਏ ਨਾਲ ਮਾਰੀਆਂ ਡਾਂਗਾ ਨੇ ਉਹਦੀ ਕਸਕ ਨੂੰ ਕੁਝ ਮਿੱਠਾ ਕਰ ਮੱਠਾ ਕਰ ਦਿੱਤਾ ਉਹਨੇ ਵੀ ਜਾਣ ਬੁੱਝ ਕੇ ਇਸ ਬਦਲਾ ਲਊ ਕਾਰਵਾਈ ਲਈ ਹਰਪਾਲ ਜੀ ਤੇ ਤੇ ਖੁਸ਼ਵੰਤ ਵਿੱਚੋਂ ਸਭ ਤੋਂ ਕਮਜ਼ੋਰ ਨਿਸ਼ਾਨਾ ਚੁਣਿਆ ਸੀ ਉਹ ਜ਼ਮਾਨਤ ਉਤੇ ਬਾਹਰ ਸੀ ਇਸੇ ਲਈ ਅਜੇ ਕਿਸੇ ਹੋਰ ਪੰਗੇ ਤੋਂ ਡਰਦਾ ਹੋਵੇਗਾ ਹਰਪਾਲ ਤੇ ਜੀਤੇ ਕੇ ਤਬਰ ਤਕੜੇ ਸਨ ਟਰੈਕਟਰਾਂ ਟਰਾਲੀਆਂ ਵਾਲੇ ਪਾਪੇ ਦੀ ਕੱਪੜੇ ਸਿਉਣ ਵਾਲੀ ਮਸ਼ੀਨ ਵਰਗੀਆਂ 36 ਮਸ਼ੀਨਾਂ ਇੱਕ ਟਰੈਕਟਰ ਦੇ ਵੱਡੇ ਪਹੀਏ ਥੱਲੇ ਦਰੜੀਆਂ ਜਾ ਸਕਦੀਆਂ ਖੁਸ਼ਵੰਤ ਲਈ ਇਹ ਪਲ ਬੇਹਦ ਨਮੋਸ਼ੀ ਭਰੇ ਸਨ ਪਰ ਮੂੰਹ ਆਈਆਂ ਗਾਲਾਂ ਕੱਢਦਾ ਰਿਹਾ ਤੇ ਖੁਸ਼ਵੰਤ ਪਹਿਲਾਂ ਆਪਣੇ ਤੇ ਫਿਰ ਗਿਆਨੀ ਚਾਚੇ ਦੇ ਘਰ ਢੜਬਟ ਕੇ ਬੈਠਾ ਰਿਹਾ ਖੁਦ ਨੂੰ ਇੰਨਾ ਨਤਣਾ ਉਹਨੇ ਕਦੇ ਮਹਿਸੂਸ ਨਹੀਂ ਸੀ ਕੀਤਾ ਸ਼ਹਿਰ 'ਚ ਹਰ ਪਾਲ ਹੋਰਾਂ ਦੇ ਨਾਲ ਰਹਿਣ ਕਾਰਨ ਸਾਰੇ ਮੁੰਡੇ ਉਹਨੂੰ ਵੀ ਮਾਣ ਦੇ ਕੇ ਹੀ ਬੁਲਾਉਂਦੇ ਸੀ ਇਹ ਸੋਚ ਕੇ ਵੈਸੇ ਹੀ ਉਹ ਆਤਮ ਵਿਸ਼ਵਾਸ ਨਾਲ ਭਰ ਜਾਂਦਾ ਸੀ ਕਿ ਕਿਸੇ ਵੀ ਮੁਸੀਬਤ ਸਮੇ ਉਹਦਾ ਸਾਥ ਦੇਣ ਲਈ ਹਰ ਪਾਲ ਹੋਰਾਂ ਦਾ ਪੂਰਾ ਗਰੁੱਪ ਸੀ ਪਰ ਪਿੰਡ ਦੇ ਆਪਣੇ ਘਰ ਚ ਆਪਣੇ ਆਪ ਨੂੰ ਕੱਢੀਆਂ ਜਾ ਰਹੀਆਂ ਗਾਲਾਂ ਸੁਣਦਿਆਂ ਉਹਨੇ ਖੁਦ ਹੀ ਉਸੇ ਤਰ੍ਹਾਂ ਬੇਬਸ ਮਹਿਸੂਸ ਕੀਤਾ ਜਿਵੇਂ ਵੱਡੇ ਸ਼ਹਿਰਾਂ ਆਉਂਦੀ ਬਸ ਦੀ ਛੱਤ ਉੱਤੇ ਫਸੇ ਬੈਠੇ ਪ੍ਰੀਤੂ ਨੇ ਕੀਤਾ ਹੋਵੇਗਾ ਅਜੇ ਇਹ ਅਹਿਸਾਸ ਉਹਨੂੰ ਬਚਪਨ ਚ ਇੱਕ ਵਾਰੀ ਹੋਇਆ ਸੀ ਜਦੋਂ ਦੀਸ਼ੀ ਨਾਲ ਗਰਮੀਆਂ ਦੀਆਂ ਛੁੱਟੀਆਂ ਚ ਮਾਸੀ ਦੇ ਘਰ ਸ਼ਹਿਰ ਆਇਆ ਹੋਇਆ ਸੀ ਇੱਕ ਸ਼ਾਮ ਉਹ ਮੁਹੱਲੇ ਦੇ ਸ਼ਹਿਰੀ ਮੁੰਡਿਆਂ ਨਾਲ ਬੰਟੇ ਖੜਨ ਲੱਗ ਪਏ ਸੀ ਖੇਡ ਸੀ ਬੱਚੇ ਕੱਢਣਾ ਇਸ ਖੇਡ 'ਚ ਫਾੜੀ ਰਹਿਣ ਵਾਲੇ ਨੂੰ ਹੋਰਾਂ ਕੋਲੋਂ ਉਦੋਂ ਤੱਕ ਬੱਚੇ ਕਢਵਾਉਣੇ ਪੈਂਦੇ ਜਦ ਤੱਕ ਉਹ ਆਪਣਾ ਬੰਟਾ ਖੁੱਤੀ 'ਚ ਪਾਉਣ 'ਚ ਸਫਲ ਨਹੀਂ ਸੀ ਹੋ ਜਾਂਦਾ ਉਹ ਤੇ ਦੀਸੀ ਪਿੰਡ 'ਚ ਰਹਿਣ ਵਾਲੇ ਸਨ ਉਹਨਾਂ ਦੇ ਪਿੰਡ ਦੀਆਂ ਹੱਟੀਆਂ ਉੱਤੇ ਤਾਂ ਬੰਟੇ ਅਜੇ ਚੰਗੀ ਤਰ੍ਹਾਂ ਵਿਕਣੇ ਵੀ ਸ਼ੁਰੂ ਨਹੀਂ ਸੀ ਹੋਏ ਉਹਨਾਂ ਤੇਜ਼ ਤਰਾਰ ਸ਼ਹਿਰੀ ਨਿਆਣਿਆਂ ਦਾ ਕੀ ਮੁਕਾਬਲਾ ਕਰਨਾ ਸੀ ਖੇਡ ਵਿੱਚ ਉਸ ਸਭ ਤੋਂ ਅਖੀਰ ਪੁੱਗਿਆ ਤੇ ਬੱਚੇ ਕਢਵਾਉਣ ਦੀ ਵਾਰੀ ਦੇਸ਼ੀ ਦੀ ਆ ਗਈ। ਉਹਦੋਂ ਉਹ ਆਪਣੇ ਬੰਟੇ ਨੂੰ ਖੁੱਤੀ 'ਚ ਪਾਉਣ ਦੀ ਸਫਲ ਕੋਸ਼ਿਸ਼ ਕਰਦੀ। ਬੱਚੇ ਫਿਰ ਉਹਦੀ ਬੰਟੇ ਉੱਤੇ ਆਪਣੇ ਬੰਟੇ ਨਾਲ ਨਿਸ਼ਾਨਾ ਲਾ ਕੇ ਦੂਰ ਭੇਜ ਦਿੰਦੇ ਤੇ ਨਾਲ-ਨਾਲ ਬਣਦੇ ਬੱਚਿਆਂ ਦੀ ਗਿਣਤੀ ਕਰੀ ਜਾਂਦੇ। 2 3 8 9 15 16 ਉਹਨੂੰ ਮਹਿਸੂਸ ਹੋਣ ਲੱਗਾ ਜਿਵੇਂ ਸੱਚੀ ਇੰਨੇ ਬੱਚੇ ਉਹਦੀ ਭੈਣ ਦੇਸ਼ੀ ਦੇ ਪੇਟ ਚੋਂ ਨਿਕਲ ਰਹੇ। ਇਸ ਨਾਲੋਂ ਤਾਂ ਚੰਗਾ ਸੀ ਦੇਸ਼ੀ ਦੀ ਤਾਂ ਉਹ ਫਾੜੀ ਆਉਂਦਾ। ਦੇਸ਼ੀ ਦੇ ਬੰਟੇ ਉੱਤੇ ਚੋਟ ਮਾਰ ਕੇ ਹੱਸਣ ਵਾਲੇ ਉਹਨੂੰ ਫਿਲਮਾਂ 'ਚ ਹੀਰੋਇਨ ਦੀ ਇੱਜ਼ਤ ਲੁੱਟਣ ਵਾਲੇ ਵਿਲਨ ਵਰਗੇ ਲੱਗਣ ਲੱਗੇ। ਦੇਸ਼ੀ ਨੂੰ ਹੁਣ ਤੱਕ ਆਪਣਾ ਬੰਟਾ ਪੂਗਾ ਲੈਣਾ ਚਾਹੀਦਾ ਸੀ। 37 38 ਉਹਨੂੰ ਰੋਣਾ ਆਉਣ ਲੱਗਾ ਸੀ। ਦੇਸ਼ੀ ਦੀਆਂ ਅੱਖਾਂ 'ਚ ਵੀ ਹੰਝੂਆਂ ਵਰਗਾ ਕੁਝ ਸੀ ਪਰ ਉਹ ਬੇਬਸ ਸਨ। ਖੇਡ ਆਪਣੇ ਨਿਯਮਾਂ ਅਨੁਸਾਰ ਖੇਡੀ ਜਾ ਰਹੀ ਸੀ। ਦੇਸ਼ੀ ਨੂੰ ਬੱਚੇ ਕਢਵਾਉਣੇ ਹੀ ਪੈਣੇ ਸਨ। ਪ੍ਰੀਤੂ ਨੇ ਅੱਜ ਆਪਣੀ ਖੇਡ ਝਿਕਣੀ ਮਿੱਟੀ ਵਾਲੇ ਪਿੰਡ ਦੇ ਨਿਯਮਾਂ ਅਨੁਸਾਰ ਖੇਡੀ ਸੀ ਜਾਂ ਨਹੀਂ। ਕਰੋ ਦਾ ਬੇਬਸ ਹੋਣ ਦਾ ਅਹਿਸਾਸ ਇਹ ਨਵੇਂ ਉਸੇ ਤਰ੍ਹਾਂ ਦਾ ਸੀ ਖੁਸ਼ਵੰਤ ਨੂੰ ਉਦੋਂ ਹੀ ਘਰ ਵੜਿਆ ਗਿਆ ਜਦੋਂ ਪਾਪੇ ਨੂੰ ਯਕੀਨ ਹੋ ਗਿਆ ਕਿ ਹੁਣ ਪ੍ਰੀਤੂ ਆਪਣੇ ਘਰ ਸੌਂ ਗਿਆ ਹੋਵੇਗਾ ਪਰ ਸੌਣ ਤੋਂ ਪਹਿਲਾਂ ਉਹਨੂੰ ਗਾਲਾਂ ਦਾ ਪ੍ਰਸ਼ਾਦ ਲੈਣਾ ਹੀ ਪੈਣਾ ਸੀ ਓਏ ਤੈਨੂੰ ਕਿੰਨੀ ਵਾਰ ਸਮਝਾਇਆ ਆਪਣੀ ਗੱਲ ਨਾਲ ਮਤਲਬ ਰੱਖਿਆ ਕਰ ਅ ਤੂੰ ਕੀ ਲੈਣਾ ਇਹਨਾਂ ਜੱਟਾਂ ਦੇ ਝਗੜਿਆਂ ਤੋਂ ਮੇਰੇ ਕੋਲ ਤਾਂ ਕੋਈ ਜ਼ਮੀਨ ਵੀ ਨਹੀਂ ਤੇਰੇ ਤੇ ਲਾਉਣ ਨੂੰ ਔਰ ਨਾ ਫਿਰਿਆ ਕਰੋ ਸਰ ਭੱਲੇ ਨਾਲ ਮੈਨੂੰ ਸਾਰੀਆਂ ਸਭ ਕਰਤੂਤਾਂ ਦਾ ਪਤਾ ਹੈ ਮੈਨੂੰ ਪਤਾ ਅੱਜ ਕਿਸੇ ਦਿਨ ਹੋਰ ਵੀ ਅਜੇ ਕਿਸੇ ਦਿਨ ਹੋਰ ਵੀ ਚੰਨ ਚੜਨਾ ਹੈ ਮੈਂ ਸਾਰਾ ਦਿਨ ਇੱਥੇ ਇੱਥੇ ਹੀ ਰਹਿਣਾ ਗਲੀ 'ਚ ਬਸ ਬੋਲਦਾ ਨਹੀਂ ਥੈਲੀ ਬਖਰੀ ਜਵਾਨੀ ਚੜੀ ਹੈ ਇਹਨਾਂ ਨੂੰ ਮਾਂ ਦੇ ਖਸਮ ਨੂੰ ਪਾਪਾ ਆਪਣੀ ਸਿਹਤ ਸਿਆਣਪ ਨਾਲ ਸਮੱਸਿਆ ਦੇ ਕੋਲ ਅੱਪੜ ਗਿਆ ਸੀ ਹਰਪਾਲ ਕੋਲ ਪਰ ਉਹਨੂੰ ਉਦੋਂ ਪਤਾ ਨਹੀਂ ਸੀ ਕਿ ਸੱਚੀ ਹਰਪਾਲ ਨਾਲ ਖੁਸ਼ਵੰਤ ਦਾ ਸਾਥ ਕੁਝ ਦਿਨਾਂ ਬਾਅਦ ਖਤਮ ਹੋਣ ਵਾਲਾ ਹੈ ਜੋ ਹਰਪਾਲ ਨਾਲ ਵਾਪਰਨ ਵਾਲਾ ਸੀ ਉਸ ਨਾਲੋਂ ਬਹੁਤ ਵੱਡਾ ਸੀ ਜੋ ਉਸ ਰਾਤ ਖੁਸ਼ਵੰਤ ਨਾਲ ਵਾਪਰਿਆ ਲਾਲੀ ਨਾਲ ਉਹਦੇ ਚੱਕਰ ਬਾਰੇ ਵੀ ਭਾਪੇ ਨੂੰ ਭਿੰਨਕ ਪੈ ਗਈ ਸੀ ਸੋ ਕੁਦਰਤੀ ਸੀ ਕਿ ਲਾਲੀ ਨਾਲ ਉਹਦਾ ਚੱਕਰ ਵੀ ਮੁੱਕਣ ਹੀ ਵਾਲਾ ਸੀ ਅੰਗ 5 ਬ੍ਰੈਡ ਕਰਮਸ ਲਗਾ ਕੇ ਤੰਦੂਰ ਚ ਭੁੰਨੀਆਂ ਮੁਰਗੇ ਦੀਆਂ ਟੰਗਾਂ ਸੁਨਹਿਰੀ ਮਸਾਲੇ ਵਾਲੇ ਚੀਜ਼ ਟਿੱਕੇ ਬਾਰਬੀਕਿਊ ਕੀਤੇ ਚਿਕਨ ਵਿੰਗਸ ਖੁਸ਼ਵੰਤ ਤੰਦੂਰੀ ਬਾਈਟਸ ਦੀਆਂ ਰੌਸ਼ਨੀਆਂ ਵਿੱਚੋਂ ਝਾਕਦੀਆਂ ਮੂਰਤਾਂ ਦੇਖਦਾ ਹੋਇਆ ਅੱਗੇ ਲੰਘ ਗਿਆ। ਇਸ ਰੈਸਟੋਰੈਂਟ ਦੇ ਆਪਣੇ ਸ਼ਬਾਬ ਤੇ ਹੌਂਸ ਵਿੱਚ ਕੁਝ ਹੀ देर ਸੀ। ਦੋ ਤਿੰਨ ਸਕੂਟਰ ਮੋਟਰਸਾਈਕਲ ਬਾਹਰ ਪਾਰਕਿੰਗ 'ਚ ਖੜੇ ਦਿਸ ਰਹੇ ਸਨ। ਬਾਹਰ ਪੀਲਾ ਹਰਾ ਗਾਉਂਜਿਆ ਪਾਈਕ ਮੁੰਡਾ ਉਹਨਾਂ ਭੀ ਰੰਗ ਦਾ ਝੋਲਾ ਫੜੀ ਖੜਾ ਸੀ। ਖੁਸ਼ਵੰਤ ਸਮਝ ਗਿਆ ਇਹ ਮੁੰਡਾ ਉਹਨਾਂ ਦੇ ਸ਼ਹਿਰ 'ਚ ਹੁਣੇ-ਹੁਣੇ ਸ਼ੁਰੂ ਹੋਈ ਖੋਰ ਸੇਵਾ ਕਰਨ ਵਾਲੀ ਕੰਪਨੀ ਦਾ ਹੋਏਗਾ ਇਹ ਸੇਵਾ ਲੋਕਾਂ ਨੂੰ ਹੋਟਲਾਂ ਤੇ ਰੈਸਟੋਰੈਂਟ ਦਾ ਖਾਣਾ ਘਰ ਕੋ ਘਰ ਪਹੁੰਚਾਣ ਦੀ ਹੈ ਤੁਹਾਨੂੰ ਆਪਣੇ ਹੱਥ ਯੰਤਰ ਉਤੇ ਆਰਡਰ ਕਰਨਾ ਪੈਂਦਾ ਤੇ ਕੰਪਨੀ ਦੇ ਮੁੰਡੇ ਆਪਣੇ ਮੋਟਰਸਾਈਕਲਾਂ ਉਤੇ ਲੱਦ ਕੇ ਹਰ ਤਰ੍ਹਾਂ ਦਾ ਪਕਵਾਨ ਤੁਹਾਡੇ ਘਰ ਜਾਂ ਜਿੱਥੇ ਵੀ ਤੁਸੀਂ ਚਾਹੋ ਉਹ ਪਹੁੰਚਾ ਦਿੰਦੇ ਹੈ ਤੁਹਾਨੂੰ ਆਪਣੇ ਘਰੋਂ ਬਾਹਰ ਨਿਕਲਣ ਦੀ ਲੋੜ ਨਹੀਂ ਪਤਾ ਨਹੀਂ ਇਹਨਾਂ ਕੰਪਨੀਆਂ ਨੂੰ ਤੁਹਾਡੀ ਸੁਰੱਖਿਆ ਦੀ ਇੰਨੀ ਫਿਕਰ ਕਿਉਂ ਹੈ ਇਹ ਹਰ ਵੇਲੇ ਤੁਹਾਨੂੰ ਬਾਹਰ ਦੇ ਜੋਖਮਾਂ ਤੋਂ ਮਹਿਫੂਜ਼ ਕਰਾ ਅੰਦਰ ਹੀ ਰੱਖਣਾ ਚਾਹੁੰਦੀਆਂ ਹਨ ਜਿਵੇਂ ਬਾਹਰ ਹਰ ਵੇਲੇ ਕਿਸੇ ਮਹਾਮਾਰੀ ਦਾ ਖਤਰਾ ਹੋਵੇ ਤੇ ਤੁਸੀਂ ਸਿਰਫ ਘਰਾਂ ਅੰਦਰ ਆਪਣੀ ਆਪਣੇ بیوی ਬੱਚਿਆਂ ਕੋਲ ਹੀ ਸੁਰੱਖਿਅਤ ਹੋਵੋ ਜਿਵੇਂ ਬਾਹਰ ਕਿਸੇ ਦੁਸ਼ਮਣ ਦੇਸ਼ ਦੇ ਜਹਾਜ਼ ਬੰਬਾਰੀ ਕਰ ਰਹੇ ਹੋਣ ਤੇ ਘਰਾਂ ਅੰਦਰ بیوی ਬੱਚਿਆਂ ਕੋਲ ਹੀ ਇਹਨਾਂ ਬੰਬਾਂ ਤੋਂ ਬਚਾਅ ਕਰਨ ਵਾਲੇ ਬੰਕਰ ਹੋਣ ਕਿਸੇ ਵੇਲੇ ਖੁਸ਼ਵੰਤ ਕਵਿਤਾ ਤੇ ਸਰਗੀ ਨਾਲ ਅਕਸਰ ਬਾਹਰ ਘੁੰਮਿਆਂ ਕਰਦਾ ਸੀ ਬਾਗ ਚ ਬਾਜ਼ਾਰ ਚ ਸ਼ਹਿਰ ਦੀਆਂ ਪੁਰਾਣੀਆਂ ਮਸਜਿਦਾਂ ਮੰਦਰਾਂ ਤੇ ਗੁਰਦੁਆਰਿਆਂ ਚ ਸ਼ਹਿਰ ਦੇ ਨੇੜੇ ਰਸਤਾ ਵੇਲੇ ਦੀ ਰੱਖ ਹੈ। ਉੱਥੇ ਜੰਗਲ ਦੀਆਂ ਆਵਾਜ਼ਾਂ ਸੁਣਨ ਚਲੇ ਜਾਂਦੇ। ਸ਼ਹਿਰ ਤੋਂ 3 ਕਿਲੋਮੀਟਰ ਦੂਰ ਮਸਨੂਈ ਝੀਲ ਹੈ। ਉੱਥੇ ਜਾ ਕੇ ਪ੍ਰਵਾਸੀ ਪੰਛੀ ਲੱਭਦੇ। ਉਦੋਂ ਸਰਗੀ ਜੀ ਬਹੁਤ ਛੋਟੀ ਸੀ ਪਰ ਹੌਲੀ-ਹੌਲੀ ਜ਼ਿੰਦਗੀ ਨੇ ਉਹਨਾਂ ਨੂੰ ਘਰ ਅੰਦਰ ਕੈਦ ਕਰਨਾ ਸ਼ੁਰੂ ਕਰ ਦਿੱਤਾ। ਅਕਸਰ ਉਹ ਕਾਲਜੋਂ ਆ ਕੇ ਕੁਝ ਪੜ੍ਹਨ ਲਿਖਣ 'ਚ ਰੁੱਝ ਜਾਂਦਾ। ਕਾਲਜ ਅੰਦਰ ਯੂਨੀਅਨ ਦੀਆਂ ਸਰਗਰਮੀਆਂ ਬਹੁਤ ਦੇਰ ਤੋਂ ਠੱਪ ਜਿਹੀਆਂ ਹੀ ਹਨ। ਉਹ ਇਸ ਪਾਸਿੋਂ ਤਕਰੀਬਨ ਵਿਲਾ ਹੈ। ਸਰਗੀ ਦੇ ਸਕੂਲ ਦਾ ਬੋਝ ਵਧਿਆ ਤਾਂ ਕਵਿਤਾ ਦਾ ਵੀ ਬੋਝ ਵੱਧ ਗਿਆ ਉਹ ਘਰੋਂ ਨਿਕਲਣ ਤੋਂ ਕੰਨੀ ਘਤਰਾਉਣ ਲੱਗੀ ਇਹ ਖੁਸ਼ਵੰਤ ਦੇ ਇੱਕ ਘਰ ਦਾ ਹਾਲ ਹੀ ਨਹੀਂ ਉਹਦੇ ਸਾਰੇ ਦੋਸਤਾਂ ਨੇ ਇੱਕ ਦੂਜੇ ਨੂੰ ਮਿਲਣਾ ਘੱਟ ਕਰ ਦਿੱਤਾ ਸੀ ਹਰ ਹਫਤੇ ਬਾਹਰ ਕਿਸੇ ਹੋਟਲ ਜਾਂ ਹਾਤੇਚ ਪੀਣ ਦੀ ਮਹਿਫਿਲ ਵੀ ਹੁਣ ਲੱਗਣੋਂ हट ਗਈ ਸੀ ਕਾਲਜ ਦੇ ਦਿਨਾਂ ਤੋਂ ਹੀ ਖੁਸ਼ਵੰਤ ਘਰ ਨਾਲੋਂ ਵੱਧ ਬਾਹਰ ਦੀ ਦੁਨੀਆ ਵਿੱਚ ਰਹਿਣ ਵਾਲਾ ਬੰਦਾ ਸੀ ਪਿੰਡ ਦੀਆਂ ਕਟਨਾਵਾਂ ਤੋਂ ਡਰ ਕੇ ਪਾਪੇ ਨੇ ਉਹਨੂੰ ਪਿੰਡੋਂ ਬਾਹਰ ਕੱਢ ਲਿਆ ਸੀ ਪਿੰਡੋਂ ਜਲਾਵਤਨੀ ਉਦੇ ਲਈ ਘਰੋਂ ਜਲਾਵਤਨੀ ਵੀ ਬਣ ਗਈ ਕਾਲਜ ਦੇ ਅੱਗੇ ਦੀ ਪੜ੍ਹਾਈ ਦੌਰਾਨ ਉਹ ਹੋਸਟਲਾਂ ਚ ਰਹਾ ਜਾਂ ਮੁੰਡਿਆਂ ਵੱਲੋਂ ਰਲ ਕੇ ਲੈ ਕਮਰੇਾਂ ਚ ਦੋਆਂ ਤਰ੍ਹਾਂ ਦੇ ਟਿਕਾਣੇ ਹੋਰ ਜੋ ਮਰਜ਼ੀ ਹੁਣ ਘਰ ਨਹੀਂ ਹੁੰਦੇ ਘਰੋਂ ਬਾਹਰ ਦੇ ਇਹਨਾਂ ਟਿਕਾਣਿਆਂ ਤੇ ਰਹਿ ਕੇ ਉਹ ਘਰ ਵਾਲਿਆਂ ਦੀ ਵਾਧੂ ਦੀ ਟੋਕਾ ਟਕਾਈ ਜਾਂ ਨੁਕਤਾ ਚੀਨੀ ਤੋਂ ਬਚਿਆ ਰਿਆ ਇਸੇ ਲਈ ਉਹ ਪਾਪੇ ਦੀਆਂ ਨਜ਼ਰਾਂ ਤੋਂ ਦੂਰ ਵਿਦਿਆਰਥੀ ਯੂਨੀਅਨਾਂ 'ਚ ਸਰਗਰਮ ਰਿਹਾ ਇਨ੍ਹਾਂ ਸਰਗਰਮੀਆਂ ਵਿੱਚੋਂ ਉਹਨੇ ਵੀ ਉਹ ਇਨਕਲਾਬਲੇ ਆਨ ਦਾ ਸੁਪਨਾ ਦੇਖਿਆ ਜੋ ਪਹਿਲਾਂ ਉਹਦੇ ਪਿੰਡ ਵਾਲੇ ਕਾਮਰੇਡ ਦਿਆਲ ਨੇ ਦੇਖਿਆ ਸੀ ਕਾਮਰੇਡ ਦਿਆਲ ਨੂੰ ਵੀ ਉਹ ਇਨਕਲਾਬ ਕੁਝ ਕੁ ਮਹੀਨਿਆਂ ਦੀ ਵਿੱਚ ਉੱਤੇ ਪਿਆ ਜਾਪਦਾ ਸੀ ਤੇ ਕਈ ਵਾਰ ਬਰਿਆਂ ਬਾਅਦ ਖੁਸ਼ਵੰਤ ਨੂੰ ਵੀ ਆਪਣੇ ਤੇ ਇਨਕਲਾਬ ਦਰਮਿਆਨ ਵਿੱਚ ਇੰਨੀ ਕੋਈ ਜਾਪੀ ਸੀ ਇੰਨਾ ਫਰਕ ਜ਼ਰੂਰ ਪਿਆ ਸੀ ਕਿ ਹੁਣ ਇਨਕਲਾਬ ਦੇ ਦਰਮਿਆਨ ਕੁਝ ਹੋਰ ਨਾਰੇ ਵੀ ਆ ਗਏ ਸਨ ਇਹ ਨਾਰੇ ਉਹਨਾਂ ਦੇ ਇਨਕਲਾਬ ਵਿਰੋਧੀ ਜਾਪਦੇ ਸਨ ਇਨਕਲਾਬ ਦੇ ਅੱਗੇ ਵੱਧ ਦੇ ਕਦਮਾਂ ਨੂੰ ਦਹਿਸ਼ਤ ਜ਼ਦਾ ਕਰਨ ਵਾਲੇ ਪਰ ਉਹ ਇਸ ਦਹਿਸ਼ਤ ਤੋਂ ਮੁਕਤ ਰਹਿ ਕੇ ਬੇਖੌਫ ਇਨਕਲਾਬ ਜ਼ਿੰਦਾਬਾਦ ਕਹਿੰਦਾ ਰਿਹਾ ਸੀ ਉਹਦੇ ਲਈ ਵਿਦਿਆਰਥੀ ਯੂਨੀਅਨ 'ਚ ਕੰਮ ਕਰਨਾ ਆਪਣੀ ਹੋਂਦ ਦੀ ਸਲਾਮਤੀ ਲਈ ਜ਼ਰੂਰੀ ਸੀ ਇਹ ਯੂਨੀਅਨ ਉਹਨੂੰ ਉਹ ਉਸ ਬੇਵਸੀ ਦੇ ਅਹਿਸਾਸ ਅਹਿਸਾਸ ਤੋਂ ਮੁਕਤ ਕਰਦੀ ਸੀ ਜਿਹੜਾ ਉਹਨੇ ਪਿੰਡ ਰਹਿ ਕੇ ਹੰਡਾਇਆ ਸੀ ਵਿਆਹ ਤੋਂ ਬਾਅਦ ਵੀ ਉਹ ਪ੍ਰੋਫੈਸਰਾਂ ਦੀ ਯੂਨੀਅਨ ਦੇ ਕੰਮਾਂ ਲਈ ਤੁਰਿਆ ਰਹਿੰਦਾ ਕਵਿਤਾ ਨਾਲ ਉਹ ਦਿੱਤ ਤਕਰਾਰ ਚਲਦੀ ਵੀ ਚਲਦੀ ਹੀ ਰਹਿੰਦੀ ਹਰ ਬੀਵੀ ਵਾਂਗ ਕਵਿਤਾ ਚਾਹੁੰਦੀ ਕਿ ਖੁਸ਼ਵੰਤ ਨੌਕਰੀ ਤੋਂ ਬਾਅਦ ਵਾਲਾ ਸਮਾਂ ਘਰ ਨੂੰ ਹੀ ਸਮਰਪਿਤ ਕਰਨ ਵਾਲਾ ਆਦਰਸ਼ ਖਾਵੰਦ ਸਾਬਤ ਹੋਵੇ ਆਖਿਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਇੱਕ ਦੂਜੇ ਨੂੰ ਚੁਣਿਆ ਸੀ ਖੁਸ਼ਵੰਤ ਨੂੰ ਘਰ ਆਪਣੇ ਲਈ ਕੈਦ ਲੱਗਦਾ ਰਹਿੰਦਾ ਪਰ ਜੋ ਕੰਮ ਕਵਿਤਾ ਦੇ ਬੋਲ ਨਾ ਕਰ ਸਕੇ ਉਹ ਜ਼ਿੰਦਗੀ ਨਹੀਂ ਘਰ ਦੇਖਾਇਆ ਖੁਸ਼ਵੰਤ ਨੇ ਪੀ ਐਚ ਡੀ ਸ਼ੁਰੂ ਕੀਤੀ ਤਾਂ ਸੁਭਾਵਕ ਹੀ ਵੱਧ ਪੜਨ ਲਿਖਣ ਲਈ ਉਹਨੂੰ ਘਾਟੇ ਖਣਾ ਪਿਆ ਡਿਗਰੀ ਮੁਕੰਮਲ ਹੋਈ ਤਾਂ ਉਹਨੇ ਕ੍ਰੋਲ ਬਾਗ ਚ ਪਲਾਟ ਖਰੀਦ ਕੇ ਘਰ ਬਣਾਉਣਾ ਸ਼ੁਰੂ ਕਰ ਲਿਆ ਇਸ ਤਰ੍ਹਾਂ ਸੀ ਜਿਵੇਂ ਕ੍ਰੋਲ ਬਾਗ ਦੀ ਉਸ ਕੋਠੀ ਚੋ ਹਰ ਇੱਟ ਆਪਣੇ ਆਪ ਦਿਵਾਲੇ ਹੀ ਜਣ ਰਿਆ ਸੀ ਕੋਠੀ ਦੇ ਮੁਕੰਮਲ ਹੋਣ ਤੱਕ ਪੂਰੀ ਤਰ੍ਹਾਂ ਘਰ ਦੀਆਂ ਇੱਟਾਂ ਚ ਜਿਣਿਆ ਜਾ ਚੁੱਕਾ ਸੀ ਉੰਜ ਵੀ ਹੁਣ ਕੋਈ ਪ੍ਰੋਫੈਸਰ ਯੂਨੀਅਨ ਦੀ ਕਿਸੇ ਗੱਲ ਤੇ ਹੰਗਾਰਾ ਨਹੀਂ ਸੀ ਭਰਦਾ ਯ ਜਗਦੀਸ਼ ਦੇ ਕਹਿਣ ਅਨੁਸਾਰ ਉਹਨਾਂ ਨੂੰ ਸਰਕਾਰ ਨੇ ਇਹਨੀਆਂ ਤਨਖਾਹਾਂ ਦੇ ਦਿੱਤੀਆਂ ਸੀ ਕਿ ਉਹਨਾਂ ਦਾ ਸਾਰਾ ਦਿਨ ਉਸ ਤਨਖਾਹ ਦੇ ਨੋਟ ਗਿਣਨ ਉੱਤੇ ਹੀ ਲੱਗ ਜਾਂਦਾ ਸੀ। ਅਗਲੇ ਦਿਨ ਉਹ ਪਹਿਲੇ ਦਿਨ ਦੀ ਗਿਣਤੀ ਭੁੱਲ ਫੇਰ ਨਵੇਂ ਸਿਰੇ ਤੋਂ ਗਿਣਤੀ ਸ਼ੁਰੂ ਕਰ ਲੈਂਦੇ। ਜਿਵੇਂ ਬੇਤਾਲ ਹਰ ਰੋਜ਼ ਵਿਕਰਮ ਨੂੰ ਸੁਣਾਉਣ ਲਈ ਨਵੀਂ ਬਾਤ ਛੇੜ ਲੈਂਦਾ ਸੀ ਉਹ ਨਵੇਂ ਐਡ-ਹੌਕ ਦੇ ਲੈਕਚਰਾਰਾਂ ਨੂੰ ਯੂਨੀਅਨ ਦੇ ਕੰਮਾਂ ਲਈ ਟਟੋਲਦਾ ਤੋਂ ਡਰਨ ਵਾਲੀ ਪੁਰ ਜਾਂਦੇ। ਜਿਸ ਕਿਸੇ ਕੋਲ ਕੋਈ ਰੀੜ ਦੀ ਹੱਡੀ ਨਾ ਲੱਭਦੀ ਕਰਦੀਆਂ ਇਟਾਂ 'ਚ ਜਿਹਨੇ ਗਏ ਖੁਸ਼ਵੰਤ ਨੇ ਆਖਰ ਆਪਣੇ ਆਪ ਨੂੰ ਪੜ੍ਹਨ ਲਿਖਣ ਦੇ ਕੰਮਾਂ 'ਚ ਵਿਅਸਤ ਕਰ ਲਿਆ ਜਿਨ੍ਹਾਂ ਵਿਚਾਰਾਂ ਕਰਕੇ ਉਹ ਪਹਿਲਾਂ ਦੁਨੀਆ 'ਚ ਇਧਰ ਉਧਰ ਭੱਜਿਆ ਫਿਰਦਾ ਸੀ ਹੁਣ ਉਹ ਉਹ ਵਿਚਾਰਾਂ ਨੂੰ ਕਿਤਾਬਾਂ 'ਚ ਫੈਲਾਉਣ ਲੱਗਾ ਇਹਨਾਂ ਵਿਚਾਰਾਂ ਦਾ ਅਮਲ ਹੀ ਕੁਝ ਅਜਿਹਾ ਅਜਿਹਾ ਸੀ ਇੱਕ ਵਾਰ ਇਹਨਾਂ ਦੀ ਗ੍ਰਿਫਤ ਵਿੱਚ ਆਉਣ ਪਿੱਛੋਂ ਇਹ ਤੁਹਾਨੂੰ ਆਪਣੇ ਆਪ ਤੋਂ ਮੁਕਤ ਨਹੀਂ ਹੋਣ ਦਿੰਦੇ ਦੂਸਰਾ ਫਾਇਦਾ ਇਹ ਕਿ ਇਹ ਕੰਮ ਕਰਦਿਆਂ ਕਵੀਤਾ ਨੂੰ ਵੀ ਖੁਸ਼ ਰੱਖਿਆ ਜਾ ਸਕਦਾ ਸੀ ਪਰ ਦਹਾਕੇ ਕੁ ਦੇਰ ਸੇ ਵਿੱਚ ਉਹਨਾਂ ਸਮੇਤ ਸਾਰਿਆਂ ਦੇ ਜੀਵਨ ਦਾ ਤਰੀਕਾ ਇਸ ਤਰ੍ਹਾਂ ਬਦਲਿਆ ਕਿ ਹਰ ਕੋਈ ਆਪਣੇ ਟੱਬਰ ਤੱਕ ਸੀਮਤ ਹੋ ਕੇ ਰਹਿ ਗਿਆ ਸੀ ਬਾਹਰ ਦੇ ਬਹੁਤੇ ਕੰਮ ਕਰ ਗੋਦੀ ਅੰਤਰ ਉੱਤੇ ਉਂਗਲਾਂ ਨਾਲ ਟਿਕ ਟਿਕ ਕਰਕੇ ਹੀ ਹੋਣ ਲੱਗ ਪਏ ਸਨ ਹੁਣ ਪੀਲੇ ਹਰੇ ਗਾਉਨਾ ਤੇ ਉਨਾਭੀ ਝੋਲਿਆਂ ਵਾਲੇ ਮੁੰਡੇ ਕਾਰਨ ਹਰ ਹੋਟਲ ਤੇ ਰੈਸਟੋਰੈਂਟ ਵੀ ਉਹਨਾਂ ਦੇ ਘਰ ਹੀ ਪਹੁੰਚਣ ਲੱਗਾ ਸੀ ਭਾਵ ਬਾਹਰ ਨਿਕਲਣ ਦਾ ਇੱਕ ਹੋਰ ਬਹਾਨਾ ਖਤਮ ਸੀ ਕੁਸ਼ਵੰਤ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਨਾ ਕੰਪਨੀਆਂ ਨੇ ਉਹਦੇ ਵਿਰੁੱਧ ਸਾਜ਼ਿਸ਼ ਕੀਤੀ ਸੀ। ਉਹਨਾਂ ਨੇ ਰਲ ਮਿਲ ਕੇ ਉਹਨੂੰ ਘਰ ਅੰਦਰ ਬੰਦ ਕਰਨ ਦਾ ਜਾਲ ਵਿਛਾਇਆ ਸੀ। ਬਾਹਰ ਦੀ ਅਸਲੀਅਤ ਤੋਂ ਤੋੜ ਦੇਣ ਦੀ ਸਾਜ਼ਿਸ਼। ਜਿਉ ਬਾਹਰ ਨਾ ਆਉਂਦਾ ਤਾਂ ਉਹਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਸਾਹਮਣੇ ਦਿਖਦੀਆਂ ਤੰਦੂਰੀ ਟੰਗਾਂ ਤੇ ਚੀਜ਼ ਟਿੱਕੇ ਦੀਆਂ ਮੂਰਤਾਂ ਸਿਰਫ ਦੇਖਣ ਦੇ ਕੰਮ ਨਹੀਂ ਆਉਂਦੀਆਂ। ਇਹ ਚੁੱਪਚਾਪ ਕੁਝ ਗਰੀਬ ਭੁੱਖੇ ਲੋਕਾਂ ਉੱਤੇ ਵੀ ਉਪਕਾਰ ਕਰੀ ਜਾਂਦੀਆਂ ਹਨ। ਤੰਦੂਰੀ ਬਾਈਟਸ ਤੋਂ ਕੁਝ ਉਰਾਂ ਚਾਹ ਤੇ ਬੀੜੀ ਸਿਗਰਟ ਦੇ ਖੋਖੇ ਹਨ। ਇਹਨਾਂ ਖੋਖਿਆਂ ਦੇ ਆਲੇ ਦੁਆਲੇ ਗਰੀਬ ਪਰਵਾਸੀ ਮਜ਼ਦੂਰ ਬੈਠੇ ਰਹਿੰਦੇ ਹਨ। ਇੱਥੇ ਬੈਠੇ ਉਹ ਚੁੱਪਚਾਪ ਆਪਣੀਆਂ ਭੁੱਖੀਆਂ ਅੱਖਾਂ ਨਾਲ ਬ੍ਰੈਡ ਕਰੰਮਜ਼ ਲਾ ਕੇ ਤੰਦੂਰ 'ਚ ਭੁੰਨੀ, ਮੁਰਗੇ ਦੀ ਟੰਗ ਸੁਨਹਿਰੀ ਮਸਾਲੇ ਵਾਲੀ ਚੀਜ਼, ਟਿੱਕੇ ਤੇ ਬਾਰਬੀਕਿਊ ਕੀਤੇ ਚਿਕਨ ਵਿੰਗਸ ਜਾਂ ਮੁਰਤਾਂ ਛਕਦੇ ਰਹਿੰਦੇ ਹਨ। ਲੰਗਰ ਵਾਂਗ ਹੀ। ਤੰਦੂਰੀ ਬਾਈਟਸ ਦੇ ਮਾਲਕਾਂ ਨੂੰ ਬਿਨਾਂ ਦੱਸਿਆ ਮੁਰਤਾਂ ਦੇ ਰੰਗ ਉਹਨਾਂ ਨੂੰ ਅਸਲ ਵਰਗੇ ਲذیਜ਼ ਲੱਗਦੇ ਹਨ। ਖੁਸ਼ਵੰਤ ਨੂੰ ਲੱਗਿਆ ਕਿ ਜੇ ਕਿਸੇ ਦਿਨ ਇਸ ਗੱਲ ਦਾ ਪਤਾ ਮਾਲਕਾਂ ਨੂੰ ਲੱਗਿਆ ਤਾਂ ਉਹਨਾਂ ਨੇ ਇੱਥੇ ਬੈਠਣ ਵਾਲੇ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਪਛਾਣ ਕੇ ਬਿੱਲ ਦੀ ਵਸੂਲੀ ਦਾ ਨੋਟਿਸ ਇਹਨਾਂ ਦੇ ਉਹਨਾਂ ਘਰਾਂ 'ਚ ਭੇਜ ਦੇਣਾ ਜਿਨ੍ਹਾਂ ਨੂੰ ਉਹ ਕਦੇ ਦਾ ਪਿੱਛੇ ਆਪਣੇ ਪਿਛਲੇ ਦੇਸ਼ ਛੱਡ ਆਏ ਹਨ ਜਦੋਂ ਦੇ ਸਰਕਾਰ ਨੇ ਨਵੀਂ ਤਕਨੀਕ ਦੇ ਕਾਰਡ ਬਣਾਏ ਹਨ ਭੁੱਖੀ ਅੱਖਾਂ ਨੂੰ ਮਸ਼ੀਨ ਵਿੱਚ ਪਾ ਕੇ ਹੀ ਗਰੀਬ ਦੀ ਅਸਲ ਪਛਾਣ ਦਾ ਪਤਾ ਲੱਗਣ ਲੱਗ ਪਿਆ ਕਿਸੇ ਵੇਲੇ ਉਹਨੂੰ ਯਾਦਦਾ ਹੁੰਦਾ ਸੀ ਕਿ ਜੋ ਵੀ ਕਰ ਰਿਹਾ ਗਰੀਬ ਤੇ ਭੁੱਖੇ ਲੋਕਾਂ ਲਈ ਹੀ ਕਰ ਰਿਹਾ ਹੈ ਕਾਲਜ ਪੜ੍ਹਦਿਆਂ ਇੱਕ ਕਾਮਰੇਡ ਉਹਨਾਂ ਦਾ ਸਕੂਲ ਲਾਉਣ ਆਉਂਦਾ ਸੀ ਕਾਮਰੇਡ ਦਿਆਲ ਦੇ ਆਖਣ ਤੇ ਸਕੂਲ ਸ਼ੁਰੂ ਹੋਇਆ ਸੀ ਹੋਸਟਲ ਦੇ ਕਿਸੇ ਕਮਰੇਟ ਦਰਵਾਜ਼ਾ ਅੰਦਰੋਂ ਬੰਦ ਕਰਕੇ ਉਹ ਪੰਜ-ਸੱਤ ਮੁੰਡੇ ਕਾਪੀਆਂ ਫੜ ਕੇ ਬੈਠ ਜਾਂਦੇ ਉਹਨਾਂ ਮੁੰਡਿਆਂ 'ਚ ਹੁਣ ਸਿਰਫ ਜਗਦੀਸ਼ ਹੀ ਉਹਦੇ ਸੰਪਰਕ 'ਚ ਹੈ ਸਕੂਲ ਲਾਉਣ ਆਇਆ ਮਾਸਟਰ ਕਾਮਰੇਡ ਆਪਣੀ ਕੁਤਰੀ ਬੱਗੀ ਦਾੜੀ ਬਾਰ-ਬਾਰ ਖੁਰਕਦੇ ਉਹਨਾਂ ਨੂੰ ਕੁਝ ਸਮਝਾਉਣ ਦਾ ਯਤਨ ਕਰਦਾ ਸੀ ਪਰ ਉਹਦੇ ਬੋਲੇ ਸ਼ਬਦ ਪਰ ਉਹਦੇ ਬੋਲੇ ਸ਼ਬਦ ਉਹਨਾਂ ਦੇ ਦਿਲ 'ਚ ਨਹੀਂ ਸਿੱਖਉਦੇ ਉਹਨਾਂ ਨੂੰ ਸਿੱਧੀ ਸਾਦੀ ਗੱਲ ਸਮਝ ਆਉਂਦੀ ਸੀ ਕਿ ਇਸ ਸਰਮਾਇਅਦਾਰੀ ਪ੍ਰਬੰਧ ਵਿੱਚ ਉਹਨਾਂ ਦੀ ਲੁੱਟਖ ਸੁੱਟ ਹੋ ਰਹੀ ਹੈ ਇਸ ਲਈ ਇਸ ਪ੍ਰਬੰਧ ਨੂੰ ਜੜੋਂ ਪੁੱਟ ਕੇ ਇਨਕਲਾਬ ਕਰਨ ਦੀ ਲੋੜ ਹੈ ਆਪਾਂ ਇਸ ਇਨਕਲਾਬ ਦੇ ਸਪਾਈ ਬਣਨ ਲਈ ਤਿਆਰੀ ਤਿਆਰ ਇੱਕ ਦਿਨ ਸਕੂਲ ਖਤਮ ਹੋਣ ਪਿਛੋਂ ਜਗਦੀਸ਼ ਬੋਲਿਆ ਸੀ ਪਰ ਇਹ ਬਗੀਦਾੜੀ ਵਾਲੇ ਕਾਮਰੇਡ ਨੂੰ ਕਹੋ ਅੱਗੇ ਤੋਂ ਕੱਪੜੇ ਚੱਜ ਦੇ ਪਾ ਕੇ ਆਇਆ ਕਰੇ ਅਸੀਂ ਤਾਂ ਸੁਣ ਲੈਣੇ ਆ ਇਹਦੀ ਗੱਲ ਕਾਲਜ ਚ ਨਹੀਂ ਸੁਣਨੇ ਕਿਸੇ ਮੁੰਡੇ ਕੁੜੀ ਨੇ ਨਾਲੇ ਅਸੀਂ ਇਨਕਲਾਬ ਬਾਦ ਇਦਾਂ ਦੇ ਕੱਪੜੇ ਨਹੀਂ ਪਾਉਣੇ ਸਾਫ਼ ਗੱਲ ਹੈ ਜਗਦੀਸ਼ ਦਾ ਪਿਓ ਮਾਰਕੀਟ ਕਮੇਟੀ ਵਿੱਚ ਤੇ ਚਾਚਾ ਸਰਕਾਰੀ ਅਧਿਆਪਕ ਸੀ ਸੰਡੇ ਸੰਜੇ ਘਰ ਚ ਦੋ ਸਰਕਾਰੀ ਤਨਖਾਹਾਂ ਆਉਂਦੀਆਂ ਸੀ ਇਸੇ ਲਈ ਜਗਦੀਸ਼ ਨੇ ਆਪਣੀ ਪੈਂਟ ਦੀ ਕਰੀਜ਼ ਕਦੇ ਨਹੀਂ ਸੀ ਟੁੱਟਣ ਦਿੱਤੀ ਵਾਲ ਹਿੰਦੀ ਫਿਲਮਾਂ ਦੇ ਨਵੇਂ ਹੀਰੋ ਵਰਗੇ ਘਟਾਉਂਦਾ ਸੀ ਉਹਨੂੰ ਪਹਿਲੀ ਵਾਰ ਦੇਖਦਿਆਂ ਖੁਸ਼ਵੰਤ ਨੂੰ ਲੱਗਿਆ ਕਿ ਜੇ ਰਾਮਾ ਇਸ ਵੇਲੇ ਇੱਥੇ ਹੁੰਦਾ ਤਾਂ ਉਹਦੇ ਵਾਲਾਂ ਦਾ ਸਟਾਈਲ ਵੀ ਕੁਝ ਇਸੇ ਤਰ੍ਹਾਂ ਦਾ ਹੋਣਾ ਸੀ। ਜਗਦੀਸ਼ ਦਾ ਪਰਿਵਾਰ ਖਾਨਦਾਨੀ ਕਾਮਰੇਡਾਂ ਦਾ ਪਰਿਵਾਰ ਸੀ। ਇਸੇ ਲਈ ਖਾਨਦਾਨ ਦੀ ਪਰੰਪਰਾ ਅਨੁਸਾਰ ਜਗਦੀਸ਼ ਕਾਲਜ ਆਉਂਦਿਆਂ ਹੀ ਯੂਨੀਅਨ 'ਚ ਸਰਗਰਮ ਹੋ ਗਿਆ ਸੀ। ਉਹਦਾ ਗਿਆਨ ਵੀ ਘਰ, ਪਿਓ ਤੇ ਚਾਚੇ ਦੀਆਂ ਗੱਲਾਂ ਵਿੱਚੋਂ ਹੀ ਗ੍ਰਹਿਣ ਕੀਤਾ ਹੋਇਆ ਸੀ। ਖੁਸ਼ਵੰਤ ਸਮੇਤ ਸਾਰਿਆਂ ਨੂੰ ਪਤਾ ਸੀ ਕਿ ਜਗਦੀਸ਼ ਦੀ ਗੱਲ ਠੀਕ ਹੈ। ਕਾਲਜ ਪੜ੍ਹਦੇ ਮੁੰਡੇ ਕੁੜੀਆਂ ਵਿੱਚੋਂ ਵਧੇਰੇ ਘਰ ਕਰਦੀਆਂ ਤੰਗੀਆਂ ਤੁਰਸ਼ੀਆਂ ਵਿੱਚੋਂ ਚੰਗੇ ਭਵਿੱਖ ਦੇ ਸੁਪਨੇ ਲਈ ਪੜ ਰਹੇ ਸਨ। ਉਹ ਵੀ ਸੋਹਣੇ ਕੱਪੜੇ ਪਾਉਣ ਦੀ ਇੱਛਕ ਸਨ ਸੋਹਣੇ ਕੱਪੜਿਆਂ ਵਾਲੇ ਲੋਕ ਸੁਭਾਅਕ ਹੀ ਉਹਨਾਂ ਨੂੰ ਆਪਣੇ ਵੱਲ ਖਿੱਚਦੇ ਸਨ ਥੋੜੇ ਸਮੇਂ ਦੇ ਵਿੱਚ ਉੱਥੇ ਉੱਤੇ ਪਿਆ ਇਨਕਲਾਬ ਦੇਖਣ ਵਾਲੇ ਹੁਣ ਬਹੁਤੇ ਲੋਕ ਨਹੀਂ ਸਨ ਬਚੇ ਸ਼ਾਇਦ ਉਹਨਾਂ ਨੂੰ ਦਿਸਣ ਵਾਲਾ ਸੁਪਨਾ ਇੰਨਾ ਲੰਮਾ ਹੋ ਗਿਆ ਸੀ ਕਿ ਨੀਂਦ ਪੂਰੀ ਹੋ ਜਾਣ ਕਾਰਨ ਅਧਵਾਟੇ ਰਹਿ ਗਿਆ ਸੀ ਲੋਕਾਂ ਦਾ ਧਿਆਨ ਇਸ ਸੁਪਨੇ ਤੋਂ ਹਟ ਕੇ ਉਹਨਾਂ ਮੁੰਡਿਆਂ ਵੱਲ ਹੋ ਗਿਆ ਸੀ ਜਿਨ੍ਹਾਂ ਨੂੰ ਹਰ ਰੋਜ਼ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾ ਰਿਹਾ ਸੀ ਖੁਸ਼ਵੰਤ ਤੇ ਜਗਦੀਸ਼ ਵਰਗਿਆਂ ਨੂੰ ਵੀ ਇਹ ਇਨਕਲਾਬ ਉਹਦੋਂ ਤੱਕ ਹੀ ਦਿਸਦਾ ਰਿਹਾ ਜਦ ਤੱਕ ਉਹ ਪੜ੍ਹਦੇ ਰਹੇ ਪੜ੍ਹਾਈ ਪੂਰੀ ਕਰਕੇ ਉਹ ਅੱਗੜ ਪਿਛੜੀ ਸ਼ਹਿਰ ਦੇ ਪ੍ਰਾਈਵੇਟ ਕਾਲਜ ਚ ਪ੍ਰੋਫੈਸਰ ਲੱਗ ਗਏ ਕੁਝ ਵਰਿਆਂ ਬਾਅਦ ਉਹ ਪੱਕੇ ਵੀ ਹੋ ਗਏ ਤੇ ਆਪਣੇ ਕਾਲਜ ਚ ਪੱਕੀ ਨੌਕਰੀ ਉੱਤੇ ਲੱਗਣ ਵਾਲੇ ਉਹ ਆਖਰੀ ਪ੍ਰੋਫੈਸਰ ਸਨ ਇਸੇ ਲਈ ਨਵਾਂ ਪੁਰਾਣਾ ਸਟਾਫ ਉਹਨਾਂ ਨੂੰ ਭਾਗਾ ਵਾਲੇ ਕਹਿੰਦਾ ਸੀ ਇਸ ਧਰਤੀ ਦੇ ਵੱਡੇ ਸ਼ਹੀਦ ਨੂੰ ਵੀ ਉਹਦੇ ਘਰ ਵਾਲੇ ਇਹੀ ਕਹਿ ਕੇ ਬੁਲਾਉਂਦੇ ਹੋਣਗੇ ਦੋਹਾਂ ਦੀ ਵਿਦਿਆਰਥੀ ਹੋਣ ਵੇਲੇ ਦੀ ਸਾਂਝ ਇੱਥੇ ਵੀ ਉਹਨਾਂ ਦੇ ਕੰਮ ਆਈ ਤੇ ਦੋਵੇਂ ਆਪਣੇ ਕਾਲਜ ਦੀ ਪ੍ਰੋਫੈਸਰ ਯੂਨੀਅਨ ਦੇ ਆਗੂ ਬਣ ਗਏ ਵਿਦਿਆਰਥੀਆਂ ਦੀਆਂ ਰੈਲੀਆਂ 'ਚ ਦਿੱਤੇ ਜਾਣ ਵਾਲੇ ਭਾਸ਼ਣ ਇੱਥੇ ਵੀ ਕੁਝ ਸ਼ਬਦ ਬਦਲ ਕੇ ਦਿੱਤੇ ਹੀ ਜਾਣ ਲੱਗੇ ਪਰ ਸ਼ਬਦਾਂ ਅੰਦਰ ਵੀ ਜ਼ਿੰਦਗੀ ਟੜਕਦੀ ਹੈ ਇਸ ਗੱਲ ਦਾ ਅਹਿਸਾਸ ਉਹਨੂੰ ਉਦੋਂ ਹੁੰਦਾ ਜਦੋਂ ਕਿਰਤੀ ਜਾਂ ਮਿਹਨਤਕਸ਼ ਵਰਗੇ ਸ਼ਬਦ ਬੋਲਦਿਆਂ ਪ੍ਰੋਫੈਸਰ ਗੁਪਤਾ ਜਾਂ ਪ੍ਰੋਫੈਸਰ ਬਲਜੀਤ ਵਲਵੇਖ ਦਾ ਸ਼ਬਦ ਵਿਦਰੋਹ ਕਰਕੇ ਉਹਦੇ ਅੰਦਰ ਅਟਕ ਜਾਣਾ ਚਾਹੁੰਦੇ ਉਹਨੂੰ ਪ੍ਰੋਫੈਸਰ ਗੁਪਤਾ ਦੇ ਨਿਤ ਖਰੀਦੇ ਜਾਣ ਵਾਲੇ ਪਲੌਟ ਜਾਂ ਪ੍ਰੋਫੈਸਰ ਬਲਜੀਤ ਵੱਲੋਂ ਰੋਜ਼ ਬਦਲ ਕੇ ਪਾਈ ਜਾਂਦੇ ਸੂਟ ਸੈਂਡਲ ਯਾਦ ਆ ਜਾਂਦੇ ਉਹਨਾਂ ਦੇ ਸਟਾਫ ਰੂਮ 'ਚ ਵਿਲੇ ਪੀਰੀਅਡ ਵਿੱਚ ਪ੍ਰੋਫੈਸਰਾਂ ਕੋਲ ਵੀ ਚਾਰ ਵਟਾਂਦਰੇ ਲਈ ਵੀ ਇਹ ਦੋ ਮਨਪਸੰਦ ਵਿਸ਼ੇ ਹੀ ਹੁੰਦੇ ਅਜੇ ਸ਼ਬਦ ਬੋਲਣ ਲੱਗਿਆ ਉਹ ਐਡ ਹੌਕ ਵਾਲੇ ਵੱਲ ਦੇਖਣ ਲੱਗਦਾ ਸ਼ਬਦ ਆਪਣਾ ਵਿਦਰੋਹ ਤੱਜ ਕੇ ਉਹਦੇ ਹਲਕੇ ਵਿੱਚੋਂ ਉਹਦੇ ਹਲਕ ਵਿੱਚੋਂ ਬਾਹਰ ਆ ਜਾਂਦੇ ਕਿਸੇ ਰੈਲੀ ਵਾਲੀ ਥਾਂ ਜਾਣ ਲਈ ਸਾਂਝੀ ਗੱਡੀ ਕਰਾਇਤੇ ਕਰਨ ਜਾਂ ਹੋਰ ਖਰਚਿਆਂ ਲਈ ਫੰਡ ਇਕੱਠਾ ਕਰਨ ਲਈ ਸਟਾਫ ਦੀ ਮੀਟਿੰਗ ਹੁੰਦੀ ਤਾਂ ਸਾਰਿਆਂ ਦੇ ਚਿਹਰੇ ਵੇਖਣ ਵਾਲੇ ਹੁੰਦੇ ਉਹਨਾਂ ਦੇ ਹੱਥ ਪਰਸਾਂ ਤੱਕ ਪਹੁੰਚਣ ਤੋਂ ਇਨਕਾਰੀ ਹੋ ਜਾਂਦੇ ਉਹਨਾਂ ਨੂੰ ਲੱਗਦਾ ਜਿਵੇਂ ਉਹਨਾਂ ਸਾਹਮਣੇ ਖੁਸ਼ਵੰਤ ਨਹੀਂ ਕੋਈ ਮੁਗਲ ਬਾਦਸ਼ਾਹ ਬੈਠਾ ਜੋ ਉਹਨਾਂ ਪਾਸੋਂ ਜ਼ੋਰੀਂ ਦਾਨ ਮੰਗ ਰਿਹਾ ਹੈ ਖੁਸ਼ਵੰਤ ਨੂੰ ਪਤਾ ਹੁੰਦਾ ਸੀ ਕਿ ਕਿਸੇ ਸੂਟਾਂ ਸੈਂਡਲਾਂ ਪਰਸਾਂ ਵਾਲੀ ਦੁਕਾਨ ਉੱਤੇ ਇਹ ਨੋਟ ਆਪਣੇ ਆਪ ਬਿਨਾਂ ਕੁਝ ਸੋਚਿਆ ਪਰਸਾਂ ਤੋਂ ਬਾਹਰ ਆ ਆ ਡਿੱਗਦੇ ਹਨ ਕੌਣ ਆਪਣੇ ਘਰ ਇੰਨੀ ਮਹਿੰਗੀ ਦਾਰੂ ਪਿੰਦਾ ਇਹ ਵੀ ਉਹਨੂੰ ਪਤਾ ਸੀ ਪਰ ਸਾਂਝੇ ਹਿੱਤਾਂ ਲਈ ਯੂਨੀਅਨ ਦੇ ਸੰਘਰਸ਼ ਨੂੰ ਮਿਤ ਮਾਇਆ ਭੇਟ ਕਰਨ ਨੂੰ ਵੀ ਕੋਈ ਤਿਆਰ ਨਹੀਂ ਸੀ ਹੁੰਦਾ ਤਨ ਤੇ ਮਨ ਤਾਂ ਇਹ ਤਾਂ ਅੱਗਾ ਦੀ ਗੱਲ ਸੀ ਇਹੀ ਜੇ ਮੈਂ ਇਹਨਾਂ ਤੋਂ ਕਿਸੇ ਜਗਰਾਤੇ ਜਾਂ ਪਾਠ ਲਈ ਪੈਸੇ ਮੰਗਾ ਫਿਰ ਦੇਖੀ ਕਿਵੇਂ ਬਿਨਾਂ ਸੋਚੇ ਸਮਝੇ ਦਿੰਦੇ ਉਹਨਾਂ ਦੀ ਹਾਭ-ਭਾਵ ਤੁਖੀ ਜਿਹਾ ਖੁਸ਼ਵੰਤ ਸ਼ਾਮੀ ਜਗਦੀਸ਼ ਨੂੰ ਆਗਦਾ ਉਦੋਂ ਵੀ ਬਿਨਾਂ ਸੋਚੇ ਸਮਝੇ ਨਹੀਂ ਦਿੰਦੇ ਜਗਦੀਸ਼ ਵਿਸ਼ਲੇਸ਼ਣ ਕਰਦਾ ਜਗਰਾਤੇ ਪਾਠਾਂ ਨੇ ਇਹਨਾਂ ਦਾ ਅਗਲਾ ਜਨਮ ਸੁਵਾਰਨਾ ਤਾਂ ਦਿੰਦੇ ਆ ਇਹ ਜਨਮ ਤਾਂ ਇਹਨਾਂ ਦਾ ਪ੍ਰੋਫੈਸਰ ਬਣ ਕੇ ਸਫਲਾ ਹੋਇਆ ਹੀ ਪਿਆ ਇਹਨਾਂ ਯੂਨੀਅਨ ਕੀ ਕਰਨੀ ਆ ਯਾਰ ਮੈਂ ਯੂਨੀਅਨ ਛੱਡ ਹੀ ਦੇਣੀ ਆ ਉਹ ਅੱਕ ਕੇ ਆਖਦਾ ਪਰ ਇਹਦੇ باوجود ਯੂਨੀਅਨ ਨੇ ਉਹਨੂੰ ਕਈ ਵਾਰੇ ਨਾ ਛੱਡਿਆ ਜਿਸ ਦਿਨ ਉਹਨੇ ਯੂਨੀਅਨ ਦੇ ਕੰਮ ਨੂੰ ਪੂਰੀ ਤਰ੍ਹਾਂ ਤਿਆਗ ਗਿਆ ਉਸ ਦਿਨ ਵੀ ਕਾਲਜ ਦੇ ਪ੍ਰੋਫੈਸਰ ਸਾਰਾ ਦਿਨ ਸਟਾਫ ਰੂਮ ਚ ਦਿਨੋਂ ਦਿਨ ਚੜ ਰਹੇ ਸ਼ੇਅਰ ਮਾਰਕੀਟ ਖਰੀਦੇ ਪਲਾਟਾਂ ਦੀ ਗਾਹਕਾਂ ਤੋਂ ਮਿਲ ਰਹੀ ਕੀਮਤ ਤੇ ਸ਼ਹਿਰ ਚ ਖੁੱਲੇ ਵੱਡੇ ਕੰਪਨੀ ਦੇ ਰਿਟੇਲ ਸ਼ੋਅਰੂਮ ਦੀਆਂ ਗੱਲਾਂ ਹੀ ਕਰਦੇ ਰਹੇ ਨਵੇਂ ਸੂਟਾਂ ਸਾੜੀਆਂ ਸੈਂਡਲਾਂ ਤੇ ਪਰਸਾਂ ਵਾਲੀਆਂ ਪ੍ਰੋਫੈਸਰਨੀਆਂ ਵੀ ਉਸੇ ਤਰ੍ਹਾਂ ਬਰਨੋਟੀ ਹਾਸਿਆਂ ਨਾਲ ਅਸਲੀ ਬ੍ਰਾਂਡ ਦੀਆਂ ਖੁਸ਼ਬੂਆਂ ਖੇ ਲੜਦੀਆਂ ਰਹੀਆਂ ਕਿਸੇ ਨੂੰ ਕਿਸੇ ਦੇ ਯੂਨੀਅਨ ਚ ਕੰਮ ਕਰਨ ਜਾਂ ਨਾ ਕਰਨ ਨਾਲ ਕੋਈ ਫਰਕ ਨਹੀਂ ਸੀ ਪੈ ਰਿਹਾ ਖੁਸ਼ਵੰਤ ਨੂੰ ਉਸ ਦਿਨ ਆਪਣੇ ਕਈ ਬਰੇ ਬੇਕਾਰ ਹੋ ਗਏ ਲੱਗੇ ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਲੋਕਾਂ ਲਈ ਕੰਮ ਕਰ ਰਿਹਾ ਸੀ ਉਹਦੇ ਯੂਨੀਅਨ ਦਾ ਕੰਮ ਛੱਡਣ ਪਿੱਛੋਂ ਅਸਲ 'ਚ ਭੁੱਖੇ ਗਰੀਬ ਲੋਕਾਂ ਨੂੰ ਵੀ ਕੋਈ ਫਰਕ ਨਹੀਂ ਸੀ ਪਿਆ ਨਾ ਉਹ ਪਹਿਲਾਂ ਅਮੀਰ ਹੋ ਰਹੇ ਸੀ ਤੇ ਨਾ ਹੁਣ ਵੱਧ ਗਰੀਬ ਹੋਣ ਲੱਗੇ ਸਨ ਉਹ ਤੋਂ ਇਸੇ ਤਰ੍ਹਾਂ ਦੇ ਸਨ ਜਿਵੇਂ ਪਹਿਲਾਂ ਹੁੰਦੇ ਸੀ ਪਹਿਲਾਂ ਵੀ ਉਹਨਾਂ ਨੂੰ ਤਿੰਨ ਡੰਗ ਰੋਟੀ ਨਹੀਂ ਸੀ ਮਿਲਦੀ ਤੇ ਕਿਸੇ ਕਿਸੇ ਡੰਗ ਬ੍ਰੈਡ ਕ੍ਰੰਮਜ਼ ਲਗਾ ਕੇ ਤੰਦੂਰ 'ਚ ਪੁੰਨੀਆਂ ਮੁਰਗੇ ਦੀਆਂ ਟੰਗਾਂ ਸੁਨਹਿਰੀ ਮਸਾਲੇ ਵਾਲੇ ਚੀਜ਼ ਟਿੱਕੇ ਤੇ ਬਾਰਬੀਕਿਊ ਕੀਤੇ ਚਿਕਨ ਵਿੰਗਸ ਦੀਆਂ ਮੂਰਤਾਂ ਛਕਣੀਆਂ ਪੈਂਦੀਆਂ ਸਨ ਤੇ ਹੁਣ ਵੀ ਇਹੋ ਹਾਲ ਹੈ ਪਹਿਲਾਂ ਵੀ ਉਹ ਸਸਤੀਆਂ ਬੀੜੀਆਂ ਫੂਕਦੇ ਤੇ ਜ਼ਰਦਾ ਲਾਉਂਦੇ ਸੀ ਹੁਣ ਵੀ ਇਹੋ ਕਰਦੇ ਸੀ ਲੰਘ ਰਿਹਾ ਕਿਸੇ ਟਾਵੀਂ ਗੱਡੀ ਤੋਂ ਖੁਦ ਨੂੰ ਬਚਾਉਂਦਾ ਉਹ ਮੁਕ ਸੜਕ ਦੇ ਸੱਜੇ ਪਾਸੇ ਪ੍ਰੋਫੈਸਰ ਕਲੋਨੀ ਵੱਲ ਮੁੜਿਆ ਤਾਂ ਇੱਕ ਵਾਰ ਫਿਰ ਪ੍ਰੋਫੈਸਰਾਂ ਨੇ ਉਹਦਾ ਦਿਮਾਗ ਮਾਰ ਲਿਆ ਇਸ ਪ੍ਰੋਫੈਸਰ ਕਲੋਨੀ 'ਚ ਬਧੇਰੇ ਪ੍ਰੋਫੈਸਰ ਪ੍ਰੋਫੈਸਰਾਂ ਦੇ ਘਰ ਸਨ ਵੱਡੀਆਂ ਕੋਠੀਆਂ ਵਾਲੀ ਇਹ ਕਲੋਨੀ ਵੀ ਉਦੋਂ ਕੋਈ ਬਣੀ ਸੀ ਜਦੋਂ ਇਸ ਧਰਤੀ ਉੱਤੇ ਪ੍ਰੋਫੈਸਰਾਂ ਦੀ ਟਿਊਸ਼ਨ ਦੀ ਮੰਡੀ ਗਰਮ ਹੋਈ ਸੀ ਹਰੇਕ ਪੜਿਆ ਲਿਖਿਆ ਬੰਦਾ ਜ ਕੁਝ ਸਮਝ ਰੱਖਣ ਦਾ ਦਾਵਾ ਕਰਨ ਵਾਲਾ ਖਾਸ ਕਰ ਆਪਣੇ ਮੁੰਡੇ ਨੂੰ ਤੇ ਕੁਝ ਆਪਣੀਆਂ ਕੁੜੀਆਂ ਨੂੰ ਵੀ ਸਿਰਫ ਡਾਕਟਰ ਜਾਂ ਇੰਜੀਨੀਅਰ ਹੀ ਬਣਾਉਣਾ ਚਾਹੁੰਦਾ ਸੀ ਵਿਗਿਆਨ ਤੇ ਹਿਸਾਬ ਪੜਾਉਂਦੇ ਪ੍ਰੋਫੈਸਰਾਂ ਦੇ ਘਰ ਡਾਕਟਰ ਤੇ ਇੰਜੀਨੀਅਰ ਬਣਾਉਣ ਵਾਲੀਆਂ ਫੈਕਟਰੀਆਂ ਖੁੱਲ ਗਈਆਂ ਘਰ ਵਾਲਾ ਕੁਆਂਟਮ ਪੌਟ ਕੀ ਜਾਂ ਆਰਗੇਨਿਕ ਰਸਾਇਣ ਪੜਾਉਂਦਾ ਘਰ ਵਾਲੀ ਅੰਦਰਲੇ ਕਮਰੇ ਚ ਨੋਟ ਗਿਣਦੀ ਰਹਿੰਦੀ ਅਧਿਆਪਕ ਇਹਨੇ ਪੈਸੇ ਕਮਾ ਸਕਦਾ ਕਿਸੇ ਨੇ ਸੁਪਤਾ ਨਹੀਂ ਸੀ ਲਿਆ ਪਰ ਲੋਕਾਂ ਦੇ ਸੁਪਨਿਆਂ ਨੇ ਅਧਿਆਪਕਾਂ ਪ੍ਰੋਫੈਸਰਾਂ ਦੀਆਂ ਕੋਠੀਆਂ ਦਾਣਿਆਂ ਦੇ ਨਾਲ ਨਾਲ ਨੋਟਾਂ ਨਾਲ ਭਰ ਦਿੱਤੀਆਂ ਪ੍ਰੋਫੈਸਰ ਕਲੋਨੀ ਚ ਪ੍ਰੋਫੈਸਰਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਸਾਹਮਣੇ ਭਵਿੱਖੀ ਡਾਕਟਰਾਂ ਇੰਜੀਨੀਅਰਾਂ ਦੇ ਸਾਈਕਲਾਂ ਸਕੂਟਰਾਂ ਮੋਟਰਸਾਈਕਲਾਂ ਦਾ ਮੇਲਾ ਲੱਗਾ ਰਹਿੰਦਾ ਕਲੋਨੀ ਦੀ ਸੜਕ ਉੱਤੇ ਕਦੇ-ਕਦੇ ਜਾਮ ਵੀ ਲੱਗ ਜਾਂਦਾ ਉਂਝੇ ਜਾਮ ਇਸ ਗੱਲ ਦੀ ਨਿਸ਼ਾਨੀ ਹੁੰਦਾ ਕਿ ਪ੍ਰੋਫੈਸਰਾਂ ਦਾ ਅਰਥਚਾਰਾ ਤਰੱਕੀ ਉੱਤੇ ਹੈ ਮੁਕਾਬਲ ਤਨ ਸਾਦਾ ਸਾਦਾ ਕੋਠੀ ਉੱਤੇ ਨੇਮ ਪਲੇਟ ਨੂੰ ਪੜਨ ਤੋਂ ਪਹਿਲਾਂ ਹੀ ਖੁਸ਼ਵੰਤ ਨੂੰ ਯਾਦ ਆ ਗਿਆ ਕਿ ਪ੍ਰੋਫੈਸਰ ਭੁੱਲਰ ਦੀ ਕੋਠੀ ਹੈ ਜਿਨ੍ਹਾਂ ਨੇ ਸਾਰੀ ਉਮਰ ਨਾ ਸਕੂਟਰ ਚਲਾਉਣਾ ਸਿੱਖਿਆ ਨਾ ਹੱਥੀਯੰਤਰ ਖਰੀਦਿਆ ਉਹਨਾਂ ਸਾਰੀ ਉਮਰ ਟਿਊਸ਼ਨ ਵੀ ਨਹੀਂ ਸੀ ਪੜਾਈ ਇਹ ਤੋਂ 3-4 ਕੋਠੀਆਂ ਛੱਡ ਕੇ ਜਗਦੀਸ਼ ਦਾ ਘਰ ਖੁਸ਼ਵੰਤ ਨੂੰ ਖਿਆਲ ਆਇਆ ਕਿ ਉਹ ਤਾਂ ਇਤਿਹਾਸ ਦੇ ਪ੍ਰੋਫੈਸਰ ਸੀ ਉਹਨਾਂ ਟਿਊਸ਼ਨ ਕੀ ਬਣਾਉਣੀ ਸੀ ਨਹੀਂ ਨਹੀਂ ਜੇ ਵਿਦਿਆਰਥੀ ਇਤਿਹਾਸ ਦੀ ਟਿਊਸ਼ਨ ਪੜ੍ਹਦੇ ਹੁੰਦੇ ਉਹਨਾਂ ਨੇ ਤਾਂ ਵੀ ਟਿਊਸ਼ਨ ਨਹੀਂ ਸੀ ਬਣਾਉਣੀ ਉਹਨਾਂ ਕਿਹੜਾ ਨਵਾਂ ਸਕੂਟਰ ਜਾਂ ਮਹਿੰਗਾ ਹਾਥੀ ਯੰਤਰ ਖਰੀਦਣਾ ਸੀ ਕਿ ਉਹਨਾਂ ਨੂੰ ਟਿਊਸ਼ਨ ਪੜਾਉਣ ਦੀ ਲੋੜ ਪੈਂਦੀ ਖੁਸ਼ਵੰਤ ਨੂੰ ਯਾਦ ਸੀ ਜਦੋਂ ਵਿਦਿਆਰਥੀ ਸੀ ਪ੍ਰੋਫੈਸਰ ਭੁੱਲਰ ਸਾਰਾ ਦਿਨ ਆਪਣਾ ਗਿਆਨ ਮੁਫਤੀ ਵੰਡਦੇ ਸੀ ਉਹ ਸਾਰਾ ਦਿਨ ਵਿਦਿਆਰਥੀਆਂ ਵਿੱਚ ਘੇਰੇ ਰਹਿੰਦੇ ਕੈਂਟੀਨ ਤੇ ਚਾਹ ਵੀ ਚੱਲੀ ਜਾਂਦੀ ਉਹਨਾਂ ਦਾ ਪ੍ਰਵਚਨ ਵੀ ਜਿਹਦਾ ਜੀ ਕਰਦਾ ਹੋਇਆ ਇਹਨਾਂ ਪ੍ਰਵਚਨਾਂ ਤੋਂ ਫਾਇਦਾ ਲੈ ਸਕਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੇ ਪ੍ਰਵਚਨ ਠੰਡੇ ਹੋ ਗਏ ਸਨ ਗੱਲਾਂ-ਬਾਤਾਂ ਕਰਦੇ ਆ ਉਹਨਾਂ ਖੁਸ਼ਵੰਤ ਨੂੰ ਦੱਸਿਆ ਸੀ ਹੁਣ ਨੀ ਕੋਈ ਕਿਸੇ ਦੀ ਗੱਲ ਸੁਣਦਾ ਸਭ ਆਪਣੇ ਆਪ ਨੂੰ ਹੀ ਸਿਆਣਾ ਮੰਨਦੇ ਆ ਹੈ ਸਖਾਤੀ ਅੰਤਰ ਚ ਸਾਰਾ ਗਿਆਨ ਮਿਲਣ ਡੈ ਪਿਆ ਕਹਿੰਦੇ ਚਲੋ ਭਾਈ ਆਪਾਂ ਕਹਿੰਨੇ ਆ ਜੇ ਆਪਾਂ ਹੀ ਪਛੜੇ ਆ ਤਾਂ ਠੀਕ ਆ ਇਦਾਂ ਹੀ ਸਹੀ ਤੇ ਖੁਸ਼ਵੰਤ ਹੋਰਾਂ ਦੇ ਕਾਲਜ ਕੁਝ ਵਰਿਆਂ ਤੋਂ ਠੰਡੀ ਹੋ ਗਈ ਪ੍ਰੋਫੈਸਰ ਯੂਨੀਅਨ ਦਾ ਸਭ ਤੋਂ ਵੱਧ ਫਾਇਦਾ ਉਸ ਪ੍ਰਿੰਸੀਪਲ ਭਾਰਦਵਾਜ ਨੂੰ ਹੋਇਆ ਜਿਹਨੂੰ ਦੇਖਦੇ ਆਂ ਦਰਿਆਈ ਘੋੜਾ ਯਾਦ ਆਉਂਦਾ ਹੈ ਹੁਣਾਂ ਨੂੰ ਆਪਣੀ ਬਹੁਤੀ ਊਰਜਾ ਪ੍ਰੋਫੈਸਰਾਂ ਨੂੰ ਅਨੁਸ਼ਾਸਨ 'ਚ ਰੱਖਣ ਉੱਤੇ ਨਹੀਂ ਖਰਚਣੀ ਪੈਂਦੀ ਜਿਸ ਦਰਿਆ ਦਾ ਉਹ ਘੋੜਾ ਉਹਦੇ ਪਾਣੀਆਂ 'ਚ ਹੁਣ ਉਹ ਆਪਣੀ ਮਰਜ਼ੀ ਨਾਲ ਠਿੱਲ ਸਕਦਾ ਹੈ ਸਿਰਫ ਖੁਸ਼ਵੰਤ ਤੇ ਜਗਦੀਸ਼ ਨੂੰ ਨਾਰਾਜ਼ ਨਹੀਂ ਕਰਦਾ ਨਾਰਾਜ਼ ਹੋਣ ਤੋਂ ਉਰਾ ਉਰਾ ਉਹ ਦੋਵੇਂ ਹੁਣ ਆਗਿਆਕਾਰ ਹੀ ਰਹਿੰਦੇ ਹਨ ਬਾਕੀ ਸਭ ਤਾਂ ਉਹਦੇ ਕੋਲੋਂ ਪਹਿਲਾਂ ਵੀ ਉਸੇ ਤਰ੍ਹਾਂ ਡਰਦੇ ਸੀ ਜਿਵੇਂ ਕੋਈ ਆਪਣੇ ਬੌਸ ਤੋਂ ਡਰਦਾ ਹੁੰਦਾ ਹੈ ਹੁਣ ਪ੍ਰਿੰਸੀਪਲ ਭਾਰਤਵਾਜ ਹਰ ਵਾਰੇ ਜਮਾਤਾਂ ਸ਼ੁਰੂ ਹੋਣ ਤੇ ਆਪਣੇ ਦਰਿਆ ਵਿੱਚ ਹਵਨ ਕਰਾਉਂਦਾ ਹੈ ਸਟਾਫ ਵਿੱਚ ਕੋਈ ਵਿਦਿਅਕ ਅਦਾਰੇ ਵਿੱਚ ਧਾਰਮਿਕ ਕਰਮ ਕਾਂਡ ਉੱਤੇ ਆਪਣਾ ਇਤਰਾਜ਼ ਦਰਜ ਨਹੀਂ ਕਰਾਉਂਦਾ ਇਹ ਤਾਂ ਆਪਣੀ ਵੈਦਿਕ ਪਰੰਪਰਾ ਸੈਸ਼ਨ ਦੇ ਆਰੰਭ ਵਿੱਚ ਸੈਸ਼ਨ ਦੇ ਆਰੰਭ ਵਿੱਚ ਪੂਰੇ ਕਾਲਜ ਦਾ ਵਾਤਾਵਰਣ ਸ਼ੁੱਧ ਹੋ ਜਾਂਦਾ ਉਹ ਆਪ ਹੀ ਆਪਣੇ ਕਦਮ ਦੀ ਮਹਿਮੰਦਸਤ ਅਸੀਂ ਐਵੇਂ ਐਨੇ ਸਾਲ ਪੱਛਮ ਪਿੱਛੇ ਲੱਗੇ ਰਹੇ ਹਾਂ ਹੁਣੇ ਰਾਸ਼ਟਰੀ ਬੁੱਧੀਜੀਵੀਆਂ ਦਾ ਫਰਜ਼ ਹੈ ਆਪਣੀਆਂ ਪਰੰਪਰਾਵਾਂ ਦੀ ਪਛਾਣ ਕਰਨੀ ਤੇ ਹੋਰਾਂ ਨੂੰ ਕਰਾਉਣੀ ਰਾਸ਼ਟਰੀ ਬੁੱਧੀਜੀਵੀ ਵੱਜੋਂ ਹੀ ਉਹ ਵੀ ਹਵਨ 'ਚ ਆਪਣੇ ਤਿਲ ਫੁੱਲ ਪੇਂਟ ਕਰਦਾ ਸੀ ਜੇ ਕੁਝ ਬਰੇ ਪਹਿਲਾਂ ਦੀ ਗੱਲ ਹੁੰਦੀ ਤਾਂ ਖੁਸ਼ਵੰਤ ਨੇ ਬਿਨਾਂ ਚੇਜ ਕੋ ਵਿਅੰਗ ਨਾਲ ਕਹਿ ਦੇਣਾ ਸੀ ਹਾਂਜੀ ਪ੍ਰਿੰਸੀਪਲ ਸਾਹਿਬ ਤੁਹਾਡੇ ਦੋਵੇਂ ਨਿਆਣੇ ਪੱਛਮੀ ਮੁਲਕ ਦੀ ਕਾਰਪੋਰੇਸ਼ਨ 'ਚ ਨੌਕਰੀ ਕਰਦੇ ਹੋ ਨਾ ਗੋਰਿਆਂ ਨੂੰ ਭਾਰਤੀ ਪਰੰਪਰਾ ਹੀ ਤਾਂ ਸਿਖਾ ਰਹੇ ਆ ਉਹਨੋ ਜੋ ਪ੍ਰਿੰਸੀਪਲ ਆ ਸਮਝਦਾ ਹੈ ਸੱਚ ਬੋਲਣ ਲਈ ਕਿਸੇ ਸੈਮੀਨਾਰ ਦੀ ਸਟੇਜ ਹੀ ਸਭ ਤੋਂ ਸੁਰੱਖਿਅਤਾਂ ਹੈ ਪ੍ਰਿੰਸੀਪਲ ਭਾਰਦਵਾਜੀ ਨਹੀਂ ਉਸ ਵਰਗੇ ਨੂੰ ਲੋਕ ਸੈਮੀਨਾਰਾਂ 'ਚ ਬਰਦਾਸ਼ਤ ਕਰ ਲੈਂਦੇ ਸੀ ਖੁਸ਼ਵੰਤ ਨੂੰ ਅਚਾਨਕ ਅਹਿਸਾਸ ਹੋਇਆ ਕਿ ਕਵਿਤਾ ਠੀਕ ਆਖਦੀ ਸੀ ਉਹਨੂੰ ਤਾਪ ਵੀ ਇਸੇ ਲਈ ਚੜਿਆ ਸੀ ਘਰ ਦੀ ਕੂਕੀ 'ਚੋਂ ਬਾਹਰ ਤੋਂ ਬਿਲਕੁਲ ਬੇਖਬਰ ਹੋ ਗਿਆ ਸੀ ਆਪਣੀ ਕਿਤਾਬਾਂ ਦੀ ਦੁਨੀਆ 'ਚ ਗਵਾਚਿਆ ਉਹਨੇ ਆਪਣੇ ਆਪ ਦੀਵਾਲੇ ਆਪਣਾ ਹੀ ਸੁਪਨਮਈ ਤਾਣਾ ਪੇਟਾਉਣ ਰੱਖਿਆ ਸੀ ਉਹ ਨਵੀਆਂ-ਨਵੀਆਂ ਕਿਤਾਬਾਂ ਪੜਦਾ ਅਖਬਾਰਾਂ 'ਚ ਰੋਜ਼ ਮਰਰਾ ਦੀ ਸਿਆਸਤ ਬਾਰੇ ਲੇਖ ਲਿਖਦਾ ਕਾਲਜ ਆਪਣੇ ਸੈਮੀਨਾਰਾਂ 'ਚ ਉਹਨੂੰ ਖੋਜ ਪੱਤਰ ਪੜਨ ਲਈ ਸੱਦਾ ਦਿੰਦੇ ਯੂਨੀਅਨ ਕਾਰਨ ਬਣੇ ਮਿੱਤਰਾਂ ਦੇ ਕਾਲਜਾਂ ਵਿੱਚ ਤਾਂ ਉਹਨੂੰ ਹਰ ਵਾਰੇ ਬਿਨਾਂ ਨਾਗਾ ਸੱਦਾ ਪੱਤਰ ਆਉਂਦਾ ਜਿਵੇਂ ਪਹਿਲਾਂ ਕਿਸੇ ਰੈਲੀ 'ਚ ਭਾਸ਼ਣ ਦੇਣ ਸਮੇਂ ਹੁੰਦਾ ਸੀ ਹੁਣ ਜਦੋਂ ਸੈਮੀਨਾਰ 'ਚ ਬੋਲਦਾ ਤਾਂ ਉਹਨੂੰ ਲੱਗਦਾ ਉਹ ਕਿਸੇ ਵੱਲੋਂ ਕਿਸੇ ਵੇਲੇ ਪ੍ਰੀਤੂ ਵੱਲੋਂ ਉਹਨੂੰ ਕੱਡੀਆਂ ਗਾਲਾਂ ਦਾ ਜਵਾਬ ਦੇ ਰਿਹਾ ਹੈ ਅੱਜ ਪ੍ਰੀਤੂ ਕਿੱਥੇ ਹੈ ਕਿਸੇ ਜੇਲ੍ਹ 'ਚ ਸੜਦਾ ਹੋਵੇਗਾ ਪਰ ਉਹਨੂੰ ਹੁਣ ਇਸ ਧਰਤੀ ਉੱਤੇ ਵਿਦਵਾਨ ਹੋਣ ਦਾ ਰੁਤਬਾ ਹਾਸਲ ਹੈ ਇਸੇ ਲਈ ਜਦੋਂ ਉਹਦੇ ਵੱਲੋਂ ਪੇਸ਼ ਹੁੰਦੇ ਵਿਚਾਰਾਂ ਉਤੇ ਤਾੜੀਆਂ ਵੱਜਦੀਆਂ ਤਾਂ ਆਪਣੇ ਆਪ ਦੀਆਂ ਨਜ਼ਰਾਂ ਵਿੱਚ ਕੁਝ ਉੱਚਾ ਉੱਠ ਜਾਂਦਾ ਹੈ ਉਹਦੀ ਛੱਪੀ ਕਿਤਾਬ ਦਾ ਕਿਸੇ ਅਖਬਾਰ ਜਾਂ ਰਸਾਲੇ 'ਚ ਪ੍ਰਸ਼ੰਸਾਤਮਕ ਰਿਵਿਊ ਛਪਦਾ ਤਾਂ ਉਹ ਕਾਲਜ ਦੇ ਸਟਾਫ ਸਟਾਫ ਨੂੰ ਆ ਨਿਭਾਨੀ ਪੜਾਉਂਦਾ ਦਰਿਆਈ ਘੋੜੇ ਵਰਗੇ ਪ੍ਰਿੰਸੀਪਲ ਭਾਰਤਵਾਜ ਨੂੰ ਦੱਸਦਾ ਉਹਨੂੰ ਆਪਣੀ ਹੋਂਕੁਝ ਸ਼ਾਂਤ ਹੁੰਦੀ ਦਿੱਸਦੀ ਹੌਲੀ-ਹੌਲੀ ਉਹਨੇ ਆਪਣੇ ਆਪ ਨੂੰ ਆਪ ਹੀ ਉੱਚੇ ਸਿੰਘਾਸਨ ਤੇ ਬਿਠਾ ਲਿਆ ਸੀ ਇਸੇ ਲਈ ਜਦੋਂ ਇਸ ਸਿੰਘਾਸਨ ਨੂੰ ਕਿਸੇ ਨੇ ਠੋਕਰ ਮਾਰੀ ਤਾਂ ਮੁਦੇ ਮੂੰਹ ਸਿੰਘਾਸਨ ਤੋਂ ਥੱਲੇ ਆ ਡਿੱਗਾ ਥੱਲੇ ਉਹੀ ਮਿੱਟੀ ਸੀ ਜਿਸ 'ਚ ਕਦੇ ਪ੍ਰੀਤੂ ਨੇ ਉਹਦਾ ਸਵੈਮਾਨ ਰੋਲਿਆ ਸੀ ਇਸੇ ਸਦਮੇ ਨੇ ਉਹਨੂੰ ਤਾਪ ਚੜਾ ਦਿੱਤਾ ਸੀ ਹੁਣ ਵੀ ਘਰੋਂ ਬਾਹਰ ਨਿਕਲ ਕੇ ਇਹ ਉਸ ਅਸਲੀਅਤ ਨੂੰ ਦੇਖਣ ਦੇ ਕਾਬਿਲ ਹੋਇਆ ਸੀ ਸੱਚਮੁੱਚ ਉਹ ਭੁੱਖੇ ਗਰੀਬ ਲੋਕਾਂ ਲਈ ਤਾਂ ਕਦੇ ਵੀ ਨਹੀਂ ਸੀ ਲੜਿਆ ਉਹ ਤਾਂ ਹਮੇਸ਼ਾ ਆਪਣੀ ਭੁੱਖ ਤੇ ਆਪਣੀ ਬੇਬਸੀ ਦੇ ਵਿਰੁੱਧ ਹੀ ਲੜਦਾ ਰਿਹਾ ਸੀ ਇਸੇ ਲਈ ਉਹ ਸੈਮੀਨਾਰਾਂ 'ਚ ਤੱਤੀਆਂ-ਤੱਤੀਆਂ ਗੱਲਾਂ ਕਰਦਾ ਅਖਬਾਰਾਂ ਰਸਾਲਿਆਂ 'ਚ ਯੁੱਗ ਬਦਲਣ ਵਾਲੇ ਵਿਚਾਰ ਵੀ ਬਾਕੀ ਨਾਲ ਲਿਖਦਾ ਅਸਲ ਜ਼ਿੰਦਗੀ 'ਚ ਦਰਿਆਈ ਘੋੜੇ ਵਰਗੇ ਪ੍ਰਿੰਸੀਪਲ ਭਾਰਤਵਾਦ ਸਾਹਮਣੇ ਚੁੱਪ ਕਰ ਜਾਂਦਾ ਸੀ ਉਹਨੂੰ ਲੱਗਿਆ ਬੇਸ਼ੱਕ ਘਰੋਂ ਬਾਹਰ ਔਰਤਾਂ ਤੇ ਬਜ਼ੁਰਗਾਂ ਹੱਥੋਂ ਹੱਥਜੰਤਰ ਖੋਂਦੀਆਂ ਬਲਾਵਾਂ ਸਨ ਨੇਜਿਆਂ ਵਰਗੇ ਖੜੇ ਵਾਲਾਂ ਵਾਲੇ ਸਨ ਗਲੀਆਂ 'ਚੋਂ ਨਿਕਲਦੇ ਤੇਜ਼ ਰਫ਼ਤਾਰ ਸਕੂਟਰ ਮੋਟਰਸਾਈਕਲ ਰੂਪੀ ਗੋਲੇ ਸਨ ਪਰ ਜ਼ਿੰਦਗੀ ਦੀ ਹਲਚਲ ਵੀ ਤਾਂ ਇੱਥੇ ਹੀ ਸੀ ਅੱਜ ਜੋ 22 ਕਰੋ ਬਾਰ ਨਿਕਲਣ ਦਾ ਹੀ ਤਾਂ ਨਤੀਜਾ ਸੀ। ਸ਼ੁਕਰੀਆ ਕਵਿਤਾ ਉਤਾਖਣ ਨੂੰ ਜੀ ਕੀਤਾ। ਕਵਿਤਾ ਨੇ ਉਹਨੂੰ ਅੱਜ ਦਾ ਮਨਪਸੰਦ ਹਲਕੇ ਅਸਮਾਨੀ ਰੰਗ ਦਾ ਕੁੜਤਾ ਪਜਾਮਾ ਪੁਆ ਕੇ ਅੱਜ 4 ਦਿਨਾਂ ਬਾਅਦ ਕਰੋ ਬਾਰ ਘਟਿਆ ਸੀ। ਸ਼ਾਇਦ 4 ਦਿਨ ਨਹੀਂ 4 ਯੁੱਗ ਸਨ। ਧੰਵਾਦ। ਅੰਗ 6ਵਾਂ। ਵੈੰਦੀ ਹਵਾ ਚ ਰਲੀ ਸਿੱਕੇ ਦੀ ਗੰਧ ਨੇ ਖਬਰ ਪਹਿਲਾਂ ਹੀ ਚਿਕਣੀ ਮਿੱਟੀ ਵਾਲੇ ਪਿੰਡ 'ਚ ਪਹੁੰਚਾ ਦਿੱਤੀ ਸੀ। ਖਬਰ ਦੀ ਪਹਿਲੀ ਸਫੀ ਦੀ ਇੱਕ ਸੁਰਖੀ ਕੁਝ ਦੇਰ ਨਾਲ ਉਹਨਾਂ ਤੱਕ ਪਹੁੰਚੀ ਪੀਰ ਸ਼ਾਹ ਇਨਾਇਤ ਦੀ ਮੇਰਵਾਲੇ ਪਿੰਡ ਦੇ ਗਵਾਂਢੀ ਪਿੰਡ ਵਿੱਚ ਇੱਕ ਪੁਰਾਣੇ ਬਦਮਾਸ਼ ਤੇ ਦੋ ਬੇਹੱਦ ਸਾਊ ਮੁੰਡਿਆਂ ਨੂੰ ਉਹਨਾਂ ਦੇ ਭਈਏ ਸਮੇਤ ਗੋਲੀਆਂ ਨਾਲ ਭੰਨ ਦਿੱਤਾ ਗਿਆ ਸੀ ਪਿੰਡ ਦੇ ਲੋਕਾਂ ਨੇ ਖਬਰ ਇਸ ਲਈ ਖਾਸ ਧਿਆਨ ਨਾਲ ਪੜ੍ਹੀ ਕਿਉਂਕਿ ਵਾਕਿਆ ਉਹਨਾਂ ਦੇ ਗਵਾਂਢੀ ਪਿੰਡ ਦਾ ਸੀ ਪੁਰਾਣੇ ਬਦਮਾਸ਼ ਦਾ ਨਾਂ ਕੇਰੂ ਸੀ ਤੇ ਉਹਨਾਂ ਸਾਰਿਆਂ ਨੇ ਸ਼ਹਿਰ ਵਾਲੀ ਬੱਸ ਵਿੱਚ ਜਾਂ ਫਿਰ ਆਪਣੇ ਹੀ ਪਿੰਡ ਦੀਆਂ ਗਲੀਆਂ 'ਚ ਫਿਰਦੇ ਆਂ ਚਿੱਟੀ ਚਾਦਰ ਤੇ ਦੇਸੀ ਖੁੱਸੇ ਵਾਲੇ ਕੇਰੂ ਨੂੰ ਦੇਖਿਆ ਹੋਇਆ ਸੀ ਸਟੇਨ ਗੰਨਾਵਾਲੇ ਸ਼ੱਕੀ ਖੜਕੂ ਸ਼ਾਇਦ ਉਹਨੂੰ ਹੀ ਸੋਧਣ ਆਏ ਸੀ ਕਿਉਂਕਿ ਉਹ ਘਰਦਿਆਂ ਤੋਂ ਕੇਰੂ ਦਾਤਾ ਪਤਾ ਹੀ ਪੁੱਛਦੇ ਰਹੇ ਸੀ ਕੇਰੂ ਦੇ ਘਰ ਨਾ ਹੋਣ ਕਾਰਨ ਉਹਨਾਂ ਉਹਨਾਂ ਦੋ ਮੁੰਡਿਆਂ ਤੇ ਭਈਏ ਨੂੰ ਉਹਨਾਂ ਦੇ ਘਰ ਦੇ ਵੇੜੇ 'ਚ ਬਰਾਬਰ ਖੜਾ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਨਾ ਸਟੇਨ ਗੰਨਾ ਦੇ ਮਾਲਕਾਂ ਨੇ ਤੇ ਨਾ ਹੀ ਸਟੇਨ ਗੰਨਾ ਨੇ ਆਪਣੇ ਨੌਕਰ 'ਚ ਕੋਈ ਭੇਦਭਾਵ ਤੇ ਕੀਤਾ ਸੀ ਗੋਲੀਆਂ ਨੇ ਇਹ ਵੀ ਨਾ ਦੇਖਿਆ ਕਿ ਉਹ ਬਦਮਾਸ਼ ਦੇ ਵੱਜ ਰਹੀਆਂ ਕਿ ਸੌ ਬੰਦਿਆਂ ਦੇ ਚਿੱਟੇ ਚਾਦਰੇ ਤੇ ਦੇਸੀ ਖੁੱਸੇ ਵਾਲੇ ਕੇਰੂ ਬਦਮਾਸ਼ ਦੇ ਘਰ ਜੰਮੇ ਦੋਵੇਂ ਮੁੰਡੇ ਉਸੇ ਤਰ੍ਹਾਂ ਸ਼ਰੀਫ ਨਿਕਲ ਆਏ ਸੀ ਜਿਵੇਂ ਅਕਸਰ ਸ਼ਰਾਬੀਆਂ ਦੇ ਪੁੱਤ ਜਨਮ ਜੱਤ ਸੋਫੀ ਹੁੰਦੇ ਐ ਦੋਵੇਂ ਨਾ ਚਾਦਰਾਂ ਬੰਦੇ ਨਾ ਖੁੱਸੇ ਪਾਉਂਦੇ ਆਮ ਮੁੰਡਿਆਂ ਜਾਂ ਬੰਦੀਆਂ ਵਾਂਗ ਹੀ ਘਰ ਚ ਕੁੜਤਾ ਪਜਾਮਾ ਤੇ ਬਾਹਰ ਜਾਣ ਲੱਗਿਆ ਪੈਂਟ ਕਮੀਜ਼ ਪਾ ਲੈਂਦੇ ਸੀ ਲੋਕ ਅਗਲੇ ਦਿਨੀ ਵੀ ਅਖਬਾਰ ਚੋਂ ਖਬਰ ਲੱਭਦੇ ਰਹੇ ਕਿਸੇ ਨੇ ਕਿਸ ਨੇ ਇਲਾਕੇ ਦੇ ਕੇਰੂ ਬਦਮਾਸ਼ ਨੂੰ ਸੋਧਣ ਦੀ ਕਾਰਵਾਈ ਕੀਤੀ ਸੀ ਇਸ ਧਰਤੀ ਦੇ ਬਾਕੀ ਹਿੱਸਿਆਂ ਵਾਂਗ ਉਹਨਾਂ ਦੇ ਨਾਲ ਇਸ ਇਲਾਕੇ ਦਾ ਵੀ ਇੱਕ ਆਪੇ ਬਣਿਆ ਏਰੀਆ ਕਮਾਂਡਰ ਸੀ ਕੁਝ ਦਿਨ ਪਹਿਲਾਂ ਉਹਨੇ ਇਲਾਕੇ ਦੇ ਇਟਾਂ ਦੇ ਭੱਠੇ ਉੱਤੇ ਕੁਝ ਪ੍ਰਵਾਸੀ ਮਜ਼ਦੂਰਾਂ ਨੂੰ ਮਾਰਿਆ ਸੀ ਅਗਲੇ ਦਿਨ ਉਹਨੇ ਅਖਬਾਰ 'ਚ ਪ੍ਰੈਸ ਨੋਟ ਦੇ ਕੇ ਇਹਦੀ ਜ਼ਿੰਮੇਵਾਰੀ ਵੀ ਲਈ ਸੀ ਪਰ ਕੇਰੂ ਬਦਮਾਸ਼ ਦੇ ਮੁੰਡਿਆਂ ਨੂੰ ਮਾਰਨ ਦੀ ਜ਼ਿੰਮੇਵਾਰੀ ਨਾ ਉਸ ਏਰੀਆ ਕਮਾਂਡਰ ਨੇ ਲਈ ਨਾ ਕਿਸੇ ਹੋਰ ਏਰੀਏ ਦੇ ਕਮਾਂਡਰ ਨੇ ਇਸਾਰੇ ਕਤਲ ਪੁਲਿਸ ਲਈ ਤੇ ਅਖਬਾਰ ਤੋਂ ਸੱਚ ਜਾਣਨ ਵਾਲਿਆਂ ਲਈ ਭੇਤ ਹੀ ਬਣੇ ਰਹੀ ਪਰ ਜੋ ਲੋਕ ਅਖਬਾਰਾਂ ਤੋਂ ਬਾਹਰ ਦੀ ਕੰਸੂ ਰੱਖਦੇ ਸੀ ਉਹਨਾਂ ਨੂੰ ਜ਼ਰੂਰ ਹੌਲੀ-ਹੌਲੀ ਪਤਾ ਲੱਗਿਆ ਪਤਾ ਤਾਂ ਚਿੱਟੇ ਚਾਦਰੇ ਤੇ ਦੇਸੀ ਖਸੇ ਵਾਲੇ ਕੇਰੂ ਨੂੰ ਵੀ ਲੱਗਿਆ ਹੋਵੇਗਾ ਜਿਨੇ ਆਪਣੀ ਜ਼ਿੰਦਗੀ ਚ ਇਸ ਧਰਤੀ ਉੱਤੇ ਘਾਟ-ਘਾਟ ਦਾ ਪਾਣੀ ਪੀਤਾ ਸੀ ਪ੍ਰੀਤੂ ਵੱਲੋਂ ਖੁਸ਼ਵੰਤ ਦੇ ਘਰ ਜਾ ਕੇ ਗਾਲਾਂ ਕੱਢਣ ਦੀ ਖਬਰ ਉਸੇ ਰਾਤ ਹਰਪਾਲ ਨੂੰ ਮਿਲ ਗਈ ਸੀ ਇਸ ਲਈ ਅਗਲੇ ਹੀ ਦਿਨ ਕਾਲਜ ਮਿਲਣ ਤੇ ਉਹਨੇ ਖੁਸ਼ਵੰਤ ਨੂੰ ਸਾਰੀ ਗੱਲ ਪੁੱਛੀ ਗੱਲ ਸੁਣ ਕੇ ਉਹਨੇ ਜੀਤੇਵਲ ਦੇਖਿਆ ਉਹਦੀਆਂ ਅੱਖਾਂ 'ਚ ਵੀ ਗੰਭੀਰਤਾ ਸੀ ਤੇ ਜੀਤੇ ਨੂੰ ਕਹੇ ਬੋਲਾਂ 'ਚ ਵੀ ਅੱਛਾ ਇਦਾਂ ਤਾਂ ਫਿਰ ਪ੍ਰੀਤੂ ਖਰਾਬ ਕਰੂ ਆਪਾਂ ਨੂੰ ਦਸ ਕਦੋਂ ਚੱਲੀਏ ਦਰਿਆਵਾਂ ਪਾਰ ਭਾਗੋਰ ਦੋਵਾਂ ਦੀਆਂ ਅੱਖਾਂ 'ਚ ਕੁਝ ਸਹਿਮਤੀ ਬਣਦੀ ਦਿਖਾਈ ਦਿੱਤੀ ਇਸ ਸਾਰੀ ਸਹਿਮਤੀ ਬਾਰੇ ਖੁਸ਼ਵੰਤ ਨੂੰ ਅਗਲੇ ਦਿਨ ਅਗਲੇ ਕਈ ਦਿਨਾਂ 'ਚ ਹਰਪਾਲ ਤੇ ਜੀਤੇ ਦੀਆਂ ਗੱਲਾਂ ਵਿੱਚੋਂ ਟੁਕੜਾ ਟੁਕੜਾ ਜਾਣਕਾਰੀ ਮਿਲੀ ਜੀਤੇ ਦੀ ਭੂਆ ਦਰਿਆ ਪਾਰ ਦੇ ਪਿੰਡਾਂ 'ਚ ਵੀ ਆਈ ਸੀ ਭੂਆ ਦਾ ਮੁੰਡਾ ਵੀ ਉਸ ਇਲਾਕੇ ਦੇ ਮਾਹੌਲ ਅਨੁਸਾਰ ਹੀ ਖੜਕੂਆਂ ਨਾਲ ਰਲਿਆ ਹੋਇਆ ਸੀ ਪਤਾ ਨਹੀਂ ਉਹਦੇ ਟੋਲੇ ਦਾ ਸੰਘਰਸ਼ ਵੱਖਰੇ ਮੁਲਕ ਲਈ ਸੀ ਜਾਂ ਉਹ ਸਿਰਫ ਮਾਰ ਕੇ ਬਾਜ ਕਾਰਨਾਮਿਆਂ ਦੇ ਖਿੱਚਿਆ ਉਹਨਾਂ ਨਾਲ ਰਲਿਆ ਸੀ ਪਰ ਲੋੜ ਵੇਲੇ ਉਹ ਕਦੇ-ਕਦੇ ਦਰਿਆ ਦੇ ਇਸ ਪਾਰ ਵੀ ਉਹਨਾਂ ਕੋਲ ਰਾਤ ਕੱਟ ਜਾਂਦਾ ਸੀ ਉਨੇ ਹੀ ਜੀਤੇ ਨੂੰ ਹਰਪਾਲ ਨੂੰ ਕਦੀ ਕੋਈ ਸੇਵਾ ਦੱਸਣ ਨੂੰ ਕਿਹਾ ਹੋਇਆ ਸੀ ਹੁਣ ਉਹਨਾਂ ਨੇ ਉਹਦੇ ਟੋਲੇ ਨੂੰ ਆਪਣੇ ਮਤਲਬ ਦੀ ਸੇਵਾ ਦੱਸੀ ਸੀ ਪਰੇਸਰੂ ਸੇਵਾ ਨਹੀਂ ਸੀ ਹਰਪਾਲ ਇੱਕ ਝੋਲੇ 'ਚ ਨੋਟਾਂ ਦੇ ਬੰਡਲ ਪਾ ਕੇ ਦਰਿਆਵਾਂ ਪਾਰ ਨਾਲ ਲੈ ਕੇ ਗਿਆ ਸੰਘਰਸ਼ਾਂ ਲਈ ਮਾਇਆ ਵੀ ਜ਼ਰੂਰੀ ਹੁੰਦੀ ਹੈ ਹਰਪਾਲ ਦੇ ਕਹਿਣ ਤੇ ਉਹਨਾਂ ਪ੍ਰੀਤੂ ਨੂੰ ਛੱਡ ਕੇ ਕੇਰੂ ਨੂੰ ਮਾਰਨ ਲਈ ਝੋਣਿਆ ਸੀ ਪ੍ਰੀਤੂ ਨੂੰ ਮਾਰਨ ਉੱਤੇ ਸ਼ੱਕ ਦੀ ਸੂਈ ਸਿੱਧੀ ਉਹਨਾਂ ਵੱਲ ਘੁੰਮਣੀ ਸੀ ਕਾਲੇ ਚੋਰ ਨੂੰ ਵੀ ਉਹਨਾਂ ਦੀ ਨਵੀਂ ਪਈ ਦੁਸ਼ਮਣੀ ਬਾਰੇ ਪਤਾ ਸੀ ਕੇਰੂ ਇਲਾਕੇ ਦਾ ਬਦਮਾਸ਼ ਸੀ ਉਹਨੇ ਜ਼ਿੰਦਗੀ 'ਚ ਪਤਾ ਉਹਦੇ ਜ਼ਿੰਦਗੀ 'ਚ ਪਤਾ ਨਹੀਂ ਕਿੰਨੇ ਦੁਸ਼ਮਣ ਸਨ ਕੋਈ ਵੀ ਉਹਨੂੰ ਮਰਵਾ ਸਕਦਾ ਸੀ ਖਾਰਕੂ ਆਪ ਵੀ ਉਹਨੂੰ ਸੋਧਨ ਦਾ ਗੁਰਮਤਾ ਕਰ ਸਕਦੇ ਸਨ ਉਹਦੇ ਮਰਨ ਦੀ ਪੁਲਿਸ ਨੂੰ ਵੀ ਖੁਸ਼ੀ ਹੋਣੀ ਸੀ ਪ੍ਰੀਤੂ ਤੇ ਉਹਦੇ ਸਾਲਿਆਂ ਨੇ ਉੰਜੀ ਕੇਰੂ ਬਿਨਾ ਅੱਧੇ ਰਹਿ ਜਾਣਾ ਸੀ ਜਿਹੜੇ ਉਹਨਾਂ ਦੇ ਹੌਸਲੇ ਟੁੱਟਣੇ ਸਨ ਉਹ ਵੱਖਰੇ ਅੰਦਰੋਂ ਕਿਤੇ ਹਰਪਾਲ ਨੂੰ ਇਹ ਵੀ ਲੱਗਦਾ ਸੀ ਕਿ ਉਹ ਪਾਸ਼ੀ ਕਰਕੇ ਪ੍ਰੀਤੂ ਦੀ ਤਾਂ ਕੇਰੂ ਨੂੰ ਮਾਰਨ ਲਈ ਕਹਿ ਰਿਹਾ ਹੈ ਪ੍ਰੀਤੂ ਦੇ ਮਰਨ ਪਿੱਛੋਂ ਉਹਨੂੰ ਹੀ ਪਾਸ਼ੀ ਦੀਆਂ ਅੱਖਾਂ ਦੇ ਅੱਤਰੂ ਪੁੰਜਣੇ ਪਏ ਸਨ ਪਰੇ ਸੰਭਾਵਨਾ ਬਾਰੇ ਨਹਰਪਾਲ ਜੀ ਤੇ ਨੇ ਸੋਚਿਆ ਤੇ ਨਾਇਨਸਟੇਨ ਗੰਨਾਂ ਵਾਲਿਆਂ ਨੇ ਕਿ ਜੇ ਉਸ ਦਿਨ ਕੇਰੂ ਘਰ ਨਾ ਹੋਇਆ ਤਾਂ ਕੀ ਕਰਨਾ ਕੇਰੂ ਦੇ ਮੁੰਡਿਆਂ ਨੂੰ ਮਾਰਨ ਦਾ ਫੈਸਲਾ ਮੌਕੇ ਉੱਤੇ ਸਟੇਨ ਗੰਨਾਂ ਵਾਲਿਆਂ ਨੇ ਲਿਆ ਸੀ ਕਾਰਵਾਈ ਕਰਨ ਉਹ ਦਰਿਆ ਟੱਪ ਕੇ ਆਏ ਸਨ ਜੇ ਖਾਤੇ 'ਚ ਕੋਈ ਬੰਦਾ ਹੀ ਨਾ ਪਿਆ ਤਾਂ ਉਹਨਾਂ ਦੀ ਸਾਰੀ ਮਿਹਨਤ ਅਜਾਈ ਜਾਣੀ ਸੀ ਇਸ ਲਈ ਜੋ ਮਿਲਿਆ ਉਹਨਾਂ ਉਸ ਵੱਲ ਹੀ ਸਟੇਨ ਗੰਨ ਦਾ ਮੂੰਹ ਖੋਲ ਦਿੱਤਾ ਪੂਰੇ ਇਲਾਕੇ ਨੇ ਸਾਊ ਮੁੰਡਿਆਂ ਦੀ ਮੌਤ ਦਾ ਬੁਰਾ ਮਨਾਇਆ ਉਹਨਾਂ ਨੂੰ ਆਪਣੇ ਪਿਓ ਦੇ ਕਰਮਾਂ ਦੀ ਸਜ਼ਾ ਮਿਲੀ ਸੀ ਫੇ ਤਾਂ ਹੁਣ ਵੀ ਉਸੇ ਤਰ੍ਹਾਂ ਲੱਕੇ ਚ ਬੁੱਕ ਦਾ ਫਿਰਦਾ ਸੀ ਮਰਨ ਮਿੱਟੀ ਚੜੀ ਫਿਰਦੀ ਸਭ ਨੂੰ ਅੱਜਕੱਲ ਕੋਈ ਉਹ ਮਾਲਕਾ ਹੁਣ ਤਾਂ ਇਸ ਤੋਂ ਵੱਧ ਕੁਝ ਕਹਿਣ ਤੋਂ ਲੋਕ ਡਰਨ ਲੱਗੇ ਸਨ ਅਜਿਹਾ ਡਰ ਭਰੇ ਮਾਹੌਲ 'ਚ ਪਾਪੇ ਨੇ ਖੁਸ਼ਵੰਤ ਨੂੰ ਸ਼ਹਿਰ ਹੋਸਟਲ ਦਾ ਕਮਰਾ ਲੈਣ ਲਈ ਆਖ ਦਿੱਤਾ ਆਖਿਆ ਨਹੀਂ ਇੱਕ ਤਰ੍ਹਾਂ ਨਾਲ ਹੁਕਮ ਦਿੱਤਾ ਖੁਸ਼ਵੰਤ ਹੁਣ ਸਨੇਚਰਵਾਰ ਘਰ ਆਉਣ ਲੱਗਾ ਲਾਲੀ ਨੂੰ ਮਿਲਣ ਦੀ ਸੰਭਾਵਨਾ ਬਣਾਉਣ ਲਈ ਉਸ ਕੋਲ ਸਨੇਚਰਵਾਰ ਦੀ ਰਾਤ ਸ਼ਾਮ ਤੇ ਰਾਤ ਤੇ ਐਤਵਾਰ ਦਾ ਦਿਨ ਹੀ ਹੁੰਦਾ ਸੀ ਇਸ ਲਈ ਉਹ ਜਿੰਨੀ ਦੇਰ ਪਿੰਡ ਰਹਿੰਦਾ ਉਹਦਾ ਧਿਆਨ ਲਾਲੀ ਦੇ ਘਰ ਵੱਲ ਲੱਗਾ ਰਹਿੰਦਾ ਉਹ ਸੈਤਵਾਰ ਨੂੰ ਦੁਪਹਿਰੇ ਲਾਲੀ ਨੇ ਗਲੀ ਵਿੱਚੋਂ ਉਹਨੂੰ ਇਸ਼ਾਰਾ ਕੀਤਾ ਤੋਂ ਭੱਜ ਕੇ ਉਹਨਾਂ ਦੇ ਡੰਗਰਾਂ ਵਾਲੇ ਅੰਦਰ ਵੜ ਗਿਆ ਲਾਲੀ ਦਾ ਪਿਓ ਸਵੇਰ ਦਾ ਹੀ ਸ਼ਹਿਰ ਗਿਆ ਹੋਇਆ ਸੀ ਤੇ ਮਾਂ ਹੁਣੇ ਘਰੋਂ ਨਿਕਲੀ ਸੀ ਉਹਦੇ ਪਿੱਛੇ-ਪਿੱਛੇ ਹੀ ਲਾਲੀ ਆ ਗਈ ਜਿਵੇਂ ਹਮੇਸ਼ਾ ਕਰਦਾ ਸੀ ਲਾਲੀ ਨੂੰ ਦੇਖਦਿਆਂ ਉਹਨੇ ਜੱਫੀ 'ਚ ਲੈ ਲਿਆ ਜਿਵੇਂ ਉਹਨੂੰ ਹਮੇਸ਼ਾ ਮਹਿਸੂਸ ਹੁੰਦਾ ਸੀ ਉਦੋਂ ਵੀ ਉਹਨੂੰ ਲੱਗਾ ਜਿਵੇਂ ਕਿਸੇ ਚਿੜੀ ਦੇ ਖੰਭ ਫਲੋਸ ਰਹੇ ਹੋਵੇ ਪਰ ਉਸ ਦਿਨ ਲਾਲੀ ਦੀ ਮਾਂ ਅਚਾਨਕ ਡੰਗਰਾਂ ਵਾਲੇ ਅੰਦਰ ਆ ਗਈ ਤੇ ਉਹਨਾਂ ਦੀ ਚੋਰੀ ਫੜੀ ਗਈ ਬਾਅਦ ਚ ਸਾਰੀ ਘਟਨਾ ਬਾਰੇ ਸੋਚਦੇ ਅੰਖਿਸ਼ਵੰਤ ਨੂੰ ਇਸ ਗੱਲ ਦੀ ਤਸੱਲੀ ਹੁੰਦੀ ਸੀ ਕਿ ਜਦੋਂ ਲਾਲੀ ਦੀ ਮਾਂ ਅਚਾਨਕ ਡੰਗਰਾਂ ਵਾਲੇ ਅੰਦਰ ਬੜੀ ਸੀ ਉਹਨੂੰ ਚਿੜੀ ਦੇ ਖੰਭ ਲੋਸਦਿਆਂ ਦੇਖਿਆ ਉਦੋਂ ਲਾਲੀ ਉਹਦੀ ਗੋਦ ਵਿੱਚ ਬੈਠੀ ਹੱਸ ਰਹੀ ਸੀ ਜੇ ਉਸ ਵੇਲੇ ਲਾਲੀ ਕਿਸੇ ਗੱਲੋਂ ਰੋ ਰਹੀ ਹੁੰਦੀ ਤਾਂ ਸ਼ਾਇਦ ਕਹਾਣੀ ਹੋਰ ਦੀ ਹੋਰ ਬਣ ਜਾਂਦੀ ਹੱਸਦੀ ਲਾਲੀ ਨੂੰ ਪਰਾਂਕਾਰ ਉਹ ਕਾਲੀ ਕਾਲੀ ਦਰਵਾਜ਼ਿਆਂ ਬਾਹਰ ਨਿਕਲੇ ਅਤੇ ਆਪਣਾ ਫੱਕ ਹੋਇਆ ਚਿਹਰਾ ਲੈ ਕੇ ਦੌੜਨ ਗਿਆ ਲਾਲੀ ਦੀ ਮਾਂ ਆਵਾਜ਼ ਖੜੀ ਰਹੀ ਬਿਨਾ ਕੁਝ ਬੋਲਿਆ ਲਾਲੀ ਨੂੰ ਜਿਵੇਂ ਡਰ ਹੀ ਨਹੀਂ ਸੀ ਲੱਗਿਆ ਉਦਾਂ ਹੀ ਹੱਸਦੀ ਡੰਗਰਾਂ ਵਾਲੇ ਵਿੱਚ ਬਾੜੇ ਵਿੱਚੋਂ ਨਿਕਲ ਕੇ ਦੂਜੇ ਕਮਰੇ 'ਚ ਵੜ ਗਈ ਡਰਦਾ ਖੁਸ਼ਵੰਤ ਘਰ ਨਾ ਗਿਆ ਉਹਨੂੰ ਲੱਗਾ ਲਾਲੀ ਦੀ ਮਾਂ ਉਹਦੇ ਜਣਦਿਆਂ ਨੂੰ ਪਿੱਟਦੀ ਗਾਲਾਂ ਕੱਢਦੀ ਉਹਦੇ ਪਿੱਛੇ-ਪਿੱਛੇ ਉਹਦੇ ਘਰ ਆਏਗੀ ਤੇ ਉਹਦਾ ਕੱਚਾ ਚਿੱਠਾ ਉਹਦੀ ਬੀਬੀ ਭਾਪੇ ਨੂੰ ਦੱਸੇਗੀ ਇਸ ਪਿੱਛੇ ਗਾਲਾਂ ਦੀ ਵਾਰੀ ਉਹਨਾਂ ਦੀ ਹੋਏਗੀ ਉਹ ਹਮੇਸ਼ਾ ਵਾਂਗ ਕੜਾਹੀ 'ਚ ਖੁਰਪਾ ਮਾਰਦੇ ਨਿੱਕੇ ਕੋਲ ਚਲਾ ਗਿਆ ਤੇ 2-3 ਘੰਟੇ ਉੱਥੇ ਹੀ ਬੈਠਾ ਰਿਹਾ ਉਸ ਦੇ ਨਾਲ ਉਹ ਨਿੱਕੇ ਦੇ ਪਿਓ ਪਿਆਰੇ ਹਲਵਾਈ ਤੋਂ ਵੀ ਡਰ ਨਾ ਲੱਗਾ ਉਹਦੇ ਦੁਕਾਨ ਉੱਤੇ ਆਉਣ ਤੇ ਵੀ ਉੱਥੇ ਹੀ ਬੈਠਾ ਰਿਹਾ ਜ਼ਿੰਦਗੀ 'ਚ ਪਹਿਲੀ ਵਾਰ ਉਹਨੇ ਨਿੱਕੇ ਦੇ ਹਲਵਾਈ ਪਿਓ ਨੂੰ ਸਿਹਤ ਦਾ ਹਾਲਚਲ ਪੁੱਛਿਆ ਉਮੀਦ ਤੋਂ ਉਲਟ ਪਿਆਰਾ ਹਲਵਾਈ ਉਹਦੇ ਨਾਲ ਆਪਣਾ ਤੇਜੀ ਦਿਖਾਉਂਦਾ ਗੱਲਾਂ ਕਰਦਾ ਰਿਹਾ ਆਖਿਰ ਸ਼ਾਮ ਨੂੰ ਉਹ ਉੱਠਿਆ ਤੇ ਹਿੰਮਤ ਕਰਕੇ ਘਰ ਚਲਾ ਗਿਆ ਭਾਪੇ ਦੀ ਮਸ਼ੀਨ ਆਮ ਗਤੀ ਨਾਲ ਹੀ ਚੱਲ ਰਹੀ ਸੀ ਬੀਬੇ ਦੀ ਬੀਬੀ ਦੀ ਪਤੀਲੇ 'ਚ ਵੱਜਦੀ ਕੜਛੀ ਦੀ ਆਵਾਜ਼ ਵੀ ਆਮ ਜਿਹੀ ਸੀ ਮਤਲਬ ਲਾਲੀ ਦੀ ਮਾਂ ਉਹਨਾਂ ਦੇ ਘਰ ਉਹਦੀ ਕਰਤੂਤ ਦੱਸਣ ਨਹੀਂ ਸੀ ਆਈ। ਉਹਨੂੰ ਇਸ ਗੱਲ ਤੇ ਤਸੱਲੀ ਹੋਈ ਕਿ ਜਦੋਂ ਲਾਲੀ ਦੀ ਮਾਂ ਨੇ ਅਚਾਨਕ ਡੰਗਰਾਂ ਵਾਲੇ ਅੰਦਰ ਉਹਨੂੰ ਚਿੜੀ ਦੇ ਖੰਭ ਲੋਸਦਿਆਂ ਦੇਖਿਆ ਸੀ ਉਦੋਂ ਲਾਲੀ ਉਹਦੀ ਗੋਦ 'ਚ ਬੈਠੀ ਸੀ। ਸ਼ਾਇਦ ਉਸੇ ਲਈ ਉਹ ਲੰਬਾ ਲੈ ਕੇ ਉਹਨਾਂ ਦੇ ਘਰ ਨਹੀਂ ਸੀ ਆਈ। 9:00 ਵਜੇ ਜਦੋਂ ਪਾਪਾ ਪੱਕੇ ਤੌਰ ਤੇ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ, ਬਾਹਰੋਂ ਕਿਸੇ ਨੇ ਦੁਕਾਨ ਦਾ ਦਰਵਾਜ਼ਾ ਖੜਕਾਇਆ। ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਲਾਲੀ ਦੀ ਮਾਂ ਤੇ ਪਿਓ ਚੁੱਪਚਾਪ ਅੰਦਰ ਆਵੜੇ। ਗਵਾਂਡ ਮੱਥਾ ਹੋਣ ਕਾਰਨ ਉਹਨਾਂ ਦੀ ਆਪਸ ਵਿੱਚ ਬੋਲਬਾਣੀ ਸੀ ਇਸ ਲਈ ਪਾਪੇ ਨੂੰ ਉਹਨਾਂ ਦਾ ਆਉਣਾ ਅਟਪਟਾ ਨਹੀਂ ਲੱਗਿਆ ਹੋਵੇਗਾ ਪਰ ਕੁਝ ਦੇਰ ਉਹਨਾਂ ਦੀ ਗੱਲ ਸੁਣ ਕੇ ਪਾਪੇ ਦੀ ਆਵਾਜ਼ ਤੋਂ ਗੁੱਸਾ ਕੁੱਲ ਗਿਆ ਉਹਨੇ ਉਸੇ ਤਰ੍ਹਾਂ ਬੀਬੀ ਨੂੰ ਆਜ ਮਾਰੀ ਜਿਵੇਂ ਉਹ ਹਰਵੇਲੇ ਮਾਰਦਾ ਸੀ ਸੁਣਦੀਆਂ ਦੁਕਾਨੇ ਆਈਂ ਜ਼ਰਾ ਖੁਸ਼ਵੰਤ ਨੂੰ ਹੁਣ ਸਮਝ ਲੱਗੀ ਕਿ ਉਹਦੀ ਖੁਸ਼ੀ ਥੋੜੇ ਚਿਰੀ ਸੀ ਸਾਰੀ ਗੱਲ ਦੱਸ ਕੇ ਗਵਾਂਡੀ ਜਿਵੇਂ ਆਈ ਸੀ ਉਸੇ ਤਰ੍ਹਾਂ ਚੁੱਪਚਾਪ ਚਲੇ ਗਏ ਹੁਣ ਪਾਪੇ ਦੀ ਕਚਹਿਰੀ 'ਚ ਪੇਸ਼ੀ ਖੁਸ਼ਵੰਤ ਦੀ ਸੀ ਇਸ ਪੇਸ਼ੀ ਦੌਰਾਨ ਕਿਸੇ ਵਕੀਲ ਅਪੀਲ ਦਲੀਲ ਦੀ ਕੋਈ ਸੰਭਾਵਨਾ ਨਹੀਂ ਸੀ ਸਿਰਫ ਗਾਲਾਂ ਦਾ ਪ੍ਰਸ਼ਾਦ ਸਜ਼ਾ ਵਜੋਂ ਵਰਤਾਇਆ ਜਾਣਾ ਸੀ ਮਾੜੀ ਹਲਾਂਦ ਮੇਰਾ ਜੀਣਾ ਹਰਾਮ ਹੈ ਇਸ ਟੱਬਰ ਕਰਕੇ ਸਾਰਾ ਦਿਨ ਮਸ਼ੀਨ ਨਾਲ ਖੱਪਦਾ ਇਹਨਾਂ ਕਰਕੇ ਪਰ ਇਹਨਾਂ ਦਾ ਰੀਣ ਸੁਖ ਨਹੀਂ ਲੰਬੇ ਹੀ ਦਵਾਣੇ ਇਹਨਾਂ ਨੇ ਜਦੋਂ ਦਵਾਣੇ ਜਵਾਨੀ ਚੜ੍ਹੀ ਆਇ ਇਹਨੂੰ ਉਹ ਤੂੰ ਗਵਾਂਡ ਮੱਥੇ ਦਾ ਹੀ ਲਿਆਜ ਕਰ ਲੈ ਕੋਈ ਕੁਛ ਦੇਰ ਇਸੇ ਤਰ੍ਹਾਂ ਦੀਆਂ ਗੱਲਾਂ ਤੇ ਗਾਲਾਂ ਦਾ ਮੀਂਹ ਵਰਦਾ ਰਿਹਾ ਅੱਜ ਖੁਸ਼ਵੰਦ ਇਸ ਤੋਂ ਕੁਝ ਵੱਧ ਦੀ ਆਸ ਕਰ ਰਿਆ ਸੀ ਮੈਂ ਕਿਹਾ ਜੀ ਮੁੰਡੇ ਨੂੰ ਪਿਆਰ ਨਾਲ ਸਮਝਾਓ ਜਵਾਨ ਆ ਹੁਣ ਨਿਆਣਾ ਨਹੀਂ ਸਮਝ ਜੂ ਗੱਲ ਸਿਆਣਾ ਹੈ ਸ਼ਹਿਰ ਪੜਨ ਜਾਂਦਾ ਹੈ ਇਹਨੇ ਪਿੰਡ ਵਾਲਿਆਂ ਤੋਂ ਕੀ ਲੈਣਾ ਬੀਬੀ ਸਿਆਣੀ ਬਣੀ ਪਿਓ ਪੁੱਤ ਦੋਹਾਂ ਨੂੰ ਸਮਝਾਈ ਜਾ ਰਹੀ ਸੀ ਅੱਜ ਬੀਬੀ ਦੇ ਬੋਲਾਂ ਨੇ ਜਿਵੇਂ ਜਾਦੂ ਕੀਤਾ ਸੀ ਭਾਪੇ ਦੇ ਬੋਲਣ ਦੀ ਸੁਰ ਸੱਚਮੁੱਚ ਬਦਲ ਗਈ ਦੇਖ ਪੁੱਤ ਬੀਬੀ ਤੇਰੀ ਠੀਕ ਆਂਦੀ ਐ ਤੂੰ ਕਿਹੜਾ ਨਿਆਣਾ ਹੁਣ ਛੜ ਖੜਾ ਉਸ ਕੁੜੀ ਦਾ ਜੋ ਹੋ ਗਿਆ ਹੋ ਗਿਆ ਚੰਗੇ ਨਹੀਂ ਲੱਗੀਦਾ ਇਦਾਂ ਕਿਛੇ ਦਿੱਤੀ ਭੈਣਾ ਕੱਲ ਨੂੰ ਉਹਨੇ ਵਿਆਹੀ ਜਾਣਾ ਸਾਡੇ ਆਪਣੇ ਘਰ ਵੀ ਧੀ ਭੈਣਾ ਕੱਲ ਨੂੰ ਉਹ ਕਰੇ ਇਦਾਂ ਫੇਰ ਭਾਪੇ ਦੀ ਇਸ ਬਦਲੀ ਸਰਕਾਰ ਨੇ ਖੁਸ਼ਵੰਤ ਨੂੰ ਹਮੇਸ਼ਾ ਲੱਗਦਾ ਰਿਹਾ ਕਿ ਲਾਲੀ ਵਾਲੇ ਚੱਕਰ ਦਾ ਪਤਾ ਲੱਗਣ ਦੇ باوجود ਭਾਪੇ ਨੇ ਉਹਨੂੰ ਕੁਝ ਨਹੀਂ ਸਿਖਾਇਆ ਸੋਮਵਾਰ ਸਵੇਰੇ ਖੁਸ਼ਵੰਤ ਹੋਸਟਲ ਆ ਗਿਆ ਭਾਪੇ ਦੀਆਂ ਗਾਲਾਂ ਤੋਂ ਹਮੇਸ਼ਾ ਵਾਂਗ ਪਿੰਡੀ ਛੱਡ ਆਇਆ ਸੀ ਪਰ ਇਸ ਵਾਰ ਭਾਪੇ ਦੇ ਦੂਜੇ ਬੋਲ ਉਹਦੇ ਨਾਲ-ਨਾਲ ਹੋਸਟਲ ਆ ਗਿਆ ਇਹਨਾਂ ਬੁਲਾਂਸ ਲਾਲੀ ਲਾਲੀ ਨਹੀਂ ਕਿਸੇ ਦੀ ਧੀ ਭੈਣ ਸੀ ਉਹਦੀ ਆਪਣੀ ਭੈਣ ਦੀ ਧੀ ਵੀ ਦੀਸੀ ਨਹੀਂ ਉਹਨਾਂ ਦੀ ਧੀ ਭੈਣ ਸੀ ਜੇ ਉਹਦੀ ਭੈਣ ਦੀ ਧੀ ਦਾ ਕਿਸੇ ਮੁੰਡੇ ਨਾਲ ਚੱਕਰ ਹੋਵੇ ਫੇਰ ਪਰ ਇਹਦਾ ਲਾਲੀ ਤੇ ਉਹਦੇ ਚੱਕਰਾਂ ਨਾਲ ਕੀ ਸੰਬੰਧ ਉਹ ਉੜਾਉਣੀ ਜੀ ਚ ਉਲਝ ਗਿਆ ਤੇ ਰਾਤ ਨੂੰ ਬਿਸਤਰੇ 'ਚ ਬੈਠਾ ਉਹ ਆਪਣੀ ਕਾਪੀ ਉੱਤੇ ਲਿਖਣ ਲੱਗਾ ਆਪਣੀ ਧੀ ਭੈਣ ਦੀ ਸੀ ਪਿਆਰ ਨਹੀਂ ਕਰ ਸਕਦੇ ਆਪਣੀ ਧੀ ਭੈਣ ਦੀ ਸੀ ਦੀਸੀ ਬਰਾਬਰ ਹੋਰਾਂ ਦੀ ਧੀ ਭੈਣ ਲਾਲੀ ਇਹਦਾ ਮਤਲਬ ਹੋਰਾਂ ਦੀ ਧੀ ਭੈਣ ਲਾਲੀ ਪਿਆਰ ਨਹੀਂ ਕਰ ਸਕਦੇ ਇਹਦਾ ਮਤਲਬ ਪਿਆਰ ਦੇ ਮਾਮਲੇ 'ਚ ਵੀ ਗਣਿਤ ਦੇ ਫਾਰਮੂਲੇ ਹੀ ਲੱਗਦੇ ਆ ਪਾਪੇ ਨੇ ਇਸੇ ਫਾਰਮੂਲੇ ਨਾਲ ਉਹਦੇ ਲਾਲੀ ਨਾਲ ਚੱਕਰ ਨੂੰ ਨਜਾਇਜ਼ ਸਿੱਧ ਕਰਤਾ ਸੀ ਉਸ ਕੋਲ ਇਸ ਫਾਰਮੂਲੇ ਦਾ ਕੋਈ ਤੋੜ ਨਹੀਂ ਸੀ ਖੁਸ਼ਵੰਤ ਨੇ ਪਿੰਡ ਆਉਣਾ ਘਟਾਤਾ ਉਹਨੂੰ ਪਤਾ ਸੀ ਪਿੰਡ ਗਿਆ ਜੇ ਲਾਲੀ ਨੇ ਉਹਨੂੰ ਫੇਰ ਇਸ਼ਾਰਾ ਕੀਤਾ ਉਹਨੇ ਫੇਰ ਉਹਨਾਂ ਦੇ ਡੰਗਰਾਂ ਵਾਲੇ ਅੰਦਰ ਜਾ ਵੜਨਾ ਸੀ ਲਾਲੀ ਨੂੰ ਹੱਸਦਿਆਂ ਵੇਖ ਕੇ ਉਹਦੇ ਕੋਲ ਰਹੀ ਨਹੀਂ ਸੀ ਹੁਣ ਤੇ ਭਾਪੇ ਦਾ ਫਾਰਮੂਲਾ ਠੋਸ ਹੋ ਜਾਣਾ ਸੀ ਦੋ ਕੁ ਮਹੀਨਿਆਂ ਚ ਲਾਲੀ ਦਾ ਵਿਆਹ ਹੋ ਗਿਆ ਕਿੱਥੇ ਕਿਹਦੇ ਨਾਲ ਖੁਸ਼ਵੰਤ ਨੇ ਜਾਨਣ ਚ ਰੁਚੀ ਨਾ ਲਈ ਉਹ اسی ਤਰ੍ਹਾਂ ਲਾਲੀ ਦੀਆਂ ਸੋਚਾਂ ਤੇ ਉਹਦੇ ਹੱਸਦੇ ਜਿਸਮ ਦੀ ਛੋਹ ਤੋਂ ਮੁਕਤ ਹੋ ਸਕਦਾ ਸੀ ਕੁਦਰਤੀ ਸੀ ਲਾਲੀ ਦਾ ਵਿਆਹ ਉਹਨਾਂ ਦੀ ਬਰਾਦਰੀ ਵਿੱਚ ਹੀ ਕਿਸੇ ਨਾਲ ਹੋਇਆ ਹੋਵੇਗਾ ਉਹਨਾਂ ਦਿਨਾਂ ਚ 10ਵੀਂ ਤੋਂ ਬਾਅਦ ਪੜਨੋਂ ਹਟੀਆਂ ਕੁੜੀਆਂ ਦਾ ਇਸੇ ਤਰ੍ਹਾਂ ਕਿਸੇ ਨਾ ਕਿਸੇ ਨਾਲ ਵਿਆਹ ਹੋਣਾ ਹੁੰਦਾ ਸੀ ਬ੍ਰਾਦਰੀ ਦੇ ਕਿਸੇ ਵੀ ਮੁੰਡੇ ਨਾਲ ਕਿਉਂਕਿ ਉਸ ਮੁੰਡੇ ਦਾ ਵੀ ਕਿਸੇ ਨਾ ਕਿਸੇ ਕੁੜੀ ਨਾਲ ਵਿਆਹ ਹੋਣਾ ਹੀ ਹੁੰਦਾ ਹੈ ਦੋਹਾਂ ਨੂੰ ਹੀ ਬਹੁਤਾ ਫਰਕ ਨਹੀਂ ਸੀ ਪੈਂਦਾ ਸਾਰੇ ਜਾਨੀਆਂ ਕੁੜੀਆਂ ਉਦੋਂ ਹੀ ਰੁੰਦੀਆਂ ਸਨ ਜਦੋਂ ਕਿਰਾਏ ਦੀ ਮਾਰੂਤੀ ਓਮਨੀ ਦਾ ਡਰਾਈਵਰ ਗੱਡੀ 'ਚ ਗਾਣਾ ਚਲਾਉਂਦਾ ਸੀ ਮਧਾਨੀਆਂ ਹਾਏ ਮੇਰੇ ਆ ਡਾਡੇ ਰੱਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਜੰਮਣ ਵਾਲਿਆਂ ਨੂੰ ਨਹੀਂ ਸ਼ਾਇਦ ਇਹ ਅਥਰੂ ਉਹਨਾਂ ਚੋਰੀ ਦੇ ਪਲਾਂ ਨੂੰ ਯਾਦ ਕਰਕੇ ਬਹਿੰਦੇ ਸਨ ਜੋ ਹੁਣ ਉਹਨਾਂ ਲਈ ਸੁਪਨੇ ਬਣ ਜਾੜੇ ਸਨ ਲਾਲੀ ਦੇ ਅਥਰੂ ਵੀ ਇਸੇ ਤਰ੍ਹਾਂ ਵਗੇ ਹੋਣਗੇ ਖੁਸ਼ਵੰਤ ਕਈ ਦਿਨ ਇਹੀ ਸੋਚਦਾ ਰਿਹਾ ਹੋ ਸਕਦਾ ਹੈ ਡੋਲੀ ਵਾਲੀ ਕਾਰ ਵਿੱਚ ਵੀ ਲਾਲੀ ਉਸੇ ਤਰ੍ਹਾਂ ਹੱਸ ਰਹੀ ਹੋਵੇ ਜਿਵੇਂ ਉਹਨਾਂ ਦੀ ਚੋਰੀ ਫੜੇ ਜਾਣ ਵਾਲੇ ਦਿਨ ਉਹਦੀ ਗੋਦੀ 'ਚ ਬੈਠੀ ਹੱਸ ਰਹੀ ਸੀ ਜਦੋਂਵੇਂ ਸਕੂਲ 'ਚ ਪੰਜਾਬੀ ਦੀ ਕਵਿਤਾ ਸੁਣ ਕੇ ਹਸੀ ਸੀ ਉਹ ਦੋ ਕਾਣ ਦੀ ਗੱਲ ਸੁਣਾ ਮੈਨੂੰ ਹਰ ਚੱਕਰ ਜਿੱਥੋਂ ਸ਼ੁਰੂ ਹੁੰਦਾ ਉੱਥੇ ਹੀ ਮੁੱਕਦਾ ਹੈ ਜਾਇ ਵੀ ਕਿਹਾ ਜਾ ਸਕਦਾ ਹੈ ਕਿ ਚੱਕਰ ਨਾ ਕਿਤੇ ਸ਼ੁਰੂ ਹੁੰਦਾ ਹੈ ਨਾ ਕਿਤੇ ਮੁੱਕਦਾ ਹੈ ਚੱਕਰਦਾਰਥ ਹੀ ਭੌਂਦੇ ਰਹਿਣਾ ਇੱਕ ਨਿਰੰਤਰ ਪਵਜਲ ਖੁਸ਼ਵੰਤ ਨੇ ਲਾਲੀ ਤੇ ਹਰਪਾਲ ਨੂੰ ਹਮੇਸ਼ਾ ਇਸੇ ਤਰ੍ਹਾਂ ਯਾਦ ਕੀਤਾ ਦੋਹਾਂ ਨਾਲ ਬਤਾਏ ਦਿਨ ਸਮਾਂ ਜਾਂ ਕਾਲ ਵਿੱਚ ਕਿਤੇ ਅੱਗੇ ਵੱਲ ਦੀ ਯਾਤਰਾ ਨਹੀਂ ਕਰਦੇ ਸ਼ਾਇਦ ਇਹਨਾਂ ਚੱਕਰਾਂ ਵਿੱਚ ਮੁੱਢ ਤੋਂ ਹੀ ਇਹ ਸੰਭਾਵਨਾ ਨਹੀਂ ਸੀ ਪਰ ਉਹ ਇੱਕ ਸਦੀਵੀ ਚੱਕਰ ਵਾਂਗ ਹਮੇਸ਼ਾ ਮਹਿਸੂਸ ਕਰਦੇ ਰਹਿਣ ਤੇ ਯਾਦ ਰੱਖਣ ਵਾਲੇ ਜ਼ਰੂਰ ਹਨ ਲਾਲੀ ਦੇ ਵਿਆਹ ਵਾਲੇ ਦਿਨ ਉਹ ਜਾਣ ਬੁੱਝ ਕੇ ਪਿੰਡ ਨਹੀਂ ਸੀ ਗਿਆ ਹਾਲਾਂਕਿ ਉਹਨਾਂ ਦੇ ਘਰ ਨੂੰ ਚੁੱਲ੍ਹੇ ਦੀ ਨਿੰਦ ਸੀ ਉਹਦਾ ਇਸ ਤਰ੍ਹਾਂ ਵਿਆਹ ਹੀ ਜਾਣਾ ਤੈ ਹੀ ਸੀ ਜਿਸਨ ਹਰਪਾਲ ਦਾ ਕਤਲ ਹੋਇਆ ਉਸ ਦਿਨ ਵੀ ਆਪਣੇ ਆਮ ਦਿਨਾਂ ਵਾਂਗ ਉਹ ਸ਼ਹਿਰ ਹੋਸਟਲ 'ਚ ਸੀ ਹਰਪਾਲ ਦਾ ਕਤਲ ਵੀ ਲਾਲੀ ਦੇ ਵਿਆਹ ਵਾਂਗ ਪਹਿਲਾਂ ਤੋਂ ਹੀ ਤੈਅ ਸੀ ਇੱਕਵੇਂ ਹੋ ਸਕਦਾ ਸੀ ਕਿ ਤੁਸੀਂ ਇੱਕੋ ਵੇਲੇ ਇੱਕੋ ਥਾਂ ਦੁਸ਼ਮਣੀ ਵੀ ਰੱਖੋ ਤੇ ਮੁਹੱਬਤ ਵੀ ਹਰਪਾਲ ਦੇ ਅਜਿਹਾ ਕਰਨ ਨਾਲ ਉਸ ਮਿੱਟੀ ਦੇ ਕਿੰਨੇ ਨਾਮ ਭੰਗ ਹੋਏ ਸਨ ਜਿਸ ਉੱਤੇ ਕਦੇ ਪੀਰ ਸ਼ਾ ਇਨਾਇਤ ਦੀ ਮਿਹਰ ਸੀ ਖੁਸ਼ਵੰਤ ਨੂੰ ਕਤਲ ਦੇ ਅਗਲੇ ਦਿਨ ਕਾਲਜ ਪਹੁੰਚ ਕੇ ਪਿੰਡ ਦੇ ਇੱਕ ਮੁੰਡੇ ਤੋਂ ਇਹ ਬੁਰੀ ਖਬਰ ਮਿਲੀ ਹੋਸਟਲ ਰਹਿੰਦੇ ਆਂ ਖਬਰਾਂ ਅਖਬਾਰਾਂ ਚੋਂ ਪੜਨ ਦਾ ਕੋਈ ਸਬੱਬ ਨਹੀਂ ਸੀ ਬਣਦਾ ਨਹੀਂ ਤਾਂ ਇਹ ਖਬਰ ਵੀ ਕਤਲਾਂ ਦੀਆਂ ਨਿਤ ਦੀਆਂ ਸੁਰਖੀਆਂ ਵਾਂਗ ਅਖਬਾਰ 'ਚ ਛਪੀ ਸੀ ਇਕੱਲੇ ਹਰਪਾਲ ਨੂੰ 5 ਜਣਿਆਂ ਨੇ ਉਹਦੀ ਮੋਟਰ ਦੇ ਨੇੜੇ ਘੇਰ ਕੇ ਕਤਲ ਕਰ ਦਿੱਤਾ ਸੀ ਕੇਰੂ ਦੇ ਮੁੰਡਿਆਂ ਦੇ ਕਤਲ ਪਿੱਛੋਂ ਹਰਪਾਲ ਨੇ ਕਦੇ ਵਸਾ ਨਹੀਂ ਸੀ ਖਾਦਾ ਉਹ ਬਾਹ ਲੱਗਦੀ ਕਿਤੇ ਕੱਲਾ ਨਹੀਂ ਸੀ ਜਾਂਦਾ ਜਿਵੇਂ ਕਾਲਜ ਦੀਆਂ ਲੜਾਈਆਂ ਵੇਲੇ ਵੀ ਨਹੀਂ ਸੀ ਜਾਂਦਾ ਫਿਰ ਉਸ ਦਿਨ ਉਹ ਕੱਲਾ ਸੁੰਨ ਮਸਾਨ ਮੰਡ ਵਾਲੀ ਮੋਟਰ ਉੱਤੇ ਕਿਉਂ ਗਿਆ ਮੋਟਰ ਉਤੇ ਰਹਿੰਦਾ ਭਈਆ 2-3 ਦਿਨਾਂ ਤੋਂ ਲੁਧਿਆਣੇ ਕਿਸੇ ਕੋਲ ਗਿਆ ਹੋਇਆ ਸੀ ਕਿ ਇਹ ਵੀ ਇੱਕ ਇਤਫਾਕ ਸੀ ਹਰਪਾਲ ਮੋਟਰ ਉਤੇ ਇਕੱਲਾਏ ਖਬਰ ਪ੍ਰੀਤੂ ਤੇ ਕੇਰੂ ਹੋਰਾਂ ਨੂੰ ਕਿਵੇਂ ਪਤਾ ਲੱਗੇ ਜਿਨ੍ਹਾਂ ਨੇ ਹਰਪਾਲ ਨੂੰ ਉਦੋਂ ਘੇਰ ਕੇ ਗੋਲੀ ਮਾਰਤੀ ਜਦੋਂ ਬਿਲਕੁਲ ਇਕੱਲਾ ਸੀ ਹਰਪਾਲ ਨੇ ਜਾਨ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ ਹੋਏਗੀ ਜਾਨੀ ਜਾਨ ਬਚਾਉਣੀ ਇਸ ਧਰਤੀ ਦੇ ਹਰ ਜੀ ਦੀ ਕੁਦਰਤੀ ਪ੍ਰਵਿਰਤੀ ਹੈ ਪਰ ਬੰਦੇ ਨਾਂ ਦੇ ਜੀਵ ਵਿੱਚੋਂ ਇੱਕ ਪ੍ਰਾਣੀ ਕਈ ਪ੍ਰਾਣੀ ਕੁਦਰਤੀ ਪ੍ਰਵਿਰਤੀਆਂ ਨੂੰ ਲੰਘ ਜਾਣ ਵਾਲੇ ਵੀ ਹੁੰਦੇ ਆ ਰੋਜ਼ ਅਖਬਾਰਾਂ 'ਚ ਮਾਰੇ ਗਏ ਬੰਦਿਆਂ ਵਿੱਚੋਂ ਕਿੰਨੇ ਅਜਿਹੇ ਹੁੰਦੇ ਆ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਮੌਤ ਚੁਣੀ ਹੁੰਦੀ ਸੀ ਖੁਸ਼ਵੰਤ ਨੂੰ ਲੱਗਿਆ ਹਰਪਾਲ ਨੇ ਵੀ ਆਪਣੀ ਮਰਜ਼ੀ ਨਾਲ ਹੀ ਮੌਤ ਚੁਣੀ ਸੀ ਇਸ ਲਈ ਉਹ ਆਪਣੇ ਆਪ ਨੂੰ ਘਿਰਿਆ ਦੇਖ ਕੇ ਭੱਜਿਆ ਨਹੀਂ ਹੋਵੇਗਾ ਇਸ ਤਰ੍ਹਾਂ ਦੇ ਸਵਾਲ ਤੇ ਉਹਨਾਂ ਦੇ ਸੰਭਵ ਅਸੰਭਵ ਜਵਾਬ ਉਹਦੇ ਜ਼ਿਹਨ 'ਚ ਘਰੂ ਪਾ ਰਹੇ ਸੀ ਜਦੋਂ ਅਗਲੇ ਦਿਨ ਹੋਣ ਵਾਲੇ ਸੰਸਕਾਰ 'ਚ ਸ਼ਾਮਲ ਹੋਣ ਲਈ ਪਿੰਡ ਗਿਆ ਜਾਣ ਬੁੱਝ ਕੇ ਪਹਿਲਾਂ ਆਪਣੇ ਘਰ ਜਾਣ ਦੀ ਬਜਾਏ ਸਿੱਧਾ ਹਰਪਾਲ ਦੇ ਘਰ ਗਿਆ ਉਹਨੂੰ ਸੰਸਕਾਰ ਲਈ ਪਿੰਡ ਆਏ ਦੇਖ ਪਾਪਾ ਪਤਾ ਨਹੀਂ ਕਿਵੇਂ ਬੋਲਦਾ ਹਰਪਾਲ ਦੇ ਘਰ ਚੀਕ ਚਿਹੜਾ ਸੀ ਪਤਾ ਨਹੀਂ ਕਿਹੜੀ ਕਿਹੜੀ ਔਰਤ ਦਥੜੀ ਪਿੱਟ ਦੀ ਵੈਣ ਪਾ ਰਹੀ ਸੀ ਹਰਪਾਲ ਦੀ ਮਾਂ ਤੇ ਭੈਣ ਨੂੰ ਦੰਦਲਾ ਪੈ ਰੀਆਂ ਸੀ ਪੋਸਟਮਾਰਟਮ ਤੋਂ ਬਾਅਦ ਲੋਤਕਾਰ ਆ ਗਈ ਸੀ ਖੁਸ਼ਵੰਤ ਹਰਪਾਲ ਦੇ ਭਰਾਵਾਂ ਜੀਤੇ ਦੇ ਤੇ ਪਿੰਡ ਦੇ ਹੋਰ ਮੁੰਡਿਆਂ ਨੂੰ ਮਿਲਿਆ ਸਾਰੇ ਅੰਦਰੋਂ ਹਿੱਲੇ ਹੋਏ ਸਨ ਇਸ ਧਰਤੀ ਦੇ ਮੁੰਡਿਆਂ ਨੂੰ ਕਿਸੇ ਵੀ ਹਾਲਤ ਵਿੱਚ ਅਥਰੂ ਨਾ ਕਰਨਾ ਸਿਖਾਇਆ ਜਾਂਦਾ ਹੈ ਇਸ ਲਈ ਜੀਤੇ ਹੋਰੀ ਆਪਣੇ ਆਪ ਨੂੰ ਕਾਬੂ 'ਚ ਰੱਖਣ ਦਾ ਯਤਨ ਕਰ ਰਹੇ ਸਨ ਪਰ ਹਰਪਾਲ ਦੇ ਮਰਨ ਬਾਅਦ ਉਹ ਕਿੰਨੇ ਲਾਚਾਰ ਹੋ ਗਏ ਸਨ ਇਹ ਗੱਲ ਸੋਚ ਕੇ ਅਥਰੂ ਆਪਣੇ ਆਪ ਉਹਨਾਂ ਦੀਆਂ ਅੱਖਾਂ 'ਚ ਕਿਰ ਰਹੇ ਸਨ ਸਿਵਿਆਂ 'ਚ ਲੰਬੂ ਲੱਗਦੇ ਆ ਸਾਰੇ ਜ਼ਬਤ ਆਪਮੁਹਾਰੇ ਟੁੱਟ ਗਏ ਪਤਾ ਨਹੀਂ ਕਿਵੇਂ ਖੁਸ਼ਵੰਤ ਦੇ ਮਨ 'ਚ ਖਿਆਲ ਆਇਆ ਕਿ ਪਾਸ਼ੀ ਨੂੰ ਵੀ ਇੱਥੇ ਹੋਣਾ ਚਾਹੀਦਾ ਸੀ ਉਹਦੇ ਸਿਰ 'ਤੇ ਚਿੱਟਾ ਦੁਪੱਟਾ ਦਿਸਣਾ ਚਾਹੀਦਾ ਸੀ ਉਹਦੇ ਆਉਂਦੀਆਂ ਹੀ ਸਾਰੀਆਂ ਔਰਤਾਂ ਨੇ ਵਿਰਲਾਪ ਕਰਨਾ ਛਾਡੋ ਨੂੰ ਤੱਕਣ ਲੱਗ ਪੈਣਾ ਸੀ ਬੰਦਿਆਂ ਨੇ ਜੀਭਾਂ ਦੰਦਾਂ ਥੱਲੇ ਲੈ ਲੈਣੀਆਂ ਸੀ ਸਭ ਦੇ ਸਿਰ ਆਪਣੇ ਆਪ ਨੀਵੇਂ ਹੋ ਜਾਣੇ ਸਨ ਸ਼ਾਇਦ ਪਾਸ਼ੀ ਹੀ ਹਰਪਾਲ ਦੀ ਹੁਣੀ ਸਿੱਧ ਹੋਈ ਸੀ ਉਸ ਦਿਨ ਪਿਛੋਂ ਖੁਸ਼ਵੰਤ ਪਿੰਡ ਦੀ ਚਿਕਣੀ ਮਿੱਟੀ ਨਾਲੋਂ ਮੁਕੰਮਲ ਤੌਰ ਤੇ ਟੁੱਟ ਗਿਆ ਉਹਨੂੰ ਜਾਪਿਆ ਇਹ ਚਿਕਣੀ ਮਿੱਟੀ ਸੱਚੀ ਮੈਲੀ ਹੋ ਗਈ ਹੈ ਇਸ ਹੁਣ ਜ਼ਿੰਦਗੀ ਲਈ ਉਹ ਊਰਜਾ ਨਹੀਂ ਬਚੀ ਜਿਹੜੀ ਕਦੇ ਹੋਇਆ ਕਰਦੀ ਸੀ ਉਹਨੇ ਉਹਦੇ ਕਿੰਨੇ ਮਿੱਤਰੇ ਮਿੱਟੀ त्याग ਕੇ ਜਾ ਚੁੱਕੇ ਸਨ ਰਾਮਾ ਸਤਪਾਲ ਦੂਰ ਦੇ ਸ਼ਹਿਰਾਂ ਚ ਜਾ ਵਸੇ ਸਨ ਹਰਪਾਲ ਉਥੇ ਚਲਾ ਗਿਆ ਸੀ ਜਿੱਥੋਂ ਉਹਨੇ ਮੁੜਨਾ ਹੀ ਨਹੀਂ ਸੀ ਹੁਣ ਇਸ ਚੀਕਣੀ ਮਿੱਟੀ ਵਾਲੇ ਪਿੰਡ ਚ ਲਾਲੀ ਵੀ ਨਹੀਂ ਸੀ ਬੀਬੀ ਪਾਪੇ ਦੀ ਛੀ ਤੋਂ ਬਿਨਾਂ ਸਿਰਫ ਨਿਕਾ ਸੀ ਜਿੱਦੀ ਖੁਰਪੀ ਅਜੇ ਵੀ ਕੜਾਈ ਚ ਉਸੇ ਤਰ੍ਹਾਂ ਚੱਲ ਰਹੀ ਸੀ ਕੁਝ ਦਿਨਾਂ ਬਾਅਦ ਨਿੱਕੇ ਨੇ ਉਹਨੂੰ ਕੁਝ ਅਫਵਾਹਾਂ ਬਾਰੇ ਦੱਸਿਆ ਜਿਹੜੀਆਂ ਪਿੰਡ ਵਿੱਚ ਕੰਨੋਂ ਕੰਨੀ ਘੁੰਮ ਰਹੀਆਂ ਸਨ ਇਹ ਕਹੇ ਕਿ ਉਸ ਦਿਨ ਮੰਡ ਵਾਲੀ ਮੋਟਰ ਨੂੰ ਜਾਂਦੇ ਰਾਜਪੁਲਵਾਨਾਂ ਦੇ ਜਾਗਰ ਨੇ ਹਰਪਾਲ ਨੂੰ ਦੇਖਿਆ ਸੀ ਤੇ ਫਿਰ ਕਈਆਂ ਨੇ ਆਪੋ ਆਪਣੀ ਮੋਟਰ ਤੋਂ ਜਾਗਰ ਨੂੰ ਪਿੰਡ ਵੱਲ ਨਸਦਿਆਂ ਦੇਖਿਆ ਸੀ ਪਹਿਲਵਾਨਾਂ ਦਾ ਇਹ ਜਾਗਰ ਜੀ ਨੇ ਕਦੇ ਖੁਸ਼ਵੰਤ ਤੇ ਸਤਪਾਲ ਨੂੰ ਪਹਿਹੀ ਦੀ ਮਿੱਟੀ ਤੇ ਪਹਿੇ ਦੇ ਕੰਢੇ ਉੱਗੇ ਘਾਹ ਚ ਮਦੋਲਿਆ ਸੀ ਐਤਕੀ ਆਪ ਪਿੰਡ ਦੀ ਸਰਪੰਚੀ ਲਈ ਖੜਾ ਹੋਣਾ ਚਾਹੁੰਦਾ ਸੀ ਇੱਕ ਹੋਰ ਅਫਵਾਹ ਸੀ ਕਿ ਹਰਪਾਲ ਆਪਣੀ ਮੋਟਰ ਉੱਤੇ ਇਕੱਲਾ ਕਿਸੇ ਕੁੜੀ ਨੂੰ ਮਿਲਣ ਗਿਆ ਸੀ ਕਿਸੇ ਨੇ ਉਹਨੂੰ ਮੋਟਰ ਉੱਤੇ ਮਿਲਣ ਦਾ ਸਮਾਂ ਦਿੱਤਾ ਹੋਇਆ ਸੀ ਪਰ ਮਿੱਥੇ ਸਮੇਂ ਉੱਤੇ ਉਹ ਕੁੜੀ ਨਹੀਂ ਹਰਪਾਲ ਦਾ ਕਾਲ ਉੱਤੇ ਪਹੁੰਚ ਗਿਆ ਕਿਹੜੀ ਕੁੜੀ ਉਹਦੇ ਪੁੱਛਣ ਤੇ ਨਿੱਕਾ ਜਿਵੇਂ ਡਰਦਾ ਡਰਦਾ ਬੋਲਿਆ ਲੋਕ ਪ੍ਰੀਤੂ ਕੀ ਪਾਸੀ ਦਾ ਨਾਂ ਲੈਂਦੇ ਆ ਪਰ ਖੁਸ਼ਵੰਤ ਦਾ ਇਸ ਗੱਲ ਉੱਤੇ ਯਕੀਨ ਕਰਨ ਨੂੰ ਜੀ ਨਾ ਕੀਤਾ ਹਰਪਾਲ ਨਾਲ ਆਪਣੇ ਰਿਸ਼ਤੇ ਕਰਕੇ ਪ੍ਰੀਤੂ ਤੋਂਖਾ ਦੀ ਬੇਤ ਹਸਾ ਕੁੱਟ ਦੇ ਨਿਸ਼ਾਨ ਖੁਸ਼ਵੰਤ ਨੇ ਆਪਣੀ ਅੱਖਾਂ ਨਾਲ ਪਾਸੀ ਦੇ ਚਿਹਰੇ ਉੱਤੇ ਪਾਈ ਵੇਖੇ ਹੋਏ ਸਨ ਉਹਨੇ ਪਾਸੀ ਦਾ ਕਦੇ ਫੁੱਲਾ ਵਾਂਗ ਖਿੜਿਆ ਰਹਿਣ ਵਾਲਾ ਚਿਹਰਾ ਵੀ ਦੇਖਿਆ ਸੀ ਤੇ ਹੁਣ ਬਿਮਾਰਾ ਵਾਂਗ ਮੁਰਝਾਇਆ ਚਿਹਰਾ ਵੀ ਉਨਵੀ ਇਹ ਵੀ ਪਤਾ ਸੀ ਕਿ ਮਾਰਕਟ ਖਾ ਕੇ ਵੀ ਹਰਪਾਲ ਨੂੰ ਮਿਲਣ ਨੂੰ ਨਹੀਂ ਸੀ ਹਟੇ ਹਾਰ ਕੇ ਇੱਕ ਦਿਨ ਪ੍ਰੀਤੂ ਉਹਨੂੰ ਆਪਣੇ ਸਕੂਟਰ ਪਿੱਛੇ ਬਿਠਾਣ ਨਾਨਕੀ ਉਹਦੇ ਮਾਮਿਆਂ ਕੋਲ ਛੱਡ ਆਇਆ ਸੀ ਹੁਣ ਉਹ ਕਦੇ ਕਦਾਈਂ ਪਿੰਡ ਆਉਂਦੀ ਸੀ ਉਹਦਾ ਮੁਰਦੇ ਹਾਨੂ ਚਿਹਰਾ ਦੇਖ ਕੇ ਜਾਪਦਾ ਜਿਵੇਂ ਉਹ ਜ਼ਿੰਦਗੀ ਦੇ ਕਿਸੇ ਮੁਰਦਾ ਪਾਲੂ ਤੇ اٹੱਕ ਕੇ ਰਹਿ ਗਈ ਹੋਵੇ ਪਰ ਪਾਸ਼ੀ ਨੂੰ ਮਿਲਣ ਲਈ ਹਰਪਾਲ ਕੀ ਮੋਟਰ ਤੇ ਜਾਣ ਦੀ ਕੀ ਲੋੜ ਸੀ ਹਰਪਾਲ ਦੇ ਸਵਾਲ ਦਾ ਨਿੱਕੇ ਤੇ ਉਹਦੇ ਵੱਲੋਂ ਸੁਣਾਈਆਂ ਵਾਹਾਂ ਕੋਲ ਕੋਈ ਜਵਾਬ ਨਹੀਂ ਸੀ ਕੁਸ਼ਵੰਤ ਨੂੰ ਸਮਝ ਲੱਗ ਗਈ ਕਿ ਇਹ ਵੀ ਉਸੇ ਤਰ੍ਹਾਂ ਦੀਆਂ ਅਫਵਾਹਾਂ ਸਨ ਜਿਸ ਤਰ੍ਹਾਂ ਦੀਆਂ ਕਦੇ ਪਾਲੇ ਕਰਤਾਰੇ ਤੇ ਪਿੰਕੀ ਬਾਰੇ ਉਡੀਆਂ ਸਨ ਧੰਨਵਾਦ